ਇਹ ਗਿਆਨ ਦੀ ਗੱਲ ਹੈ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਨੂੰ ਆਲਰੇਡੀ ਬਹੁਤ ਗਿਆਨ ਹੈ ਪਰ ਉਹ ਗਿਆਨ ਸਹੀ ਹੈ ਕਿ ਗਲਤ ਹੈ ਕੁਐਸਚਨ ਉਹਤੇ ਦੇਉਂਗਾ ਇੱਕ ਜਾਨ ਸ਼ਿਕਾਰੀ ਹੋਗਾ ਨਾ ਉਹ ਸੇਮ ਜਾਣਕਾਰੀ ਦੱਸੂਗਾ ਪਹਿਲਾਂ 8.5 ਤੋਂ ਦਿਨ ਵਟਤੇ ਪਿਆ ਹਾਂਜੀ ਉੱਪਰ ਦੱਸ ਕਿੰਨਾ ਚਾਹੀਦਾ ਅਸੀਂ ਇੱਕ ਸਵਾਲ ਨਹੀਂ ਪੁੱਛਦੇ ਸਟੇਵਨਸ ਆਰ ਰੇਟਿੰਗ ਆ ਗਈ ਹੈ ਇਹਨਾਂ ਹਵਾ ਬਣਾਤਾ ਅਸੀਂ ਕਿੰਨੇ 7 ਸਟਾਰ ਰੇਟਿੰਗ ਆ ਗਈ ਸਟੇਵਨਸ ਆਰ ਰੇਟਿੰਗ ਆ ਗਈ ਹੈ ਅਸੀਂ ਇਹ ਨਹੀਂ ਪੁੱਛਦੇ ਕਿ ਉਹ ਕਿ 7 ਸਟਾਰ ਰੇਟਿੰਗ ਦੇ ਵਿੱਚ ਤੁਸੀਂ ਐਡੀਸ਼ਨਲ ਲਾਅ ਕਿ ਰਿਓ ਰੈਂਟਲ ਵੀ ਅਸੀਂ ਨਹੀਂ ਕਹਿੰਦੇ 2 ਤੋਂ 3% ਜਬ ਅਟਵਲ ਕੋਈ ਕਹਦੇ 4 4% ਇਹ ਦੇ ਦਿੰਦਾ 4 2 5% ਦੇ ਦਿੰਦਾ ਬਟ ਆਰਗੈਨਿਕ ਇਸ 2 2 3% ਮੈਕਸਿਮਮ ਮੇਬੀ ਆਪਾਂ ਲਾਲੀ ਕਿ ਚਲੋ ਕਬ ਕਲਾਲੀ ਕਿ 4 5% ਹਨਾ ਪਰ ਗੱਲਾਂ ਹੋ ਰਹੀਆਂ ਨੇ ਇੱਥੇ 30% 40% ਦੀਆਂ ਹਾਂਜੀ ਪਰਮੀਤ ਬਾਜੀ ਕੀ ਹਾਲ ਚਾਲ ਨੇ ਬਸ ਬਹੁਤ ਵਧੀਆ ਤੁਸੀਂ ਸੁਣਾਓ ਗੁਰਵਿੰਦਰ ਬਾਜੀ ਤੁਹਾਡੇ ਕੀ ਹਾਲ ਚਾਲ ਨੇ ਬਸ ਵਧੀਆ ਅੱਜ ਬੈਠੇ ਹਾਂ ਤੁਹਾਡੇ ਨਾਲ ਪਹਿਲਾ ਪੋਡਕਾਸਟ ਆਪਾਂ ਕਰ ਰਹੇ ਆ ਤੁਹਾਡੇ ਨਾਲ ਤੇ ਮੈਂ ਨਾ ਪਰਮੀਤ ਭਾਜੀ ਨੂੰ ਕੰਟੈਕਟ ਕੀਤਾ ਕਿ ਆ ਆਪਾਂ ਕਰੀਏ ਕਿਉਂਕਿ ਇਹਨਾਂ ਦੇ ਵੀਡੀਓ ਆਪਾਂ ਦੇਖਦੇ ਰਹਿੰਨੇ ਆ ਟਿਕਟੋਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਾਣਕਾਰੀ ਜਿਹੜੀ ਆ ਉਹ ਸ਼ੇਅਰ ਕਰਦੇ ਆ ਮਲਟੀ ਟੈਲੈਂਟਡ ਨੇ ਇਮੀਗ੍ਰੇਸ਼ਨ ਤੋਂ ਲੈ ਕੇ ਪ੍ਰਾਪਰਟੀ ਮਾਰਕੀਟ ਬਿਲਡਿੰਗ ਹਰ ਇੱਕ ਚੀਜ਼ ਦੀ ਨੌਲੇਜ ਰੱਖਦੇ ਨੇ ਰਜਿਸਟਰਡ ਤੁਸੀਂ ਇਮੀਗ੍ਰੇਸ਼ਨ ਏਜੰਟ ਵੀ ਹੈਗੇ ਹੋ ਤਾਂ ਮੈਂ ਕਿਹਾ ਭਾਜੀ ਹੁਣ ਤੁਸੀਂ ਸ਼ੇਅਰ ਤਾਂ ਕਰਦੇ ਹੋ ਹੁਣ ਮੋਟਿਵ ਤਕਰੀਬਨ ਆਪਣਾ ਸੇਮ ਹੀ ਆ ਕਿ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰਨਾ ਤੇ ਔਰ ਬਹੁਤ ਜ਼ਿਆਦਾ ਜਿਹੜੇ ਬੰਦੇ ਨੇ ਸ਼ਾਇਦ ਇਸ ਲੈਵਲ ਤੇ ਉੱਤੇ ਕੰਮ ਨਹੀਂ ਕਰ ਰਹੇ ਹਾਂ ਜਪਾਨੀ ਦੇ ਉਤੇ ਚਲੋ ਥੋੜਾ ਜਿਹਾ ਟਿਕਟੌਕ ਦੇ ਜਾਂ ਹੋਰ ਜਿਹੜੇ ਆਪਣੇ ਮੀਡੀਅਮਸ ਹੈਗੇ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਬਣਾਉਂਦੇ ਆ ਤਾਂ ਬਾਜੀ ਬਣਾਉਂਦੇ ਨੇ ਤਾਂ ਜ਼ਿਆਦਾਤਰ ਤਾਂ ਲੋਕੀ ਸੇਲ ਸਾਡੀਆਂ ਵੀਡੀਓ ਵਿੱਚ ਲਾਦਾ ਬਣਾਉਂਦੇ ਨੇ ਆਪਣੇ ਪ੍ਰੋਡਕਟਸ ਪ੍ਰਮੋਟ ਕਰ ਲਈਆਂ ਜਾਂ ਹੋਰ ਚੀਜ਼ਾਂ ਹੋ ਗਈਆਂ ਸੋ ਲੈਟਸ ਡੂ ਟੁਗੇਦਰ ਕਿ ਜਿਹੜਾ ਹੈ ਨੋਲੇਜੇਬਲ ਆਪਣੀ ਕਮਿਊਨਿਟੀ ਨੂੰ ਗਿਆਨ ਦੇਣ ਦੀ ਆ ਗੱਲ ਦੀ ਹੈ ਕਿ ਪੋਡਕਾਸਟ ਆਪਾਂ ਕਰੀਏ ਦੇਖੋ ਜੇ ਗਿਆਨ ਦੀ ਗੱਲ ਹੈ ਮੈਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਨੂੰ ਆਲਰੇਡੀ ਬਹੁਤ ਗਿਆਨ ਹੈ ਪਰ ਉਹ ਗਿਆਨ ਸਹੀ ਹੈ ਕਿ ਗਲਤ ਹੈ ਕੁਐਸਚਨ ਹੋਦੇ ਤੇ ਹੁੰਦਾ ਬਿਲਕੁਲ ਬਿਕੋਜ਼ ਇਨਫੋਰਮੇਸ਼ਨ ਇਜ਼ ਇਨਫੋਰਮੇਸ਼ਨ ਹੂੰ ਉਹ ਚਾਹੇ ਸਹੀ ਹੋਵੇ ਚਾਹੇ ਗਲਤ ਹੋਵੇ ਹੁਣ ਸਾਡੀ ਜਿਹੜੀ ਕਮਿਊਨਿਟੀ ਹੈ ਉਹ ਸਿਰਫ ਫੋਕਸ ਕਰਦੀ ਹੈ ਇਨਫੋਰਮੇਸ਼ਨ ਤੇ ਹੂੰ ਅਸੀਂ ਫੈਕਟ ਚੈਕਸ ਨਹੀਂ ਕਰਦੇ ਅਸੀਂ ਡਾਟਾ ਨੂੰ ਕਨਸੋਲਿਡੇਟ ਨਹੀਂ ਕਰਦੇ ਤੇ ਫਿਰ ਜਦੋਂ ਕੋਈ ਨੁਕਸਾਨ ਹੋ ਜਾਂਦਾ ਅਸੀਂ ਕਹਿੰਨੇ ਕਿਸੇ ਦਾ ਕਸੂਰ ਹੈ ਹੂੰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜਿਹੜੀ ਇਨਫੋਰਮੇਸ਼ਨ ਹੈ ਉਹਨੂੰ ਕਰੈਕਟ ਕਰੀਏ ਕਿ ਇਹ ਗੁੱਡ ਹੈ ਕਿ ਮਿਸ ਇਨਫੋਰਮੇਸ਼ਨ ਹੈ ਸੋ ਮੇਰਾ ਜਿਹੜਾ ਜੋ ਵੀ ਅੱਜ ਕੱਲ ਮੈਂ ਕਰਦਾ ਜਾਂ ਜਿੰਨੀ ਤੇ ਕਾਫੀ ਦਿਨ ਤੋਂ ਕਰਦਾ ਆ ਰਿਹਾ ਹਾਂ ਕੋਸ਼ਿਸ਼ ਇਹ ਹੈ ਕਿ ਮੈਂ ਮਿਸ ਇਨਫਰਮੇਸ਼ਨ ਨੂੰ ਆਈਸੋਲੇਟ ਕਰਕੇ ਜਿਹੜੀ ਕਰੈਕਟ ਇਨਫਰਮੇਸ਼ਨ ਹੈ ਉਹ ਕੰਜ਼ਿਊਮਰ ਦੇ ਅੱਗੇ ਰੱਖਣਾ ਚਾਹਾਂ ਉਹ ਕਈ ਵਾਰ ਜਿਹੜੀ ਇਨਫਰਮੇਸ਼ਨ ਕਹਿੰਦੇ ਨਾ ਜਿਹੜਾ ਚੰਗੀ ਚੀਜ਼ ਹੁੰਦੀ ਹੈ ਹਮੇਸ਼ਾ ਕੌੜੀ ਹੁੰਦੀ ਹੈ ਸੋ ਚੰਗੀ ਇਨਫਰਮੇਸ਼ਨ ਜਿਹੜੀ ਹੁੰਦੀ ਹੈ ਉਹ ਸੁਣਨ ਨੂੰ ਚੰਗੀ ਨਹੀਂ ਲੱਗਦੀ ਬਟ ਐਂਡ ਦੇ ਔਲਿਆਂ ਦਾ ਖਾਦਾ ਬਾਅਦ ਚ ਹੀ ਪਤਾ ਲੱਗਦਾ ਇਹ ਗੱਲ ਹੋਈ ਹੈ ਨਾ ਤੈਨੂੰ ਹੁਣ ਆਪਾਂ ਜਿਹੜਾ ਪ੍ਰੋਪਰਟੀ ਮਾਰਕੀਟ ਦੀ ਆਪਾਂ ਗੱਲ ਕਰ ਲਈ ਆਪਾਂ ਬਿਜ਼ਨਸ ਦੀ ਗੱਲ ਕਰ ਲਈ ਹੈ ਨਾ ਕਰੈਕਟ ਪਾ ਹੁਣ ਜੇ ਬੰਦੇ ਹੁਣ ਸਾਨੂੰ ਪ੍ਰਾਪਰਟੀ ਮਾਰਕੀਟ ਚ ਕੀ ਪੁੱਛਦੇ ਐ ਐਸੇ ਜਦੋਂ ਅਸੀਂ ਰੀਅਲਟੇਰ ਵਿਚਰਦੇ ਆਂ ਕਿ ਭਾਈ ਪ੍ਰਾਪਰਟੀ ਮਾਰਕੀਟ ਕਿੱਦਾਂ ਆ ਚੜ ਗਈ ਥੱਲੇ ਹੋ ਗਈ ਕੋ ਸਵਾਲ ਤੋਂ ਹੀ ਹੁੰਦੇ ਨੇ ਕਰੈਕਟ ਮਤਲਬ ਤੀਜਾ ਸਵਾਲ ਹੀ ਉਹਨਾਂ ਨੇ ਬਹੁਤਿਆਂ ਜ਼ਿਆਦਾ ਨੇ ਕਦੀ ਇਹ ਨਹੀਂ ਪੁੱਛਿਆ ਕਿ ਹਾਂ ਰਾਈਟ ਟਾਈਮ ਕੀ ਆ ਕਦੀ ਉਹਨਾਂ ਨੇ ਕੋਈ ਕਰੋਨੋਲੋਜੀ ਦੀ ਗੱਲ ਨਹੀਂ ਕੀਤੀ ਡੇਟੇ ਦੀ ਗੱਲ ਨਹੀਂ ਕੀਤੀ ਮੋਸਟਲੀ ਪੁੱਛਦੇ ਨੇ ਭਾਜੀ ਪ੍ਰਾਪਰਟੀ ਮਾਰਕੀਟ ਕਿਦਾਂ ਘਰ ਕਿਦਾ ਵਧ ਗਿਆ ਜਾਂ ਭਾਈ ਚਾਰ ਬੈਡਰੂਮ ਘਰ ਕਿੰਨੇ ਦਾ ਮਿਲ ਜੂਗਾ ਠੀਕ ਹੈ ਨਾ ਹੁਣ ਜੇ ਬੰਦੇ ਨੇ ਜਿਹੜਾ ਜਿਹੜਾ ਸੀਲਸ ਵਾਲਾ ਆ ਜਿਹੜਾ ਸ਼ਿਕਾਰੀ ਆ ਜਿਹੜਾ ਜਿਹੜਾ ਵਕਤ ਨਹੀਂ ਆ ਤੇ ਕਹਿੰਦਾ ਉਹਨੇ ਕੀ ਕਰਨਾ ਉਹਨੇ ਪਹਿਲਾਂ ਬੰਦੇ ਦੀ ਗਿਣਤੀ ਮਿੰਤੀ ਲਾਉਣੀ ਆ ਕਿ ਇਹ ਕਿੱਦਾਂ ਦਾ ਤੇ ਵੇ ਇਹਨੋਂ ਸਵਾਲ ਪੁੱਛਿਆ ਤੇ ਹੁਣ ਇਹ ਇਹ ਸ਼ਿਕਾਰ ਜਿਹੜਾ ਹੈ ਮੇਰੇ ਹੱਥ 'ਚ ਕਿੱਦਾਂ ਦਾ ਜਵਾਬ ਦੇਣਾ ਹੁਣ ਅਸੀਂ ਜਵਾਬ ਦੇਣਾ ਕਿ ਬੰਦੇ ਦੀ ਵੀ ਉਹਦਾ ਨੁਕਸਾਨ ਨਾ ਹੋਵੇ ਜੋ ਅਸੀਂ ਕਹਿੰਨੇ ਹਨ ਕਿ ਵੀ ਅਸੀਂ ਸ਼ਿਕਾਰੀ ਨਹੀਂ ਅਸੀਂ ਉਹਨੂੰ ਸ਼ਿਕਾਰ ਨਹੀਂ ਕਰਨਾ ਅਸੀਂ ਕਹਿੰਦਾ ਕਿ ਵੀ ਹਾਂ ਵੀ ਬੰਦਾ ਡਿਸੀਜਨ ਕਿੱਦਾਂ ਵੜਾਉਣਾ ਜਦੋਂ ਉਹਦੋਂ ਗੱਲ ਕਰਦੇ ਆ ਉਹ ਕਈ ਵਾਰ ਬਿਟਰ ਹੁੰਦੀ ਆ ਹਾਂ ਵੀ ਹਾਂ ਵੀ ਜੀ ਕਹਿ ਦਿੱਤਾ ਵੀ ਹਾਂ ਵੀ ਨਹੀਂ ਵੀ ਪ੍ਰਾਪਰਟੀ ਮਾਰਕੀਟ ਕਿੱਦਾਂ ਵੀ ਤੁਸੀਂ ਜਾਂ ਉਹਨੂੰ ਕਹਤਾ ਵੀ ਹਾਂ ਜੀ ਠੀਕ ਹੈ ਪ੍ਰਾਪਰਟੀ ਮਾਰਕੀਟ ਵਧ ਰਹੀ ਪਰ ਨਹੀਂ ਵਧ ਰਹੀ ਉਹ ਉਸ ਹਿਸਾਬ ਨਾਲ ਨਹੀਂ ਵਧ ਰਹੀ ਹੁਣ ਕਿਸੇ ਬੰਦੇ ਨੇ ਕਹਿਤਾ ਜੀ ਹਾਂ ਵਧ ਰਹੀ ਹੈ ਜਦੋਂ ਹੁਣ ਇੱਕ ਵਾਰ ਤੁਹਾਨੂੰ ਐਗਜ਼ਾਮਪਲ ਦੇਣਾ ਘਰਾਂ ਦੀ ਹੁਣ ਆਪਾਂ ਸੇਲਸ ਵਾਲੀ ਜਿੱਦਾਂ ਆਪਾਂ ਗੱਲ ਕਰਦੇ ਹਾਂ ਸਾਡੇ ਕੋਲ ਬੰਦਾ ਆਉਗੇ ਭਾਜੀ ਮੇਰਾ 4 ਬੈਡਰੂਮ ਦਾ ਘਰ ਕਿੰਨੇ ਦਾ ਵਿਕੂਗਾ ਹਾਂਜੀ ਠੀਕ ਹੈ ਨਾ ਹੁਣ ਜੇ ਅਸੀਂ ਉਹਨੂੰ ਮੰਨ ਲਓ ਕਹਿਤਾ ਹਿਸਾਬ ਨਾਲ ਕਿ ਵੀ ਪ੍ਰਾਪਰਟੀ ਮਾਰਕੀਟ ਦੇ ਹਿਸਾਬ ਨਾਲ ਦੇਖ ਕੇ ਕਿ ਵੀ ਹਾਂ ਵੀ ਤੇਰਾ ਵੀ ਅਰਾਊਂਡ 740 ਅਸੀਂ ਐਨਾਲਾਈਜ਼ ਕਰਕੇ ਸਹੀ ਦਸਤੀ ਜਾਣਕਾਰੀ ਜਾਂ ਕਿਸੇ ਨੇ ਵੀ ਜੰਨੇ ਸਹੀ ਜਾਣਕਾਰੀ ਦਸੀ ਇੱਕ ਜੜ ਸ਼ਿਕਾਰੀ ਹੋਊਗਾ ਨਾ ਉਹ ਸੇਮ ਜਾਣਕਾਰੀ ਨੂੰ ਦੱਸੂਗਾ ਪਹਿਲੇ 8.5 ਤੱਕ ਵਟਤੇ ਪਿਆ ਹਾਂਜੀ ਉੱਪਰ ਦੱਸ ਕਿੰਨਾ ਚਾਹੀਦਾ ਉੱਪਰ ਠੀਕ ਹੈ ਨਾ ਹੁਣ ਉਹ ਬੰਦੇ ਨੇ ਇਹ ਨਹੀਂ ਦੇਖਣਾ ਕਿ ਵੀ ਮੈਂ ਕਿੱਧਰ ਜਾਣਾ ਵੀ ਇਹ ਬੰਦੇ ਨੇ 7.5 ਕਿਹਾ ਸੀ ਕੁਝ ਸੋਚ ਕੇ ਕਿਹਾ ਹੋਊਗਾ ਉਹਨੇ ਆਟੋਮੈਟਿਕਲੀ 8.5 ਵਾਲੇ ਕੋਲ ਚਲ ਜਾਣਾ ਵੈਰੀ ਟ੍ਰੂ ਤਾਂ ਹੁਣ ਹੋਣਾ ਕੀ ਆ ਕਿ ਘਰ ਤਾਂ ਬਾਜੀ ਉਹਨੇ ਤਾਂ ਹੀ ਵਿਕੂਗਾ ਜਿੰਨੇ ਦਾ ਪ੍ਰਾਪਰਟੀ ਹੈਗੀ ਆ ਹਾਂਜੀ ਬਟ ਉਹ ਆਉਣਾ ਉਹਨੇ ਉੱਥੇ ਹੀ ਆ ਬਟ ਉਹ 6 ਮਹੀਨੇ ਖੱਜਲੋ ਕੇ ਆਊਗਾ ਭਾਜੀ ਉਸ ਚੀਜ਼ ਤੇ ਮੈਂ ਤੁਹਾਨੂੰ ਐਡ ਕਰਾਂਗਾ ਤੁਸੀਂ ਕਿਹਾ ਪ੍ਰਾਪਰਟੀ ਉਹਨੇ ਦੀ ਵਿੱਚ ਵੇਕਣੀ ਹੈ ਮੈਂ ਉਹਨੂੰ ਕਰੈਕਟ ਕਰਕੇ ਕਹਾਂ ਐਕਚੁਅਲ ਚ ਜਿਹੜਾ ਤੁਸੀਂ ਐਸਟੀਮੇਟ ਦਿੱਤਾ ਪ੍ਰਾਪਰਟੀ ਉਹਦੇ ਤੋਂ ਵੀ ਘੱਟ ਵਿਕੇਗੀ ਬਟ ਜਿਹੜੀ ਤੁਹਾਡੀ ਹੋਲਡਿੰਗ ਕਾਸਟ ਹੈ 6 ਮਹੀਨੇ ਤੁਹਾਡੀ ਖੱਜਲ ਖਵਾਰੀ ਹੋ ਕੇ ਜਿਹੜਾ ਤੁਹਾਨੂੰ ਇੰਟਰਸਟ ਰੇਟ ਦੇਣਾ ਪੈ ਰਿਹਾ ਸਾਰਾ ਕੁਝ ਦੇਣਾ ਪੈ ਰਿਹਾ ਤੁਸੀਂ ਉਹ ਕੈਲਕੂਲੇਟ ਨਹੀਂ ਕਰਦੇ ਫੋਰ ਐਗਜ਼ਾਮਪਲ ਜੇ ਤੁਹਾਡੀ ਆਪਣੀ ਪਾਕਟ ਦੇ ਵਿੱਚ ਉਹ ਹਰ ਸਾਲ ਬਾਾਰ ਹਰ ਮਹੀਨੇ 1500 12 2000 ਜਾ ਰਿਹਾ ਨਾ 6 ਮਹੀਨੇ ਕੈਲਕੂਲੇਟ ਕਰਕੇ ਦੇਖੋ ਤੁਸੀਂ ਆਪਣੇ ਆਪ ਕੀ 10000 ਤੋਂ 12000 ਡਾਲਰ ਤੁਹਾਡੇ ਤੇ ਇੱਥੇ ਘਟ ਗਿਆ ਬਿਲਕੁਲ ਨਾਲੇ ਵੀ ਹੈ ਨਾ ਕਿ 6 ਜਿਹੜੇ ਤੁਸੀਂ ਓਪਨਸ ਕੀਤੇ 6 ਮਹੀਨੇ ਤਸਦੀਬ ਕਰਦੀਆਂ ਹੁਣ ਆਪਾਂ ਜਦੋਂ ਘਰ ਰਹਿੰਨੇ ਆ ਹਾਂਜੀ ਆਪਾਂ ਨਾਰਮਲ ਜਆ ਜਿੱਦਾਂ ਵੀ ਅੱਖ ਖਾਰਾ ਪਿਆ ਹੁੰਦਾ ਜਾਂ ਜਿੰਨੀਆਂ ਨਾਰਮਲ ਸਫਾਈਆਂ ਕਰਦੇ ਡਿਸਕਲੋਮ ਨਹੀਂ ਹੁੰਦਾ ਹੈ ਨਾ ਲਿਵਿੰਗ ਆਪਾਂ ਉਹਨੂੰ ਕਹਿੰਦੇ ਕਿ ਲਿਵਿੰਗ ਕੰਡੀਸ਼ਨ ਵਿੱਚ ਆਪਾਂ ਰਹਿੰਦੇ ਹਾਂ ਨਾ ਤਾਂ ਹਾਊਸ ਇਸ ਇਨ ਲਿਵਿੰਗ ਕੰਡੀਸ਼ਨ ਤਾਂ ਬਟ ਜਦ ਤੁਸੀਂ ਘਰ ਓਪਨ ਕਰਨਾ ਪ੍ਰਾਪਰਟੀ ਨੂੰ ਦਿਖਾਉਣਾ ਕਿਸੇ ਨੂੰ ਉਹ ਬੜਾ ਸਟ੍ਰੈਸਫੁੱਲ ਕੰਮ ਹੈ ਕਿ ਉਹਨੂੰ ਕਲੀਨ ਕਰਨਾ ਸਪੌਟਲੈਸ ਕਲੀਨਿੰਗ ਹੋਣੀ ਚਾਹੀਦੀ ਹੈ ਪ੍ਰੋਪਰ ਹਰ ਚੀਜ਼ ਹੈ ਬੱਚਿਆਂ ਨੂੰ ਰੋਕਦੇ ਆ ਕਿ ਵੀ ਤੁਸੀਂ ਖਲਾਰਾ ਨਹੀਂ ਪਾਉਣਾ ਘਰ ਦੇ ਵਿੱਚ ਮਤਲਬ ਤੁਸੀਂ ਅਨ ਕਹਿੰਦੇ ਕਿ ਐਬਨਾਰਮਲ ਕੰਡੀਸ਼ਨ ਚ ਰਹਿਣੇ ਹੋ ਕਿ ਤੁਸੀਂ ਕੋਈ ਵੀ ਹਰ ਚੀਜ਼ ਦਾ ਬੜਾ ਧਿਆਨ ਰੱਖਦੇ ਹੋ ਬਾਥਰੂਮ ਤੋਂ ਲੈ ਕੇ ਕਿਚਨ ਤੱਕ ਦਾ ਹਰ ਚੀਜ਼ ਦਾ ਸੋ ਉਹ ਚੀਜ਼ ਬੰਦਾ ਨਹੀਂ ਕੈਲਕੂਲੇਟ ਕਰਦਾ ਕਿ 6 ਮਹੀਨੇ ਮੈਂ ਬੜਾ ਔਖਾ ਰਿਹਾ ਇਹ ਚੀਜ਼ ਸੌਖੀ ਨਹੀਂ ਹੈਗੀ ਉਹ ਇਸ ਚੀਜ਼ ਨੂੰ ਮੈਂ ਇੱਕ ਟੈਕਨੀਕਲ ਅਗੇਨ ਮੇਰਾ ਕੰਮ ਹੈ ਟੈਕਨੀਕਲ ਕੰਮ ਕਰਨਾ ਇਹਨੂੰ ਮੈਂ ਨੇ ਟੈਕਨੀਕਲ ਵਰਡ ਦਿੱਤਾ ਇਹਨੂੰ ਕਹਿੰਦੇ ਕਸਟਮਰ ਗ੍ਰੈਬਿੰਗ ਸਟ੍ਰੈਟਜੀ ਜਿਹੜੇ ਵੀ ਆਪਣੇ ਇਸ ਟਾਈਮ ਦੇ ਉੱਤੇ ਕੰਮ ਕਰ ਰਹੇ ਆ ਉਹਨਾਂ ਦਾ ਇਹ ਮਕਸਦ ਨਹੀਂ ਹੈਗਾ ਉਹਨਾਂ ਦਾ ਮਕਸਦ ਹੈਗਾ ਕਸਟਮਰ ਨੂੰ ਰੀਟੇਨ ਕਿੱਦਾਂ ਕਰਨਾ ਜਦੋਂ ਇੱਕ ਵਾਰੀ ਕਸਟਮਰ ਆ ਗਿਆ ਉਸ ਤੋਂ ਬਾਅਦ ਲੱਲੇ ਭੱਬੇ ਪਾ ਕੇ ਇਟ ਇਜ਼ ਵੈਰੀ ਹਾਰਡ ਕਿ ਕਸਟਮਰ ਉਹਨਾਂ ਤੁਹਾਡੇ ਕੋਲ ਤਿੰਨ ਮਹੀਨੇ ਹੋ ਗਿਆ ਕਿਸੇ ਕੋਈ ਹੋਰ ਮੂਵ ਕਰੇ ਤੁਸੀਂ ਕਹਿੰਦੇ ਹੋ ਯਾਰ ਜੋ ਹੋ ਗਿਆ ਹੋ ਗਿਆ ਉਹਨਾਂ ਨੇ ਤੁਹਾਡੇ ਜਿਹੜੇ ਸੈਂਟੀਮੈਂਟਸ ਹੈ ਉਸ ਹੱਬ ਦੇ ਨਾਲ ਚੇਂਜ ਕਰ ਦੇਣੇ ਕਿ ਮਾਰਕੀਟ ਡਾਊਨ ਹੋ ਗਈ ਹੈ ਸਾਡਾ ਕੋਈ ਕਸੂਰ ਨਹੀਂ ਹੈ ਦੇ ਦੇ ਸਟਿਲ ਵਿਲ ਐਕਟ ਐਜ਼ ਅ ਵਿਕਟਿਮ ਉਹਨਾਂ ਨੇ ਇਹ ਨਹੀਂ ਕਹਿਣਾ ਕਿ ਉਹਨਾਂ ਦਾ ਕਸੂਰ ਹੈ ਉਹਨਾਂ ਨੇ ਤੁਹਾਨੂੰ ਗਲਤ ਐਸਟੀਮੇਟ ਕੀਤਾ ਉਹਨਾਂ ਨੇ ਰੇਟਸ ਤੇ ਬਲੇਮ ਕਰ ਦੇਣਾ ਹੈ ਗਵਰਨਮੈਂਟ ਤੇ ਬਲੇਮ ਕਰ ਦੇਣਾ ਹੈ ਮਾਰਕੀਟ ਤੇ ਬਲੇਮ ਕਰ ਦੇਣਾ ਹੈ ਠੰਡ ਤੇ ਤੇ ਗਰਮੀ ਤੇ ਬਲੇਮ ਕਰ ਦੇਣਾ ਇਹ ਤੁਹਾਡੀ ਨਹੀਂ ਓਪਨ ਤੇ ਕਿਉਂ ਓਪਨ ਦੇ ਬੰਦੇ ਨਹੀਂ ਆਏ ਇਸ ਹਫਤੇ ਮੀਂਹ ਪੈ ਗਿਆ ਮੀਂਹ ਪੈ ਗਿਆ ਠੀਕ ਹੈ ਨਾ ਸੋ ਮੀਂਹ ਤੇ ਕਰਤਾ ਡੱਡੂਆਂ ਦੇ ਕਰਤਾ ਮੱਛੀਆਂ ਤੇ ਕਰਤਾ ਦੇਖੋ ਜੀ ਬੰਨ੍ਹੇ ਤੇ ਜਿੰਨੇ ਲੱਗੇ ਨੇ ਲਾ ਸਕਦੇ ਉਹ ਪਰ ਜਿਹੜਾ ਜੈਨੂਇਨ ਬੰਦਾ ਹੈ ਜੀਤ ਕੋ ਟਾਈਮ ਲਿਮਿਟਿਡ ਹੈ ਔਰ ਤੁਹਾਨੂੰ ਰਾਈਟ ਐਡਵਾਈਸ ਦਿੰਦਾ ਹੈ ਉਹਦੀ ਐਡਵਾਈਸ ਤੁਹਾਨੂੰ ਉਸ ਟਾਈਮ ਤੇ ਕੋਰਡੀ ਲੱਗੇਗੀ ਬਟ ਉਹ ਤੁਹਾਨੂੰ ਰਿਜ਼ਲਟਸ ਛੇਤੀ ਦੇਵੇਗਾ ਕਿਉਂਕਿ ਨਾ ਤੇ ਉਹ ਨੇ ਤੁਹਾਡਾ ਟਾਈਮ ਵੇਸਟ ਕਰਨਾ ਤੇ ਨਾ ਉਸ ਬੰਦੇ ਨੇ ਆਪਣਾ ਟਾਈਮ ਵੇਸਟ ਹੋ ਰਿਹਾ ਹੈ ਟਾਈਮ ਇਜ਼ ਮਨੀ ਸੋ ਆਪਾਂ ਨੂੰ ਸੋਚਣਾ ਜੀਦਾ ਕਿ ਜਿਹੜਾ ਬੰਦਾ ਤੁਹਾਡੇ ਨਾਲ ਲੱਲੇ ਪੱਬੇ ਪਾ ਰਿਹਾ ਕਿਉਂ ਪਾ ਰਿਹਾ ਕਿਉਂ ਟਾਈਮ ਵੇਸਟ ਕਰ ਰਿਹਾ ਜੀ ਲੱਗਦਾ ਨਹੀਂ ਇਹਨਾਂ ਸੋਚਦੇ ਬੰਦੇ ਦਮਾ ਉਹ ਤਾਂ ਬਸ ਇਹ ਦੇਖਦੇ ਕੋਈ ਨੇ 8:30 9 ਲੱਗਦਾ ਲੌਲੀਪਾਪ ਮੇਰੇ ਹੱਥੇ ਚ ਫੜਾ ਦਿੱਤਾ ਤੇ ਉਹ ਜੀ ਭਾਜੀ ਹਾਂ ਐਜ਼ ਅ ਕਮਿ ਅਸੀਂ ਸੋਚਦੇ ਨਹੀਂ ਹੈ ਮੈਨੂੰ ਲੱਗਦਾ ਇੱਥੇ ਤੁਹਾਡੇ ਜਿਹੜੇ ਵੀਡੀਓਜ਼ ਨੇ ਉਹ ਕਾਫੀ ਜੰਪ ਇਨ ਮੈਂ ਹੁਣ ਉੱਤੇ ਆਉਂਗਾ ਟਾਪਿਕਸ ਤੇ ਹਾਂਜੀ ਕਿ ਤੁਸੀਂ ਡਾਟਾ ਤੇ ਕੰਮ ਕਰਦੇ ਹੋ ਵੇਰੀ ਟru ਮੈਂ ਜੀ ਦੇਖਿਆ ਕਾਫੀ ਤੁਸੀਂ ਡਾਟਾ ਤੇ ਕਰਦੇ ਆ ਉਹ ਚੀਜ਼ ਦੇਖ ਕੇ ਮੈਂ ਵੀ ਕੁਝ ਚੀਜ਼ਾਂ ਸ਼ੁਰੂ ਕੀਤੀਆਂ ਨੇ ਡਾਟਾ ਕੋਰ ਲੌਜੀਕ ਦੀਆਂ ਹੋਰ ਜਿਹੜੇ ਰੀਅਲ ਸਟੇਟ ਦਾ ਡਾਟਾ ਪਿੱਛੇ ਜੀ ਅਸੀਂ ਰੀਅਲ ਸਟੇਟ ਦਾ ਵੀ ਇੱਕ ਪੂਰਾ ਹੀ ਹਿਸਟੋਰੀਕਲ ਵੀਡੀਓ ਅਸੀਂ ਪਾਇਆ ਸੀਗਾ கரੈਕਟ ਕਿਉਂਕਿ ਹ ਹੁਣ ਆਪਾਂ ਨੂੰ ਰੀਅਲ ਸਟੇਟ ਰੇਟ ਆਫ ਇੰਡਸਟਰੀ ਆਉਣੇ ਆ கரੈਕਟ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਪੰਜਾਬੀ ਨੇ ਹਮਮੈਂ ਮੈਂ ਗੋਰੇ ਬਹੁਤ ਘੱਟ ਦੇਖਿਆ ਦੇਖਿਆ ਬਟ ਘੱਟ ਦੇਖਿਆ ਬਟ ਜਦ ਤੱਕ ਜਿਹੜੇ ਸਾਡੇ ਪੰਜਾਬੀ ਆ ਇੰਡੀਅਨਸ ਕਮਿਊਨਿਟੀ ਲਾ ਲੋ ਉਹ ਬਹੁਤ ਜ਼ਿਆਦਾ ਇਸ ਗੱਲ ਦੀ ਕੰ ਮਾਰੇ ਗਏ ਐ ਹੋ ਗਿਆ ਜੀ ਉਹ ਹੋ ਗਿਆ ਕੰਪਲੀਟਿੰਗ ਬਹੁਤ ਜਿਆਦਾ ਹੈ ਚਲੋ ਬਦੇ ਵੀ ਹੈਗੇ ਆਪਾਂ ਕਹਿੰਦੇ ਡਬਲ ਹੋ ਗਏ ਪਿਛਲੇ 1 ਸਾਲ ਦੇ ਵਿੱਚ ਰੇਟ ਹੈ ਨਾ ਹਾਂਜੀ 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 ਬਟ ਪਿੱਛੇ ਜਦੋਂ ਮੈਂ ਇੱਕ ਵੀਡੀਓ ਪਾਇਆ ਸੀ ਕਿ ਕਿ ਹਿਸਟੋਰੀਕਲ ਸਾਰਾ ਰੇਟ ਦਾ ਦੇ ਕੇ 2008 ਤੋਂ ਹੂੰ ਕਿ ਵੀ ਹੁਣ ਤੱਕ ਦਾ ਰੇਟ ਕੀ ਉਦੋਂ 2008 'ਚ ਜਦੋਂ ਅਸੀਂ ਆਪਣਾ ਪਹਿਲਾ ਘਰ ਲਿਆ ਸੀਗਾ 5.5 ਉਦੋਂ ਨਹੀਂ ਜਿਹੜਾ ਅਸੀਂ ਲਿਆ ਸੀ 765 ਤੇ ਵੈਰੀ ਟਰੂ 765 ਦੇ ਉਹ ਸਭ ਪੂਰਾ ਡਾਟਾ ਰੱਖਿਆ ਸੀ ਕੈਸ਼ ਰੇਟ 5.5 ਸੀਗੀ ਹਾਂ ਕੈਸ਼ ਰੇਟਸ 5.5 ਹੋ ਗਿਆ ਮੇਲੇ ਜਿਹੜਾ ਰੇਟ ਮੈਨੂੰ ਮਿਲੇ ਸੀ 765 ਬਟ ਉਸ ਤੋਂ ਬਾਅਦ ਇਹ ਫਾਇਦਾ ਇਹ ਹੋਇਆ ਕਿ 2009 ਤੋਂ ਬਾਅਦ ਲਗਾਤਾਰ ਡ੍ਰੌਪ ਹੋਇਆ ਹਾਂਜੀ ਠੀਕ ਹੈ ਨਾ ਵਿੱਚ ਥੋੜਾ ਬਹੁਤ ਵਧਿਆ ਘਟਿਆ ਹੁਣ ਉਹ ਉੱਥੇ ਆਉਂਦੇ ਆਪਾਂ ਡਾਟਾ ਹੁਣ ਆਪਣੇ ਬੰਦੇ ਨੂੰ ਡਾਟਾ ਦੀ ਨੌਲੇਜ ਨਹੀਂ ਹੁੰਦੀ ਕਿ ਵੀ ਹਾਂ ਵੀ 10 ਸਾਲ ਪਹਿਲਾਂ ਵੀ ਇਹ ਰੇਟ ਅਵੰਟਰ ਸੀਗਾ ਤਾਂ ਕਿਉਂਕਿ ਆਪਣੀ ਕਮਿਊਨਿਟੀ ਜ਼ਿਆਦਾਤਰ ਆਈ ਆ ਜਿਨ੍ਹਾਂ ਨੇ ਘਰ ਲੈਣੇ ਸ਼ੁਰੂ ਕੀਤੇ ਉਹ 12 13 'ਚ ਜ਼ਿਆਦਾਤਰ ਨਾ ਕਹਾਂ ਮੇਜਰ ਜਿਹੜੇ 1 ਤੋ ਉਦੋਂ ਫਿਰ ਉਹੀ ਗੱਲ ਹੋ ਗਈ ਕਿ 4-5 ਦੇ ਉੱਤੇ ਬੰਦਿਆਂ ਨੇ ਘਰ ਲਏ ਨੇ ਜਾਂ 3-4 ਦੇ ਉੱਤੇ ਤਾਂ ਅੱਜ ਦੀ ਡੇਟ ਦੇ ਜਿਹੜਾ ਰੇਟ ਅੰਮਟਾ ਸੋਨ ਵਧਿਆ ਉਹਨਾਂ ਨੂੰ ਵਾਤਾ ਲੱਗਦਾ ਆ ਹੂੰ ਹੁਣ ਆਪੇ ਇਹ ਗੱਲ ਹੈ ਕਿ ਡਾਟਾ ਦੀ ਇੰਪੋਰਟੈਂਸ ਕੀ ਆ ਕਿ ਵੀ ਆਪਣੀ ਕਮਿਊਨਿਟੀ ਨੂੰ ਆਪਾਂ ਕਿੱਦਾਂ ਇਹ ਚੀਜ਼ ਨੂੰ ਸਮਝਾ ਸਕਦੇ ਆ ਹਾਂਜੀ ਜਾਂ ਇਹ ਕਿਸ ਦਾ ਇਹਦੇ ਉੱਤੇ ਕੰਮ ਕੀਤਾ ਜਾ ਸਕਦਾ ਦੇਖੋ ਮੇਨ ਚੀਜ਼ ਇਹ ਹੈ ਕਿ ਤੁਸੀਂ ਉਸ ਪਾਸਟ ਜਿਹੜੇ ਰਿਜ਼ਲਟਸ ਹੈ ਉਹ ਫਿਊਚਰ ਨੂੰ ਡਿਕਟੇਟ ਨਹੀਂ ਕਰਦੇ ਔਰ ਫਿਊਚਰ ਦੇ ਕਦੀ ਪਾਸਟ ਨੂੰ ਡਿਕਟੇਟ ਨਹੀਂ ਕਰਦੇ ਸਭ ਤੋਂ ਪਹਿਲਾਂ ਸਾਨੂੰ ਇਹ ਲੈ ਕੇ ਚਲਣਾ ਪਏਗਾ ਹੁਣ ਆਪਾਂ ਇੱਕ ਚੀਜ਼ ਜਿਹੜੀ ਪ੍ਰਮੋਟ ਕੀਤੀ ਜਾ ਰਹੀ ਹੈ ਆਪਣੇ ਰੀਅਲ ਏਸਟੇਟ ਇੰਡਸਟਰੀ ਦੇ ਵਿੱਚ ਕਿ ਘਰ ਬਹੁਤ ਚਾਹੀਦੇ ਆ ਯੂ نو देयर इज नो ਹੋਮ ਸ਼ੋਰਟੇਜ ਹੋਮ ਸ਼ੋਰਟੇਜ ਹੈ ਪਰ ਅਸੀਂ ਇਹ ਨਹੀਂ ਸੋਚਦੇ ਕਿ ਉਸ ਸ਼ੋਰਟੇਜ ਨੂੰ ਸਪਲਾਈ ਕਰਨ ਲਈ ਸਾਨੂੰ ਚਾਹੀਦੀ ਹੈ ਕੈਸ਼ ਹਮ which comes from affordability ਸੋ ਜਦੋਂ ਤੁਹਾਡੀ ਅਫੋਰਡੇਬਿਲਟੀ ਖਤਮ ਹੋ ਗਈ ਹੁਣ ਇੰਡੀਆ ਦੇ ਵਿੱਚ ਪੋਪੂਲੇਸ਼ਨ ਕਿਸੇ ਵੀ ਕੰਟਰੀ ਨਾਲੋਂ ਘੱਟ ਨਹੀਂ ਹੈਗੀ ਕੀ ਗੱਲ ਉੱਥੇ ਘਰ ਨਹੀਂ ਚਾਹੀਦੇ ਕਿਉਂ ਨਹੀਂ ਘਰ ਬਣ ਰਹੇ ਕਿਉਂਕਿ ਪੀਪਲ ਅਫੋਰਡ ਨਹੀਂ ਕਰ ਸਕਦੇ ਸੋ ਅਫੋਰਡੇਬਿਲਟੀ ਐਂਡ ਸ਼ਾਰਟੇਜ ਗੋ ਹੈਂਡ ਇਨ ਹੈਂਡ ਹੁਣ ਜਿਹੜੀ ਗਵਰਨਮੈਂਟ ਹੈ ਕਿੰਨੇ ਲੋਕਾਂ ਨੂੰ ਪਤਾ ਹੈ ਕਿ ਗਵਰਨਮੈਂਟ ਇਸ ਸਮੇ ਬਿਹਾਈਂਡ ਦ ਸੀਨ ਪ੍ਰੋਮੋਸ਼ਨ ਕਰ ਰਹੀ ਹੈ ਕਿ ਤੁਸੀਂ ਜਿਹੜੇ ਮਲਟੀ ਡਿਵੈਲਪਮੈਂਟ ਡਿਵੈਲਪਮੈਂਟ ਯੂਨਿਟਸ ਹੈ ਉਹਨਾਂ ਨੂੰ ਪ੍ਰੋਮੋਟ ਕੀਤਾ ਜਾਵੇ ਕਰ ਗਵਰਨਮੈਂਟ ਨੇ ਇਹ ਪ੍ਰੋਜੈਕਟ ਸਿਟੀ ਦੇ ਕੋਲ ਜਿਹੜੇ ਸਰਬਰਬਸ ਆਉਣਾ ਚ ਲੈ ਕੇ ਆ ਰਹੀ ਹੈ ਤਾਂ ਜੋ ਉਹਨਾਂ ਨੂੰ ਨਵੀਆਂ ਰੂਟਸ ਨਾ ਬਣਾਉਣੀਆਂ ਪੈਣ ਨਵੀਆਂ ਉਹਨਾਂ ਨੂੰ ਇਨਫਰਾਸਟ੍ਰਕਚਰ ਨਾ ਬਣਾਉਣਾ ਪਵੇ ਸੇਮ ਹਸਪੀਟਲ ਦੇ ਵਿੱਚ ਬੈੱਡ ਐਕਸਟਰਾ ਲੱਗ ਜਾਣ ਸੋ ਉਹ ਡੈਂਸਿਟੀ ਇਨਕਰੀਜ਼ ਕਰ ਰਿਹਾ ਹੁਣ ਐਸ ਅ ਕੰਜ਼ਿਊਮਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਫਿਊਚਰ ਉਹ ਅਫੋਰਡੇਬਿਲਟੀ ਤੋਂ ਉਹਨਾਂ ਨੇ ਸੈੱਟ ਕਰਤੀ ਕਿਉਂਕਿ ਜਿਹੜਾ ਤੁਹਾਨੂੰ ਇੱਕ ਟਾਊਨ ਹਾਊਸ ਹੈ ਉਹ ਤੁਹਾਨੂੰ ਸਿਟੀ ਦੇ ਕੋਲ ਉਸ 6.5 ਦਾ ਮਿਲ ਰਿਹਾ ਤੇ ਮੈਲਟਨ ਦੇ ਜੇ ਤੁਸੀਂ ਪਰਦੇ ਡਾਊਨ ਵੀ ਚਲ ਜਿਓ ਤੁਹਾਨੂੰ ਘਰ 6 6.5 ਦਾ ਮਿਲ ਰਿਹਾ ਸੋ ਉਹਨਾਂ ਨੇ ਸਿਟੀ ਦੇ ਕੋਲ ਲਿਆ ਕੇ ਤੁਹਾਡੀ ਫੋਰਡੇਬਿਲਟੀ ਇਨਕਰੀਜ਼ ਕਰਤੀ ਬਟ ਅਸੀਂ ਨਹੀਂ ਸੋਚ ਰਹੇ ਕਿ ਸਾਨੂੰ ਉੱਥੇ ਜਾ ਕੇ ਬੋਡੀ ਕਾਰਪੋਰੇਟਸ ਵੀ ਦੇਣੇ ਪੈਣਗੇ ਆਨ ਗoing ਕਾਸਟ ਹੈ ਮੈਂ ਤੁਹਾਨੂੰ ਗਾਰੰਟੀ ਦਿੰਦਾ ਇਹ ਸਪੌਡਕਾਸਟ ਨੂੰ ਸੁਣਨ ਵਾਲੇ 50% ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਏਗਾ ਕਿ ਬੋਡੀ ਕਾਰਪੋਰੇਟ ਹੁੰਦੀ ਕੀ ਹੈ ਉਹ ਵੀ ਤਾਂ ਦੋਸਤ ਇਨ ਲਾਈਨ ਬੋਡੀ ਕਾਰਪੋਰੇਟ ਫੀਸ ਹੁੰਦੀ ਹੈ ਜਿਹੜੀ ਤੁਸੀਂ ਮਲਟੀ ਡਿਵੈਲਪਮੈਂਟ ਯੂਨਿਟਸ ਹੈ ਨਾ ਉਹਨਾਂ ਦੇ ਵਿੱਚ ਬਿਨ ਸਾਂਝੇ ਜਾਂਦੇ ਆ ਡਰਾਈਵ ਵੀ ਸਾਂਝੇ ਹੁੰਦੇ ਆ ਪਲੰਬਿੰਗ ਸਾਂਝੀ ਹੁੰਦੀ ਮਤਲਬ ਤਿੰਨ ਯੂਨਿਟਸ ਤੋਂ ਉੱਪਰ ਜਣੀ ਵੀ ਹੋਈ ਤੇ ਉੱਤੇ ਬੋਡੀ ਕੌਪ ਲੱਗਦੀ ਹੈ ਹਾਂਜੀ ਤਿੰਨ ਤੱਕ ਸ਼ਾਇਦ ਨਹੀਂ ਹੁੰਦੀਆਂ ਤਿੰਨ ਦੀ ਦੋ ਤੱਕ ਤਾਂ ਬਿਲਕੁਲ ਵੀ ਨਹੀਂ ਹੁੰਦੀ ਬਟ ਦੋ ਤੋਂ ਉੱਪਰ ਸ਼ਾਇਦ ਹੋ ਜਾਵੇ ਕਰੈਕਟ ਉਹ ਡਿਪੈਂਡ ਕਰਦਾ ਤੁਸੀਂ ਕਿੰਨੀ ਫੈਸਿਲਿਟੀਆਂ ਹੈ ਜਿਹੜੀਆਂ ਆਪਣੀਆਂ ਸ਼ੇਅਰ ਕਰ ਰਹੇ ਹੋ ਹੂੰ ਜੇ ਤੁਸੀਂ ਸਪੋਜ਼ ਕਰੋ ਇੱਕ ਯੂਨਿਟ ਬਣਾਤਾ ਜਿਹੜਾ ਉੱਪਰ ਥੱਲੇ ਹੈ ਉਹਦੇ ਵਿੱਚ ਸਾਰੀਆਂ ਫੈਸਿਲਿਟੀ ਸ਼ੇਅਰ ਹੈ ਤੁਸੀਂ ਲਿਫਟ ਵੀ ਸ਼ੇਅਰ ਕਰ ਲਓ ਤੁਸੀਂ ਸਟੇਅਰਸ ਵੀ ਸ਼ੇਅਰ ਕਰ ਰਹੇ ਹੋ ਤੁਸੀਂ ਲਾਈਟਸ ਵੀ ਸ਼ੇਅਰ ਕਰ ਰਹੇ ਹੋ ਹਾਲਵੇ ਦੇ ਵਿੱਚ ਉਹ ਸਾਰੀ ਜਿਹੜੀਆਂ ਵੱਖਰੇ ਸਰਕਟ ਤੇ ਚੱਲਦੀਆਂ ਉਹਨਾਂ ਦੇ ਬਿੱਲ ਦੇਣੇ ਪੈਂਦੇ ਆ ਅਸੀਂ ਉਹ ਲੋਕ ਉਸ ਚੀਜ਼ ਨੂੰ ਇਗਨੋਰ ਕਰ ਜਾਂਦੇ ਆ ਆਪ ਆਪਣੀ ਸਿੰਪਲ ਸਿੰਪਲ ਲੈਂਗੁਏਜ ਕਹਾਂ ਕਿ ਇੱਕ ਪਲਾਟ ਆ ਹਾਂਜੀ ਤੇ ਇੱਕ ਪਲਾਟ ਦੇ ਉੱਤੇ ਚਾਰ ਘਰ ਬਣਾਤੇ ਹਾਂਜੀ ਉਹਦੇ ਵਿੱਚ ਕਿਤੇ ਘਾ ਵੀ ਲੱਗਾ ਆ ਉਹਦੇ ਵਿੱਚ ਕਿਤੇ ਡਰਾਈਵਵੇ ਵੀ ਆ ਉਹਦੇ ਕੁਝ ਸਾਂਝੀਆਂ ਚੀਜ਼ਾਂ ਵੀ ਨੇ ਜਿੱਥੇ ਗੱਡੀਆਂ ਖੜਨੀਆਂ ਨੇ ਠੀਕ ਹੈ ਨਾ ਕਿਤੇ ਕੋਈ ਦਰਵਾਜ਼ਾ ਲੱਗਾ ਜਾਂ ਕਿਤੇ ਕੋਈ ਪਾਈਪ ਆਉਂਦੀ ਆ ਪਾਣੀ ਦੀ ਕੋਈ ਸਾਂਝਾ ਮਤਲਬ ਜਿਹੜੀਆਂ ਚੀਜ਼ਾਂ ਉਹ ਸਾਰੀਆਂ ਪ੍ਰਾਪਰਟੀਆਂ ਦੇ ਕੁਝ ਇੰਡੀਵਿਜੂਅਲ ਹੋਣਗੀਆਂ ਪਰ ਕੁਝ ਉੱਥੇ ਜਿਹੜੀਆਂ ਸਾਂਝੀਆਂ ਚੀਜ਼ਾਂ ਹੋਣਗੀਆਂ ਉਹਨੂੰ ਮੈਨੇਜ ਕਰਨ ਦੇ ਲਈ ਇੱਕ ਫੀਸ ਹੁੰਦੀ ਆ ਕਿਉਂਕਿ ਉਹਨੂੰ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਆ ਉਹ ਕਿਉਂਕਿ ਸਾਰਿਆਂ ਦੀ ਜ਼ਿੰਮੇਵਾਰੀ ਆ ਹਾਂਜੀ ਦਾ ਉਹ ਨੂੰ ਬੋਡੀ ਕਾਰਪ ਕਹਿੰਦੇ ਕਿ ਉਹ ਸਾਰੀ ਪ੍ਰਾਪਰਟੀ ਨੂੰ ਮੈਨੇਜ ਕਰਨ ਦੇ ਲਈ ਜਿਹੜੀ ਕਾਮਨ ਚੀਜ਼ਾਂ ਨੇ ਉੱਥੇ ਬੋਡੀ ਕਾਰਪ ਲੱਗਦੀ ਹੈ। கரੈਕਟ। ਸੋ ਸਾਨੂੰ ਇਹ ਜੋ ਸੋਚਣਾ ਚਾਹੀਦਾ ਹੈ ਕਿ ਅਸੀਂ ਇਨਵੈਸਟ ਜਦੋਂ ਕਰਦੇ ਹਾਂ ਭਾਜੀ ਇੱਕ ਮੇਰੀ ਲਾਈਫ ਦਾ ਫੰਡ ਹੈ ਜਦੋਂ ਵੀ ਮੈਂ ਇਨਵੈਸਟ ਕਰਦਾ ਹਾਂ ਬਿਲਡਿੰਗ ਡਿਪ੍ਰੀਸ਼ੀਏਟ ਹਮ ਲੈਂਡ ਅਪਰੀਸ਼ੀਏਟ ਹਮ ਠੀਕ ਹੈ ਪਿਛਲੇ 4 ਸਾਲਾਂ ਚ ਹੋ ਰਿਹਾ ਹੈ ਕਿ ਬਿਲਡਿੰਗ ਤੇ ਲੈਂਡ ਬੋਥ ਆਰ ਅਪਰੀਸ਼ੀਏਟਿੰਗ ਹਮ ਬਿਲਡਿੰਗ ਅਪਰੀਸ਼ੀਏਟ ਇਸ ਲਈ ਕਰ ਰਹੀ ਸੀ ਕਿਉਂਕਿ ਮਾਰਕੀਟ ਦੇ ਵਿੱਚ ਘਰ ਜਿਹੜਾ ਮਟੀਰੀਅਲ ਉਹ ਨਹੀਂ ਆ ਰਿਹਾ ਸੀਗਾ ਘਰ ਸਲੋ ਬਣ ਰਹੇ ਸੀਗੇ ਬਿਲਡਰਾਂ ਨੇ ਆਪਣੇ ਪ੍ਰਾਈਸ ਵਧਾਤੇ ਅਫੋਰਡੇਬਿਲਟੀ ਮੈ ਉਹਨਾਂ ਨੂੰ ਬਲੇਮ ਨਹੀਂ ਕਰਦਾ ਬਟ ਉਸ ਕਰਕੇ ਬਿਲਡਿੰਗ ਦੀ ਕਾਸਟ ਉੱਪਰ ਜਾ ਰਹੀ ਸੀਗੀ ਹੁਣ ਉਹ ਹੌਲੀ 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 ਕਰਕੇ ਥੱਲੇ ਆ ਰਹੀ ਹੈ ਇਟ ਮੀਨਸ ਕਿ ਜਿਹੜਾ ਘਰ ਤੁਸੀਂ ਪੀਕ ਟਾਈਮ ਦੇ ਉੱਤੇ 4 ਲੱਖ ਦਾ ਬਣਾਇਆ ਉਹ ਮੇਬੀ ਅੱਜ ਉਹ ਘਰ ਸਾਡੇ 3 ਜਾਂ 3.60 ਤਾਂ ਬਣ ਜਾਏਗਾ ਠੀਕ ਹੈ ਆਟੋਮੈਟਿਕਲੀ ਤੁਹਾਡੀ ਬਿਲਡਿੰਗ ਦੀ ਕਾਸਟ ਡਿਪ੍ਰੀਸ਼ੀਏਟ ਹੋ ਗਈ ਬਿਲਕੁਲ ਅਗਰ ਆਕਰ ਆਜੇਕਰ ਉਹ ਕੀ ਘਰ ਬਣਾਉਂਦੇ ਨੇ ਉਹ ਤਾਂ ਮਹਿੰਗੇ ਹੀ ਵੰਡ ਰਹੇ ਨੇ ਕਿ ਹੁਣ ਰੀਸੈਂਟ ਵੀ ਆ ਜਿਹੜਾ ਇਸ ਸਾਲ ਹੀ 24 ਦੇ ਵਿੱਚ ਨਵੀਂ 7 ਸਟਾਰ ਰੇਟਿੰਗ ਆਈ ਹੈ ਉਹਦੇ ਵਿੱਚ ਵੀ ਕੁਝ ਚੀਜ਼ਾਂ ਐਕਸਟਰਾ ਆ ਗਈਆਂ ਨੇ ਜਦ ਤਵੱਦ ਬਿਲਡਰ ਨੇ ਥੋੜੇ ਜਿਹਾ ਪ੍ਰਾਈਸ ਚੱਕਦੇ ਆ ਆਪਣੇ ਦੇਖੋ ਐਸਟੀਮੇਟ ਤੇ ਉਹਦਾ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੁੰਦਾ ਬਟ ਕਸਟਮਰ ਨੂੰ ਤੇ ਤੁਸੀਂ ਕਹਿ ਹੀ ਸਕਦੇ ਹੋ ਬਹੁਤ ਜ਼ਿਆਦਾ ਡਿਫਰੈਂਸ ਹੈ ਚੋਇਸ ਵੀ ਕੋਈ ਨਹੀਂ ਹੁੰਦਾ ਕੋ ਸੋ ਇਟਸ 올 ਅਬਾਊਟ ਵਾਟ ਯੂ ਸੈਲ ਹੋਣ ਹੈ ਜਿਹੜਾ ਬੈਂਡੇਜ ਹੈ ਮੈਨੂੰ 60 ਸੈਂਟ ਦਾ ਪੈਂਦਾ ਪਿਆ ਮੈਂ ਤੇ ਇਹੀ ਕਹਿਣਾ ਭਾਜੀ ਉਹਨਾਂ ਨੂੰ ਬੈਂਡੇਜ ਦੀ ਲੋੜ ਹੈ ਤੇ ਇਹ ਤਾਂ 5 ਡਾਲਰ ਦਾ ਹੀ ਲੱਗੇਗਾ ਠੀਕ ਹੈ ਲਵਾਉਣ ਆ ਲਵਾਓ ਨਹੀਂ ਤੇ ਨਾਲ ਲਵਾਓ ਲਵਾਓ ਠੀਕ ਹੈ ਸੋ ਅਨਫੋਰਚੂਨੇਟਲੀ ਅਸੀਂ ਉਹ ਸਿਨੈਰੀਓ ਦੇ ਵਿੱਚ ਲੈ ਰਹੇ ਹਾਂ ਕਿ ਸਾਨੂੰ ਇਹ ਵੀ ਨਹੀਂ ਪਤਾ ਕਿ ਐਡੀਸ਼ਨਲ ਅਸੀਂ ਇੱਕ ਸਵਾਲ ਨਹੀਂ ਪੁੱਛਦੇ ਸਟੈਵਨਸ ਆਰ ਰੇਟਿੰਗ ਆ ਗਈ ਹੈ ਇੰਨਾ ਹਵਾ ਬਣਾਤਾ ਹੈ ਅਸੀਂ ਕਿ ਨੇ 7 ਸਟਾਰ ਰੇਟਿੰਗ ਆ ਗਈ ਸਟੈਵਨਸ ਦਾ ਰੇਟਿੰਗ ਆ ਗਈ ਹੈ ਅਸੀਂ ਇਹ ਨਹੀਂ ਪੁੱਛਦੇ ਕਿ ਓਕੇ 7 ਸਟਾਰ ਰੇਟਿੰਗ ਦੇ ਵਿੱਚ ਤੁਸੀਂ ਐਡੀਸ਼ਨਲ ਲਾਹ ਕਿ ਰਹੇ ਹੋ ਅਧਿਕ ਅਸੀਂ ਕਦੀ ਵੀ ਬਿਲਡਰ ਨੂੰ ਕੋਈ ਕੁਐਸਚਨ ਪੁੱਛਿਆ ਜਾ ਕੇ ਮਿਲ ਲੱਗਦਾ ਨਹੀਂ ਬੋਧਦਾ ਪਸੇਹੀ ਕੁਐਸਚਨ ਪੁੱਛਦੇ ਭਾਜੀ ਕਿੰਨੇ ਕ ਘਟਾ ਲੋਗੇ ਹੂੰ ਕੋਈ ਨਹੀਂ ਘਟਾਂਦਾ ਹੂੰ ਕੋਈ ਵੀ ਬੰਦਾ ਇਸ ਟਾਈਮ ਦੇ ਉੱਤੇ ਬਿਜ਼ਨਸ ਚ ਐਜ਼ ਅ ਚੈਰਿਟੀ ਨਹੀਂ ਕਰ ਰਿਹਾ ਪਰ ਜੇ ਘਟਾਉਂਦਾ ਵੀ ਆ ਤਾਂ ਉਹਦੇ ਕਿਸੇ ਨਾ ਕਿਸੇ ਥਾਂ ਤੋਂ ਪੂਰੇ ਕਰ ਲੈਣਗੇ ਉਹ ਬੰਦੇ ਘਰ ਘਰ ਉਹਦਾ ਕਿਤੇ 6 ਮਹੀਨੇ ਚ ਬਣਨੇ ਚ ਸਾਲ ਚ ਬਣੂਗਾ ਨਹੀਂ ਭਾਜੀ ਉਹ ਸਾਲ ਚ ਨਹੀਂ ਬਣੇਗਾ ਤੇ ਘੱਟ ਤੱਕ ਕਾਰਨਰਸ ਕਾਰਨਰ ਵੀ ਘੱਟ ਕੇ ਟਾਈਮ ਵੀ ਕਾਰਨਰ ਕੱਟ ਕਰੂਗੇ ਨਾ ਫਿਰ ਘਰਾਂ ਦੀ ਕੁਆਲਿਟੀ ਇਸ ਟਾਈਮ ਦੇ ਉੱਤੇ ਜੇਦੋਂ ਮੈਂ ਕੰਸਲਟ ਕਰਦਾ ਜਾਂ ਇਨਸਪੈਕਟ ਕਰਦਾ ਨਾ ਹੂੰ आई बी वेरी सरप्राइज कि कुज घर है जेडे 5 साल तो वद खड़े भी रहने के बिना लीक तो प्रॉब्लम्स आपा देख रहे बहुत जतिया आ रही है ठीक है ਤੁਸੀਂ ਕਿੰਨੇ ਲੋਕ ਹੈ ਜਿਹੜੇ ਜਾ ਕੇ ਬਿਲਡਰ ਤੋਂ ਘਰ ਖਰੀਦਣ ਤੋਂ ਪਹਿਲਾਂ ਵੀਬੀਏ ਤੇ ਜਾ ਕੇ ਦੇਖਦੇ ਹੈ ਕਿ ਇਸ ਬਿਲਡਰ ਦੇ ਅਗੇਂਸਟ ਕਿੰਨੀਆਂ ਕੰਪਲੇਂਟਸ ਹੈ ਮੈਨੂੰ ਲੱਗਦਾ ਪਤਾ ਵੀ ਨਹੀਂ ਹੁਣਾ ਬੰਦੇ ਨੂੰ ਜਾ ਕੇ ਦੇਖ ਸਕਦੇ ਇਟਸ ਅ ਪਬਲਿਕ ਪੋਰਟਲ ਠੀਕ ਹੈ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਸਕਦੇ ਹੋ ਕਿ ਇਹ ਬਿਲਡਰ ਦੇ ਅਗੇਂਸਟ ਕਿੰਨੀਆਂ ਕੰਪਲੇਂਟਸ ਆਈਆਂ ਹੋਈਆਂ ਹੂੰ ਖਾਸ ਕਰਕੇ ਜਦੋਂ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਬਿਲਡਰ ਕੰਮ ਕਰਦੇ ਆ ਉਹ ਘਰਤੇ ਆ ਵਰਡ ਆਫ ਮਾਉਥ ਜਿੱਦਾਂ ਤੁਸੀਂ ਨਾ ਕਿਸੇ ਨੂੰ ਕਹਿੰਦਾ ਕੋਈ ਨਹੀਂ ਭਾਜੀ ਕੋਈ ਨਹੀਂ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਪਰ ਉਹ ਚੀਜ਼ਾਂ ਹੁੰਦੀਆਂ ਨਹੀਂ ਆ ਕਿਉਂਕਿ ਪੇਪਰਾਂ ਤਾਂ ਨਹੀਂ ਦਿੱਤੀਆਂ ਉਹ ਜਵਾਨੀ ਹੁੰਦੀ ਹੈ ਹਾਂਜੀ ਸੋ ਉਹ ਚੀਜ਼ ਦੇ ਵਿੱਚ ਮੈਂ ਐਕਚੁਅਲ 'ਚ ਬਿਲਡਰ ਦੀ ਸਾਈਡ ਤੇ ਖੜਾਂਗਾ ਹੂੰ ਠੀਕ ਹੈ ਕਿਉਂਕਿ ਉਹ ਬੰਦਾ 100 ਬੰਦਿਆਂ ਨੂੰ ਡੀਲ ਕਰ ਰਿਹਾ ਹੈ ਦਿੱਲੀ ਦੇ ਵਿੱਚ ਹੂੰ ਠੀਕ ਹੈ ਮੈਂ ਉਹ ਨਹੀਂ ਕਹਿੰਦਾ ਉਹ ਡਿਸਆਨੈਸਟ ਹਮ ਬਟ ਕੱਲੂ ਜਦੋਂ ਕੰਟਰੈਕਟ ਸਾਈਨ ਹੋ ਜਾਂਦਾ ਹਮ ਹੀ ਇਜ਼ ਲਾਇਬਲ ਟੂ ਡਿਲੀਵਰ ਵਾਟ ਇਜ਼ ਸਾਈਨਡ ਹਮ ਹੀ ਇਜ਼ ਨਾਟ ਲਾਇਬਲ ਟੂ ਡਿਲੀਵਰ ਕੀ ਤੁਸੀਂ ਉਥੇ ਗੱਲਾਂ ਬਾਤਾਂ ਕੀਤੀਆਂ ਕਿ ਭਾਜੀ ਤੁਸੀਂ ਇਹ ਕੀ ਹੈ ਤੁਸੀਂ ਇਹਨੂੰ ਬਹੁਤ ਜ਼ਰੂਰੀ ਹੈ ਜੋ ਕਿਹਾ ਸੀਗਾ ਉਸ ਟਾਈਮ ਦੇ ਉੱਤੇ ਤੁਸੀਂ ਉਸ ਬੰਦੇ ਦੀ ਕਮਿਟਮੈਂਟ ਲਓ ਉਹ ਪੇਪਰ ਤੇ ਹੋਵੇ ਪੇਪਰ ਤੇ ਹੋਵੇ ਲਿਖਤੀ ਹੋਵੇ ਬਲੈਕ ਐਂਡ ਵਾਈਟ ਚ ਹੋਵੇ ਤੁਸੀਂ ਕਹੋ ਭਾਜੀ ਆਹ ਗੱਲ ਹੋਈ ਸੀਗੀ ਹਮ ਠੀਕ ਹੈ ਹੁਣ ਉਸ ਬਿਲਡਰ ਨੇ ਸਪੋਜ਼ ਕਰੋ ਕੋਈ ਗੱਲ ਕਹੀ ਵੀ ਹੋਵੇ ਮੈਂ ਐਜ਼ ਅ ਬਿਲਡਰ ਮੈਂ ਤੁਹਾਨੂੰ ਕਹਤਾ ਭਾਜੀ ਮੈਂ ਤੁਹਾਡੇ ਟਾਈਲਾਂ ਲਗਵਾਵਾਂਗਾ ਠੀਕ ਹੈ ਟਾਈਲਾਂ ਭਾਜੀ ਮੈਂ ਤੁਹਾਨੂੰ ਕੈਟਾਗਰੀ 2 ਦਵਾਂਗਾ ਬਟ ਕੰਟਰੈਕਟ ਦੇ ਵਿੱਚ ਕੈਟਾਗਰੀ 1 ਲਿਖਿਆ ਹੂੰ ਉਸ ਤੋਂ ਬਾਅਦ ਭਾਜੀ ਤੁਹਾਡੇ ਵਰਗੇ 100 ਬੰਦੇ ਆ ਕੇ ਮੇਰੇ ਨਾਲ ਬੈਠੇ ਆ ਜਿਨ੍ਹਾਂ ਨੂੰ ਮੈਂ ਕਮਿਟਮੈਂਟਸ ਕੀਤੀਆਂ ਜਿਨ੍ਹਾਂ ਨਾਲ ਮੈਂ ਗੱਲ ਕੀਤੀ ਹੈ ਭੁੱਲ ਗਿਆ ਮੈਂ ਮੈਂ ਭੁੱਲ ਗਿਆ ਹੂੰ ਹੁਣ ਹਾਊ ਕੈਨ ਆਈ ਟਰਸਟ ਕਿ ਮੈਂ ਤੁਹਾਨੂੰ ਕਿਹਾ ਸੀਗਾ ਮੈਨੂੰ ਤਾਂ ਲੱਗੇਗਾ ਨਾ ਭਾਈ ਤੁਸੀਂ ਮੈਨੂੰ ਚੀਟ ਕਰ ਰਹੇ ਹੋ ਹੂੰ ਮੈਨੂੰ ਤਾਂ ਲੱਗੇਗਾ ਭਾਈ ਜੀ ਮੈਂ ਤੁਹਾਡੇ ਨਾਲ ਆ ਦੇਖੋ ਤੁਸੀਂ ਪੇਪਰ ਤੇ ਸਾਈਨ ਕੀਤਾ ਹੂੰ ਇਹ ਉਸ ਟਾਈਮ ਤੇ ਨਹੀਂ ਸੀਗਾ ਤੁਸੀਂ ਸਾਈਨ ਨਾ ਕਰਦੇ ਇਹ ਚੀਜ਼ਾਂ ਦੀ ਹੈ ਜੇ ਬਿਲਡਰ ਓਨੈਸਟ ਹੈ ਮਤਲਬ ਇਹ ਤੋਂ ਬਚਣ ਦਾ ਬਚਣ ਦਾ ਤਰੀਕਾ ਇੱਕੋ ਹੀ ਹੈ ਹਾਂਜੀ ਕਿ ਵੀ ਐਟ ਲੀਸਟ ਜਦੋਂ ਤੁਸੀਂ ਇਦਾਂ ਦੀ ਕੋਈ ਪ੍ਰੋਫੈਸ਼ਨਲ ਡੀਲ ਕਰ ਰਹੇ ਹੋ ਟਰੂ ਜਸਟ ਬੀ ਕੇਅਰਫੁਲ ਕਿ ਤੁਸੀਂ ਕੀ ਸਾਈਨ ਕਰ ਰਹੇ ਹੋ ਜੋ ਤੁਸੀਂ ਕਹਿ ਰਹੇ ਹੋ ਜੋ ਤੁਹਾਡੀ ਗੱਲਬਾਤ ਹੋ ਰਹੀ ਹੈ ਉਹ ਅਗਰ ਤੁਸੀਂ ਨਹੀਂ ਹੁਣ ਆਪਣੇ ਆਪਣੇ ਬਹੁਤ ਸਾਰੇ ਲੋਕ ਕਹਿੰਦੇ ਵੀ ਹਾਂ ਯਾਰ ਸਾਨੂੰ ਕੀ ਪਤਾ ਲਾਦਾ ਕੰਟਰੈਕਟ ਬਹੁਤ ਵੱਡੇ ਵੱਡੇ ਹੁੰਦੇ ਆ ਹਨਾ ਪਰ ਉੱਥੇ ਮੈਂ ਕਹਿੰਦਾ ਉੱਥੇ ਕੰਸਲਟੈਂਟ ਵੀ ਤਾਂ ਆਉਂਦੇ ਆ ਨਾ ਜਿਹੜੇ ਤੁਹਾਡੀ ਇਸ ਹੈਲਪ ਕਰਦੇ ਆ ਹਾਂਜੀ ਕੰਸਲਟੈਂਟ ਵੀ ਆਉਂਦੇ ਜਿਹੜੇ ਤੁਹਾਡੀ ਹੈਲਪ ਕਰਦੇ ਤੁਸੀਂ ਕਿਸੇ ਦੀ ਮਦਦ ਲੈ ਲਓ ਬਟ ਹਾਂ ਕੋਈ ਵੀ ਸਾਈਨ ਕਰਨ ਤੋਂ ਪਹਿਲਾਂ ਮੈਨੂੰ ਆਦੇ ਬੰਦਿਆਂ ਨੂੰ ਪਤਾ ਜ਼ਰੂਰ ਹੋਵੇ ਕਿ ਵੀ ਉਹ ਸਾਈਨ ਕੀ ਕਰ ਰਹੇ ਇਹ ਸੇਮ ਚੀ ਸਾਡੇ ਰੀਅਲ ਏਸਟੇਟ ਚ ਵੀ ਹੁੰਦੀ ਜੀ ਹਾਂਜੀ ਠੀਕ ਹੈ ਨਾ ਰੀਅਲ ਏਸਟੇਟ ਚ ਲੋਕਾਂ ਨੇ ਅਥਾਰਟੀਆਂ ਸਾਈਨ ਕਰਦੇ ਨੇ ਹੁਣ ਸਾਡੇ ਕਿੰਨੇ ਕਿ ਲੋਕ ਨੇ ਜੇ ਤੁਸੀਂ ਘਰ ਵੇਚਣਾ ਹੁੰਦਾ ਉਹਦੇ ਵਿੱਚੋਂ ਅਥਾਰਟਿ ਜੀ ਸਾਈਨ ਕਰਦੇ ਹੋ ਤਾਂ ਅਥਾਰਟੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਔਰ ਬੰਦਾ ਕਿਹੜਾ ਰੋਜਗਾਰ ਵੇਚ ਰਿਹਾ ਕਈ ਬੰਦੇ ਪੂਰੀ ਲਾਈਫਟਾਈਮ ਚ ਇੱਕ ਘਰ ਵੇਚਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਅਥਾਰਟੀ ਚ ਕੀ ਹੈ ਤਾਂ ਜੇ ਏਜੰਟ ਚਾਵੇ ਮਾੜਾ ਮੋਟਾ ਉੱਪਰ ਥੱਲੇ ਬੰਦਾ ਨੂੰ ਗੱਲਾਂ ਲਾ ਕੇ ਤੇ ਕਈ ਅਸੀਂ ਸਾਡੂ ਕੋਈ ਐਗਜ਼ਾਮਪਲ ਵੀ ਆਏ ਨੇ ਕਿ ਲੋਕਾਂ ਨੇ ਕਈ ਚੀਜ਼ਾਂ ਗਲਤ ਪਾਈਆਂ ਨੇ ਲੋਕਾਂ ਨੂੰ ਮਿਸਗਾਈਡ ਕੀਤਾ ਆ ਔਰ ਸੇਮ ਚੀਜ਼ ਕੌਂਟਰੈਕਟ ਹੁੰਦੀ ਹੈ ਜਦੋਂ ਤੁਸੀਂ ਘਰ ਖਰੀਦਦੇ ਹੋ ਹਨਾ ਉਹਦੇ ਵਿੱਚ ਵੀ ਕੋਈ ਕੌਂਟਰੈਕਟ ਬਹੁਤ ਲੰਬੇ-ਲੰਬੇ ਹੁੰਦੇ ਨੇ ਤਾਂ ਉਹਦੇ ਵਿੱਚ ਵੀ ਜੇ ਤੁਸੀਂ ਕਿਸੇ ਦੀ ਹੈਲਪ ਨਹੀਂ ਲੈਂਦੇ ਜਾਂ ਤੁਸੀਂ ਆਪ ਨਹੀਂ ਪਤਾ ਹੋਣੀ ਚਾਹੀਦੀ ਕਿ ਮੈਂ ਕਿਹੜੀ ਚੀਜ਼ ਤੇ ਸਾਈਨ ਕਰ ਰਿਹਾ ਹਾਂ ਭਾਵੇਂ ਤੁਸੀਂ ਬਿਲਡਿੰਗ ਦੇ ਵਿੱਚ ਕਰ ਰਹੇ ਹੋ ਤਾਂ ਭਾਵੇਂ ਤੁਸੀਂ ਘਰ ਲੈ ਰਹੇ ਹੋ ਜਾਂ ਵੇਚ ਰਹੇ ਹੋ ਕਿਉਂਕਿ ਜੇ ਤੁਸੀਂ ਗਲਤ ਉਹਦੇ ਵਿੱਚ ਕੋਈ ਚੀਜ਼ ਲਿਖੀ ਹੈ ਜਿਹੜੀ ਤੁਹਾਨੂੰ ਨਹੀਂ ਪਤਾ ਤੁਸੀਂ ਤੁਹਾਡੇ ਗਲ ਪੈ ਜਾਂਦੀ ਹੈ ਉਹ ਬਿਲਕੁਲ ਔਰ ਭਾਈ ਤੁਸੀਂ ਆਪਣਾ ਚਲੋ ਇਹ ਚੀਜ਼ ਨੂੰ ਸਾਡੇ ਲੋਕ ਨਾ ਕਹਿੰਦੇ ਨੇ ਸਰਫਾ ਕਰਕੇ ਸੁੱਤੀ ਆਟਾ ਖਾ ਗਈ ਕੁੱਤੀ ਇਹ ਵਾਲਾ ਕੰਮ ਕਰਦੇ ਆ ਹੁਣ ਹਾਈਪੋਥੈਟਿਕਲੀ ਐਗਜ਼ਾਮਪਲ ਲੈ ਲੀਏ ਜੇ ਤੁਸੀਂ 4 ਲੱਖ ਦਾ ਘਰ ਬਣਵਾ ਰਹੇ ਹੋ ਜਾਂ ਤੁਸੀਂ 8 ਲੱਖ ਦਾ ਘਰ ਬਣਿਆ ਬਣਾਇਆ ਖਰੀਦ ਰਹੇ ਹੋ ਉਹਦੇ ਵਿੱਚ ਭਾਜੀ ਕੰਟਰੈਕਟ ਰੀਡ ਕਰਵਾਉਣ ਦੀ ਫੀਸ ਜਿਹੜਾ ਕੋਈ ਬੰਦਾ ਜਿਹੜਾ ਬਾਇਸ ਨਾ ਹੋਵੇ ਉਹ ਵੱਧ ਤੋਂ 100 150 200 ਚਾਰਜ ਕਰ ਲੇਗਾ ਹਮ ਠੀਕ ਹੈ ਨਾ ਪਰ ਉਹ 200 ਜਿਹੜਾ ਡਾਲਰ ਹੈ ਉਹ 4 8 ਲੱਖ ਦੇ ਘਰ ਦੇ ਵਿੱਚ ਕਿੰਨਾ ਪਰਸੈਂਟ ਹੋਇਆ ਭਾਈ ਜੀ 0.01% ਨਹੀਂ ਹੈਗਾ ਪਰ ਤੁਸੀਂ 200 ਡਾਲਰ ਪੇ ਕਰਨ ਲੱਗੇ ਆ ਸਾਨੂੰ ਨਾ ਮੌਤ ਪੈ ਜਾਂਦੀ ਹੈ ਹੂੰ ਠੀਕ ਹੈ ਅਸੀਂ ਕੰਟਰੈਕਟ ਬਿਲਡਰ ਬਿਲਡ ਐ ਹੱਥ ਰੱਖਦਾ ਭਾਜੀ ਸਾਈਨ ਕਰੋ ਸਾਈਨ ਕਰੋ ਇੱਥੇ ਸਾਈਨ ਕਰੋ ਕੋਈ ਨਹੀਂ ਤੁਹਾਨੂੰ ਬਣਾ ਕੇ ਦੇਵਾਂਗੇ ਤੇ ਘਰ ਲੋਕੀ ਵੇਖਣਗੇ ਹਾਂ ਹੱਥ ਉੱਤੇ ਕਿਉਂਦਾ ਹਾਂ ਜਿਹੜੀ ਜੀ ਨਹੀਂ ਪੜਾਉਣੀ ਉਹ ਤੇ ਸੈਡ ਉਹ ਦੂਜੀ ਗੱਲ ਹੀ ਹੁੰਦੀ ਪੰਜਾਬੀਆਂ ਦਾ ਤੇ ਮੈਂ ਇਹ ਦੇਖਿਆ ਕਿ ਗੱਲਾਂ ਬਾਤਾਂ ਦੇ ਵਿੱਚ ਨਾ ਬੰਦੇ ਨੂੰ ਇੰਨਾ ਜ਼ਿਆਦਾ ਲਾ ਲੈਣਾ ਨਾ ਕਿ ਭਾਜੀ ਉਹ ਕਹਿ ਕੇ ਉਹ ਬੰਦਾ ਕਹਿੰਦਾ ਯਾਰ ਇਹ ਕਹਿ ਰਿਹਾ ਝੂਠ ਥੋੜੀ ਬੋਲ ਰਿਹਾ ਹੋਊਗਾ ਟ्रू ਤੋ ਉਹ ਗੱਲਾਂ ਬਾਤਾਂ ਚ ਇੰਨਾ ਲਾ ਲੈਂਦੇ ਕਿ ਬੰਦਾ ਸਾਈਨ ਕਰਨ ਤੋਂ ਤੇ ਫੋਕਸ ਕਰਦਾ ਔਰ ਜਿਹਨੀਆਂ ਕਮਿਟਮੈਂਟਸ ਕੀਤੀਆਂ ਹੁੰਦੀਆਂ ਨੇ ਤਾਂ ਉਹ ਵਰਬਲ ਰਹਿ ਜਾਂਦੀਆਂ ਉਹ ਵਰਬਲ ਰਹਿ ਜਾਂਦੀ ਠੀਕ ਹੈ ਨਾ ਸੋ ਅਸੀਂ ਕਨਵਿੰਸਰ ਨੂੰ ਕੋਈ ਕਾਗਜ਼ ਪੜਵਾਣੇ ਆ ਅਸੀਂ ਉਹ ਕਨਵਿੰਸਰ ਲੱਭਦੇ ਆ ਜਿਹੜਾ ਕਹਿੰਦਾ ਵੀ ਮੈਂ ਤੇਰਾ ਕੌਂਟਰੈਕਟ ਫ੍ਰੀ ਪੜ ਦੂੰਗਾ ਉਹਨੇ ਬੇਸਿਕਲੀ ਜਿਹੜੀਆਂ ਮੇਨ ਮੇਨ ਚੀਜ਼ਾਂ ਕਿਉਂਕਿ ਉਹ ਦਿਨ ਦੇ ਵਿੱਚ ਕੰਟ੍ਰੈਕਟ ਇੰਨੇ ਪੜਦਾ ਉਹਨੂੰ ਪਤਾ ਹੁੰਦਾ ਕਿੱਥੇ 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 ਕਿਹੜੀ ਚੀਜ਼ ਹੈ ਬਟ ਉਹਦੇ ਵਿੱਚ ਜੇ ਕੋਈ ਨੀਟੀ ਗਰੀਟੀ ਵਾਲੀ ਚੀਜ਼ ਆ ਗਈ ਜਿਹੜੀ ਨਹੀਂ ਆ ਉਹ ਮਿਸ ਕਰ ਗਿਆ ਔਰ ਮੈਂ ਬੜੇ ਕੇਸਿਸ ਦੇ ਵਿੱਚ ਵੇਖਿਆ ਕਨਵੈਂਸਰ ਨੇ ਇਹ ਚੀਜ਼ਾਂ ਮਿਸ ਕੀਤੀਆਂ ਔਰ ਕਸਟਮਰ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਈ ਹੈ ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਰਵਿਸਿਜ਼ ਜਿਹੜੀਆਂ ਤੁਸੀਂ ਹੁਣ ਕਹਿੰਦੇ ਹੋ ਕਿ ਆਪਰੇਸ਼ਨ ਕਰਾਉਣਾ ਠੀਕ ਹੈ ऑपरेशन ਤੇ ਤੁਸੀਂ ਲੱਖ ਡਾਲਰ ਖਰਚਣ ਨੂੰ ਤਿਆਰ ਹੋ ਪਰ ਜੇ ਤੁਸੀਂ ਕਹੋ ਕਿ ਸਰਜਨ ਮਾੜਾ ਹੀ ਆਜੇ ਉਹਨੂੰ ਪੈਸੇ ਨਾ ਦੇਣੇ ਪੈਣ ਫਿਰ ਇਕਵਿਪਮੈਂਟ ਵਧੀਆ ਲਾ ਲਓ ਗੀਵਨ ਵਧੀਆ ਲਾ ਠੀਕ ਹੈ ਤੁਸੀਂ ਆਕਸੀਜਨ ਵਧੀਆ ਲਾ ਲਓ ਮੰਜੇ ਵਧੀਆ ਲਾ ਲਓ ਨਰਸਾਂ ਨੂੰ ਵਧੀਆ ਕੱਪੜੇ ਪਾ ਦਿਓ ਜਿਹੜਾ ਸਰਜਨ ਹੈ ਉਹ ਸੀ ਮਾੜਾ ਚੱਕ ਲੋ ਤੇ ਜਿਹਨੇ ਤੁਹਾਨੂੰ ਕੰਸਲਟ ਕਰਨਾ ਜਿਹਨੇ ਤੁਹਾਨੂੰ ਦੱਸਣਾ ਕਿ ਬਾਈ ਤੈਨੂੰ ਪ੍ਰੋਬਲਮ ਕੀ ਹੈ ਉਹ ਉਹ ਫਿਰ ਕਸੂਰ ਕੀ ਦਾ ਸੋ ਕੋਸ਼ਿਸ਼ ਕਰੋ ਕਿ ਬਾਕੀ ਮੈਂ ਨਹੀਂ ਕਹਿੰਦਾ ਆਪਣੀ ਕਮਿਊਨਿਟੀ ਚ ਕਾਫੀ ਲੋਕ ਹੈ ਜਿਨ੍ਹਾਂ ਨੂੰ ਖੁਦ ਨੂੰ ਨੋਲਜ ਬਹੁਤ ਹੈ ਪਰ ਉਹ ਸਕਸੀਡ ਕਰਦੇ ਹੈ ਉਹੀ ਮੈਂ ਲੋਕੀ ਇਹ ਨਾ ਸੋਚਣਗੇ ਅਸੀਂ 네ਗੇਟਿਵ ਗੱਲਾਂ ਕਰ ਰਹੇ ਹਾਂ ਸਾਡਾ ਦੇਖੋ ਗੱਲ ਕਰਨ ਦਾ ਮੋਟਿਵ ਹੀ ਇੱਕ ਇਹ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਐਜੂਕੇਟ ਕਰੀਏ ਔਰ ਇਹ ਡੈਫੀਨਿਟਲੀ ਅਸੀਂ ਆਪਣੇ ਐਕਸਪੀਰੀਅੰਸ ਤੋਂ ਕਹਿ ਰਹੇ ਹਾਂ ਕਿਉਂਕਿ ਭਾਜੀ ਵੀ ਪ੍ਰੋਫੈਸ਼ਨਲ ਹੈ ਅਸੀਂ ਵੀ ਪ੍ਰੋਫੈਸ਼ਨਲ ਨੇ ਇਸੇ ਪ੍ਰਾਪਰਟੀ ਇੰਡਸਟਰੀ ਨਾਲ ਜੁੜੇ ਹੋਏ ਹਾਂ ਸੋ ਸਾਡੇ ਕੋਲ ਡੇਲੀ ਕਈ ਕੇਸ ਐਸੇ ਹੁੰਦੇ ਨੇ ਜਿੱਥੇ ਇਹ ਪ੍ਰੋਬਲਮਸ ਆਈਆਂ ਹੁੰਦੀਆਂ ਨੇ ਸੋ ਜਿੱਥੇ ਭਾਜੀ ਚੰਗਾ ਐ ਤਾ ਉਥੇ ਬਹੁਤ ਚਲੋ ਬੰਦੇ ਨਹੀਂ ਸ਼ੇਅਰ ਕਰਦੇ ਉਹ ਬੰਦੇ ਚੁੱਪ ਕਰਕੇ ਆਪਣਾ ਵਧੀਆ ਖੁਸ਼ ਹੋ ਜਾਂਦੇ ਹਨ ਵਧੀਆ ਕਰੇ ਹਾਊਸ ਵਾਰਮਿੰਗ ਦਾ ਪ੍ਰੋਗਰਾਮ ਵੀ ਕਰਾਉਂਦੇ ਨੇ ਬਹੁਤ ਸੋਨਾ ਹੁੰਦੇ ਨੇ ਬਟ ਜਿੱਥੇ ਮਾੜਾ ਹੁੰਦਾ ਨਾ ਉਥੇ ਜਿਹੜਾ ਬੰਦਾ ਹੈ ਉਹਨੂੰ ਵੀ ਕਈ ਵਾਰ ਕਈ ਤਾਂ ਸ਼ੇਅਰ ਕਰਦੇ ਨੇ ਬਟ ਜੋ ਤੁਸੀਂ ਬੈਠੋਗੇ ਫਿਰ ਤਾਂ ਇਹ ਨਾਲ ਸ਼ੇਅਰ ਕਰੋਗੇ ਜਦੋਂ ਕਿਸੇ ਹੋਰਗਾ ਬਟ ਓਪਨਲੀ ਬਹੁਤ ਘੱਟ ਸ਼ੇਅਰ ਕਰਦੇ ਰੀਸੈਂਟਲੀ ਅਸੀਂ ਕੁਝ ਦੇਖਿਆ ਕਿ ਕੁਝ ਬਿਲਡਰਸ ਜਾਂ ਕੁਝ ਬੰਦਿਆਂ ਦੇ ਖਿਲਾਫ ਲੋਕਾਂ ਨੇ ਪੋਸਟਾਂ ਪਾਈਆਂ ਫੇਸਬੁੱਕ ਪਾਈਆਂ ਚਲੋ ਸਾਨੂੰ ਨਹੀਂ ਪਤਾ ਕਾਰਨ ਕੀ ਆ ਪਰ ਓਪਨਲੀ ਗਰੁੱਪਾਂ 'ਚ ਪਾਇਆ ਬਟ ਨਾਰਮਲੀ ਬੰਦੇ ਕਰਦੇ ਨਹੀਂ ਆ ਕਿਉਂਕਿ ਉਹਨਾਂ ਨੇ ਲੱਗਦਾ ਹੈ ਕਿ ਵੀ ਸ਼ਾਇਦ ਲੋਕ ਸਾਡਾ ਮਜ਼ਾਕ ਉਡਾਉਣਗੇ ਸੋ ਬਟ ਅਸੀਂ ਕਿਉਂਕਿ ਐਜ਼ ਅ ਪ੍ਰੋਫੈਸ਼ਨਲ ਜਦੋਂ ਬੰਦੇ ਨੇ ਜਾਂਦੇ ਸਾਡੇ ਨਾਲ ਉਹ ਕੀ ਗੱਲ ਕਰਦੇ ਨੇ ਕਈ ਵਾਰ ਆਮ ਤੁਹਾਡੇ ਨਾਲ ਰਿਸ਼ਤੇਦਾਰ ਨਾਲ ਗੱਲ ਨਹੀਂ ਕਰੂਗੇ ਕਿ ਆ ਚੀਜ਼ ਹੋਈ ਹੈ ਉਹ ਰਿਸ਼ਤੇਦਾਰ ਨਾਲ ਹਮੇਸ਼ਾ ਚੰਗਾ ਐਕਸਪੀਰੀਅੰਸ ਦਿਖਾਊਗਾ ਕਿਉਂਕਿ ਉਹ ਇਮੇਜ ਵੀ ਹੁੰਦੀ ਹੈ ਨਾ ਕਿ ਵੀ ਹਾਂ ਵੀ ਬੰਦਾ ਵੀ ਹੈ ਜੱਟ ਲਈ ਫਿਰਦਾ ਰੇਂਜ ਰੋਵਰ ਤਾਂ ਬੰਦੇ ਨੇ ਧੱਕਾ ਹੋ ਗਿਆ ਤਾਂ ਉਹ ਬੰਦੇ ਨੇ ਫਿਰ ਉਹੀ ਗੱਲਾਂ ਸੁਣਾਉਣੀਆਂ ਨੇ ਫਿਰ ਉਹੀ ਕਿ ਮੀਚਤੀ ਬਹੁਤ ਵੱਡੀ ਹੈ ਕਿਉਂਕਿ ਸਾਡੇ ਸਾਡੀ ਕਮਿਊਨਿਟੀ ਤੇ ਹੈਗੀ ਹੈ ਨਾ ਕਿ ਸਾਡੀ ਇਮੇਜ ਉੱਚੀ ਹੋਣੀ ਚਾਹੀਦੀ ਹੈ ਉੱਚੀ ਹੋਣੀ ਚਾਹੀਦੀ ਹੈ ਇਸੇ ਲਈ ਤਾਂ ਸੀ ਹੈ ਨਾ ਕਿ ਵਧੀਆ ਕੱਪੜੇ ਪਾਉਣ ਸਰੀ ਮੇਜ ਹੈ ਨਾ ਔਰ ਜੇ ਉਹਦੇ ਵਿੱਚ ਬੰਦਾ ਕਹਿ ਦੇਵੇ ਕਿ ਯਾਰ ਮੇਰੇ ਨਾਲ ਕੋਈ ਗਲਤ ਹੋ ਗਿਆ ਤਾਂ ਬੰਦੇ ਨੇ ਕਹਿੰਦਾ ਵੀ ਭਾਜੀ ਵੀਕਨੈਸ ਸ਼ੋ ਹੋ ਗਈ ਹਾਂ ਉਹ ਇਹ ਬਹੁਤ ਵੱਡੀ ਗੱਲ ਹੈ ਇਹ ਚੀਜ਼ ਸਾਨੂੰ ਸਟਾਪ ਕਰ ਦੇ ਲਰਨਿੰਗ ਤੋਂ ਗਲਤੀ ਹੁੰਦੀ ਹੈ ਜਿਹੜੀ ਚੀਜ਼ ਤੇ ਤੁਸੀਂ ਗਲਤ ਉਹ ਗਲਤੀ ਕਿਸੇ ਤਰੀਕੇ ਨਾਲ ਵੀ ਹੋ ਸਕਦੀ ਹੈ ਜੇ ਤੁਸੀਂ ਸਾਹਮਣੇ ਆ ਕੇ ਮਾਫੀ ਮੰਗਦੇ ਹੋ ਜਾਂ ਉਸ ਚੀਜ਼ ਨੂੰ ਕਰੈਕਟ ਕਰਦੇ ਹੋ ਜਾਂ ਸੈਪਟ ਕਰਦੇ ਹੋ ਐਕਚੁਅਲ ਜੀ ਉਹ ਤੁਹਾਡੀ ਸਟਰੈਂਥ ਨੂੰ ਸ਼ੋ ਕਰਦਾ ਕਿਉਂਕਿ ਤੁਸੀਂ ਉਸ ਜਿਹੜੀ ਹੋਲ ਸਿਨੈਰੀਓ ਹੈ ਉਹਦੇ ਤੋਂ ਕੁਝ ਸਿੱਖਿਆ ਆਪਣੀ ਗਲਤੀ ਐਸੈਪਟ ਕੀਤੀ ਔਰ ਲਰਨ ਕੀਤਾ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਜਿਹੜੇ ਸੌਫਟ ਟਾਰਗੇਟ ਹੈ ਆਪਾਂ ਜਿਹੜੀ ਗੱਲ ਕਰੀਏ ਸੌਫਟ ਟਾਰਗੇਟ ਕੌਣ ਹੈ ਸੌਫਟ ਟਾਰਗੇਟ ਹੈ ਜਿਹੜੇ ਫਸਟ ਹோம் ਬਾਏਰ ਹੈ ਹਮ ਤੇ ਜਿਹੜੇ ਸ਼ੁਰੂਆਤ ਕਰ ਰਹੇ ਇਨਵੈਸਟਮੈਂਟ ਦੇ ਵਿੱਚ ਉਹ ਹੈਗਾ ਸੌਫਟ ਟਾਰਗੇਟ ਕਾਰਨ ਇਹ ਹੈ ਕਿ ਉਹਨਾਂ ਨੂੰ ਪਤਾ ਨਹੀਂ ਹੈ ਕਿ ਕੀ ਚੱਲ ਰਿਹਾ ਠੀਕ ਹੈ ਹੁਣ ਇਸ ਟਾਈਮ ਦੇ ਉੱਤੇ ਜੇ ਕੋਈ ਅ ਫਸਟ ਹோம் ਬਾਇਰ ਹੈ ਉਹ ਨਵਾਂ ਨਵਾਂ ਇਸ ਕੰਟਰੀ ਦੇ ਵਿੱਚ ਪੱਕਾ ਹੋਇਆ ਹੈ ਅਸੀਂ ਲੋਕਾਂ ਦੇ ਘਰਾਂ 'ਚ ਜਾਂਦੇ ਆਂ ਆਪਾਰਟਸ ਤੇ ਜਾਂਦੇ ਆਂ ਇਹ ਕਰਦੇ ਆਂ ਬੰਦੇ ਆਂ ਕੋਈ ਗੱਲ ਕਰਦਾ ਹਾਂ ਅਸੀਂ ਇਹ ਬਿਲਡਰ ਕੋ ਬਣਾਇਆ ਸੀ ਇਹ ਬਿਲਡਰ ਕੋ ਬਣਾਇਆ ਅਸੀਂ ਬ੍ਰੋਕਰਾਂ ਕੋ ਜਾਂਦੇ ਆਂ ਸਾਨੂੰ ਕਿੰਨਿਆਂ ਨੂੰ ਪਤਾ ਹੈ ਕਿ ਇਸ ਟਾਈਮ ਦੇ ਉੱਤੇ ਜਿੰਨੇ ਬ੍ਰੋਕਰ ਜਿੰਨੇ ਅਕਾਊਂਟੈਂਟ ਹੈ ਸਾਰਿਆਂ ਦੀ ਬਿਲਡਰਾਂ ਕੋ ਕਮਿਸ਼ਨ ਜਾਂਦੀ ਹੈ ਹਮ ਇਟਸ ਅ ਵੈਸਟਡ ਇੰਟਰਸਟ ਜੋ ਤਨੂੰ ਕਿਸੇ ਬਿਲਡਰ ਕੋ ਕੱਲਦੇ ਆ ਨਾ ਇਹ ਨਾ ਸੋਚੋ ਕਿ ਉਹ ਤੁਹਾਡਾ ਮਾਸੀ ਦਾ ਪੁੱਤ ਹੈ ਜਾਂ ਤੁਹਾਡੇ ਮਾਮੇ ਦਾ ਪੁੱਤ ਹੈ ਉਹਨੂੰ ਬਈ ਤੁਹਾਡੇ ਤੋਂ ਕਮਿਸ਼ਨ ਮਿਲ ਜਾਈ ਜਦੋਂ ਤੁਹਾਡਾ ਕੰਟਰੈਕਟ ਸਾਈਨ ਹੋ ਗਿਆ ਰੈਫਰ ਕਰਨ ਦੀ ਵੀ ਉਹਨੂੰ ਰੈਫਰ ਫੀਸ ਹੈਗੀ ਠੀਕ ਹੈ ਸੋ ਸਾਨੂੰ ਸੋਚਣਾ ਪਏਗਾ ਕਿ ਆਲਵੇਜ਼ ਕੰਪੇਅਰ ਹੂੰ ਦੋ ਤਿੰਨ ਕੋਰਟਸ ਨੂੰ ਲੈ ਕੇ ਕੰਪੇਅਰ ਕਰੋ ਤੁਹਾਨੂੰ ਕੀ ਚਾਹੀਦਾ ਤੁਸੀਂ ਆਪਸ ਵਿੱਚ ਮੈਂ ਨਹੀਂ ਕਹਿੰਦਾ ਕਿਸੇ ਕੋਈ ਜਾ ਕੇ ਤੁਸੀਂ ਆਪਸ ਵਿੱਚ ਸਲਾਹ ਕਰੋ ਤੁਸੀਂ ਬਹੁਤ ਸਿਆਣੇ ਹੋ ਫਰਸਟ ਹோம் ਬਾਏਰਸ ਉਹ ਸਾਫਟ ਟਾਰਗੇਟ ਪਤਾ ਕਿਉਂ ਹੈ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਪਤਾ ਹੀ ਕੱਖ ਨਹੀਂ ਹੈ ਹੂੰ ਤੇ ਜਿਹੜੇ ਬੰਦੇ ਨੂੰ ਪਤਾ ਉਹ ਸਾਨੂੰ ਗਾਈਡ ਕਰੇਗਾ ਉਹ ਸਾਨੂੰ ਸਹੀ ਕਰੇਗਾ ਹੂੰ ਠੀਕ ਹੈ ਜਿਹੜੇ ਫਰਸਟ ਹோம் ਜਿਹੜੇ ਇਨਵੈਸਟਰ ਹੈ ਇਨੀਸ਼ੀਅਲ ਇਨਵੈਸਟਰ ਹੈ ਉਹ ਸਾਫਟ ਟਾਰਗੇਟ ਇਸ ਲਈ ਹੈ ਉਹਨਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਜਿੱਦਾਂ ਕਿਸੇ ਨੇ ਫੋਨ ਤੇ ਕਹਤਾ ਤੂੰ ਇਹ ਕਰ ਲਾ ਤੂੰ ਇੱਦਾਂ ਇਨਵੈਸਟ ਕਰ ਲਾ ਉਹ ਏਰੀਆ ਬੜਾ ਉੱਪਰ ਜਾ ਰਿਹਾ ਇਹ ਮਾਰਕੀਟ ਇਹ ਮਾਰਕੀਟਿੰਗ ਦਾ ਇੱਕ ਸਟ੍ਰੈਟਜੀ ਹੈ ਨੇ ਇਹ ਵੀ ਇੱਕ ਵਾਰ ਜੀ ਮੈਂ ਚੀਜ਼ ਦੇਖਿਆ ਕਿ ਜਦੋਂ ਆਪਾਂ ਡਾਟਾ ਤੇ ਗੱਲ ਕਰ ਰਹੇ ਸੀਗੇ ਨਾ ਕਿ ਆ ਕਿ ਲੋਕ ਜਿਹੜੇ ਸਾਡੇ ਅੰਦਰ ਸੀ ਸਰਚ ਸ਼ਾਇਦ ਬਹੁਤ ਘੱਟ ਕਰਦੇ ਆ ਜਿਹੜੇ ਕਰਦੇ ਆ ਵੈਲੈਂਡ ਗੁੱਡ ਬਹੁਤ ਲੋਕ ਨੇ ਜਿਹੜੇ ਕਈ ਕਰਦੇ ਨਹੀਂ ਆ ਬਟ ਜ਼ਿਆਦਾਤਰ ਜਿਹੜੇ ਬੰਦੇ ਕਿਉਂਕਿ ਟਾਈਮ ਨਹੀਂ ਹੈਗਾ ਕੰਮ ਕਰ ਰਹੇ ਆ ਅਸੀਂ ਸ਼ਿਫਟਾਂ ਕਰ ਰਹੇ ਆ ਦੋਨੋਂ 파ਟਨਰ ਜਿਹੜੇ ਉਹ ਸ਼ਿਫਟਾਂ ਕਰ ਰਹੇ ਨੇ ਬੱਚੇ ਸਾਹਮਣੇ ਆ ਕਈ ਕੁਝ ਹੈ ਨਾ ਤਾਂ ਉਸ ਤੋਂ ਬਾਅਦ ਜਦੋਂ ਘਰ ਦੀ ਲੈਣੇ ਆ ਉਹ ਸਿਰਫ ਟਰਸਟ ਕਰਦੇ ਕਿਸੇ ਤੇ ਟਰਸਟ ਕੀ ਕਰਦੇ ਸਾਡੇ ਅੰਦਰ ਇਨਫੋਰਮੇਸ਼ਨ ਦਾ ਬੇਸਿਕ ਸੋਰਸ ਕੀ ਹੈ ਕਾਲਾ ਹੁਣ ਸਾਡੇ ਬਹੁਤ ਸਾਰੇ ਲੋਕ ਡਰਾਈਵਿੰਗ ਦੇ ਕਿਤੇ ਨਾਲ ਜੁੜੇ ਆ ਤਾਂ ਕੰਨਾਂ ਨੂੰ ਟੁੱਟੀਆਂ ਲੱਗੀਆਂ ਹੁੰਦੀਆਂ ਨੇ ਈਅਰਪੋਡਸ ਲੱਗੇ ਨੇ ਬਸ ਉਹ 8-8 ਘੰਟੇ ਦਾ ਔਦਾ ਘੰਟੇ ਫੋਨ ਚੱਲਦੇ ਨੇ ਹਾਂਜੀ ਹੁਣ ਉਹ ਫੋਨ ਦੇ ਵਿੱਚ ਕਈ-ਕਈ ਕਾਨਫਰੈਂਸ ਤੇ ਹੁੰਦੇ ਨੇ ਉੱਤੇ ਪਤਾ ਲੱਗਿਆ ਜੀ ਪਰਮੀਤ ਨੇ ਫਲਾਣਾ ਲੈ ਲਿਆ ਕੰਮ ਲੈ ਲਿਆ ਕਿ ਗੁਰਵਿੰਦਰ ਨੇ ਆ ਚੀਜ਼ ਕਰ ਲਈ ਆ ਤਾਂ ਫਲਾਣੇ ਨੇ ਉਹ ਚੀਜ਼ ਕਰ ਲਈ ਆ ਉਹਨੇ ਉੱਥੇ ਇਨਵੈਸਟ ਕਰਤਾ ਉਹਨੇ ਇਦਾਂ ਕੀਤਾ ਸੀ ਉਹਦਾ ਇੰਨਾ ਘਰ ਵੱਧ ਗਿਆ ਮਤਲਬ ਗੱਲਾਂ ਇਹੀ ਚੱਲਦੀਆਂ ਨੇ ਕਿ ਉਹਨੇ ਉਹ ਚੀਜ਼ ਡੀਲ ਕਰ ਲਈ ਐਕਚੁਅਲੀ ਇੰਟਰਨਲ ਚੀਜ਼ਾਂ ਨਹੀਂ ਪਤਾ ਹੁੰਦੀਆਂ ਉੱਪਰ ਉੱਪਰ ਕਈ ਔਰ ਸਾਡੇ ਡਿਸੀਜਨ ਮੇਕਿੰਗ ਜਿਹੜੀ ਆ ਉਹਦੇ ਸਾਹਮਣੇ ਚੱਲਦੀ ਔਰ ਕਈ ਵਾਰ ਮੈਂ ਸਟੇਟ ਵੀ ਦੇਖੀ ਆ ਹੁਣ ਜਦੋਂ ਮੈਂ ਤੁਹਾਨੂੰ ਨਾਰਥ ਵਿੱਚ ਦੱਸਾਂਗੇ ਸਾਡੇ ਇੱਕ ਇੱਕ ਸਟੇਟ ਆ ਚਲੋ ਆਪਾਂ ਕਿਸੇ ਸਬਰਵ ਦਾ ਸਟੇਟ ਦਾ ਨਾਮ ਨਹੀਂ ਲੈਣਾ ਉਹ ਸਬਰਵ ਚੱਲਿਆ ਹੀ ਇਦਾਂ ਆ ਸਾਡੇ ਨਾਰਥ ਮੈਲਬਨ ਦੇ ਵਿੱਚ ਆ ਕਿ ਵੀ ਗੱਲੀ ਬਾਤਈ ਕਿ ਫਲਾਨੇ ਨੇ ਇੰਨੇ ਬਲਾਕ ਉੱਥੇ ਲੈ ਲੈ ਸਸਤੇ ਮਿਲਦੇ ਉਹ ਕਰਦੇ ਅੱਜ ਦੀ ਰੇਟ ਵਿੱਚ ਉੱਥੇ ਘਰ ਵਿੱਚ ਨਾ ਬਾਲਾਜੀ ਦਾ ਖਾੜਾ ਬਣਿਆ ਪਿਆ ਕਿਉਂਕਿ ਕੀ ਹੋਇਆ ਉਹ ਦੋ ਵੱਡੇ ਸਬਰਬਾਂ ਦੇ ਵਿੱਚ ਇੱਕ ਛੋਟਾ ਜਿਹਾ ਬਣ ਗਿਆ ਡਵੈਲਪਮੈਂਟ ਉੱਥੇ ਹੋਈ ਨਹੀਂ ਆਪਣੇ ਬੰਦੇ ਨੇ ਬਹੁਤ ਇਨਵੈਸਟਮੈਂਟ ਉੱਥੇ ਕਰ ਲਈਆਂ ਬਲਾਕ ਲੈ ਲਏ ਨੇ ਤਾਂ ਹੁਣ ਉਹ ਉੱਥੇ ਪ੍ਰਾਈਸ ਜਿਹੜੇ ਨੇ ਕਿਉਂਕਿ ਇੱਕਦਮ ਤੋਂ ਇਨਵੈਸਟਮੈਂਟ ਹੋਈ ਮਤਲਬ ਇਹ ਲਾ ਲਓ ਕਿ ਕੋਵਿਡ ਤੋਂ ਪਹਿਲਾਂ ਉੱਥੇ ਜਿਹੜੇ ਪ੍ਰਾਈਸ ਸੀਗੇ ਨਾ ਕੋਵਿਡ ਤੋਂ ਬਾਅਦ ਤਕਰੀਬਨ ਟ੍ਰਿਪਲ ਹੋ ਗਏ ਇੱਥੇ ਤੱਕ ਚਲੇ ਗਏ ਡਬਲ ਤਾਂ ਬਲਾਕ ਦੇ ਪ੍ਰ ਇੱਕਦਮ ਤੋਂ ਇਨੀ ਇੱਕ ਇਨਕਰੀਸ ਹੋਈ ਕਿਉਂਕਿ ਆਪਣੇ ਬੰਦੇ ਨੇ ਉੱਥੇ ਇੰਟਰਸਟ ਬਹੁਤ ਜ਼ਿਆਦਾ ਸ਼ੋਅ ਕਰ ਦਿੱਤਾ ਉਹ ਵੀ ਕਹਤੋਂ ਗੱਲੀਬਾਤੀ 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 ਭਾਈ ਦੇਖੋ ਗੱਲੀਬਾਤੀ ਦਾ ਤੇ ਇਹ ਚੱਕਰ ਹੈ ਕਿ ਮੈਂ ਤੁਹਾਨੂੰ ਅੱਜ ਕਹਿਦਾ ਸਪੋਜ਼ ਕਰੋ ਮੈਨੂੰ ਮੇਰੇ ਕੋ ਆਇਆ ਇੱਕ ਡਿਵੈਲਪਰ ਹਮ ਉਹਨੇ ਕਿਹਾ ਪਰਮੀਤ ਪਾਜੀ ਆਪਾਂ 50 ਘਰ ਵੇਚਨੇ ਆ ਹਮ 50 ਬਲਾਕ ਵੇਚਨੇ ਆ ਹਮ ਤੇ ਤੁਸੀਂ ਤੁਹਾਡੀ ਕਮਿਸ਼ਨ ਆ ਹਰ ਪਰ ਬਲਾਕ ਜਿੰਨੀ ਵੀ ਤੁਸੀਂ ਕਹੋਗੇ ਜਾਂ ਜੋ ਵੀ ਡਿਸਕਸ ਹੋਈ ਹੈ ਫੋਰ ਐਗਜ਼ਾਮਪਲ ਤੁਸੀਂ 10000 ਲਾ ਲਓ ਹਮ ਹੁਣ ਪਾਜੀ ਜਾਂ ਮੇਰੇ ਕੋ ਦੋ ਤਰੀਕੇ ਆ ਵੇਚਣ ਦੇ ਹਮ ਇੱਕ ਮੈਂ ਤੁਹਾਨੂੰ ਆਖੇ ਕਵਾਂ ਭਾਜੀ ਆਹ ਬਲੌਕ ਆਇਆ ਜੀ ਲੈ ਲਓ ਬੜਾ ਵਧੀਆ ਵੱਜ ਜਾਣਾ ਹੂੰ ਠੀਕ ਐ ਦੂਸਰਾ ਮੇ ਇੱਕੋ ਤਰੀਕਾ ਐ ਮੈਂ ਤੁਹਾਨੂੰ ਕਹਿਣਾ ਬਾਈ ਮੈਂ ਤਿੰਨ ਬਲੌਕ ਤੇ ਸਿਕਿਉਰ ਕਰਾਏ ਆ ਇਹ ਸਟੇਟ ਬੜੀ ਵਧੀਆ ਹੋਣੀ ਐ ਹੂੰ ਤੁਹਾਨੂੰ ਲੱਗਣਾ ਐ ਕਿ ਬਾਈ ਇਹ ਪਰਮੀਤ ਨੇ ਬੁੱਕ ਕਰਾਤੇ ਐ ਹੂੰ ਠੀਕ ਐ ਵਧੀਆ ਹੀ ਹੋਊਗਾ ਜਸਲ ਸਾਹਿਬ ਨੂੰ ਤੇ ਸਾਰਾ ਕੁਝ ਪਤਾ ਸਹੀ ਐ ਠੀਕ ਐ ਇਹ ਜਸਲ ਸਾਹਿਬ ਨੂੰ ਪਤਾ ਤੇ ਗਲਤ ਕਿਦਾਂ ਹੋ ਸਕਦਾ ਹਾਂ ਇਨਫੈਕਟ ਸੱਚ ਈ ਐ ਕਿ ਮੈਂ ਕੁਝ ਵੀ ਨਹੀਂ ਬੁੱਕ ਕਰਾਇਆ ਹੂੰ ਤੁਸੀਂ ਉਸੇ ਵਲੀ ਫੋਨ ਲਾਉਣਾ ਜਸਲ ਮੈਂ ਮੈਂ ਕਰੋਨਾ ਬੁੱਕ ਬੜ ਜਿਹੜੇ ਤੁਸੀਂ ਵੇਚੋਗੇ ਤੁਹਾਡੇ ਵਿੱਚੋਂ ਉਤੋਂ ਕਰਾਉਂਗਾ ਹਾਂ ਉਹਨਾਂ ਨੇ ਕਿਹਾ ਨਾ ਜਸਲ ਸਾਹਿਬ ਸਾਨੂੰ ਵੀ ਦਵਾ ਦਿਓ ਮੈਂ ਕਿਹਾ ਭਾਈ ਦਿੰਦੇ ਤੋਂ ਹੈ ਨਹੀਂ ਹਾਂ ਪਰ ਮੈਂ ਤੁਹਾਡੇ ਲਈ ਗੱਲ ਕਰ ਲੂੰਗਾ ਹਾਂ ਜੀ ਠੀਕ ਹੈ ਮੈਨੂੰ ਵਿੱਚ ਕੁਝ ਨਹੀਂ ਮੇਰਾ ਹੈਗਾ ਤੂੰ ਮੇਰਾ ਭਰਾ ਮੈਂ ਹਾਂ ਮੈਂ ਤੇਰੇ ਕਰਕੇ ਬਲੌਕ ਉਹਨਾਂ ਕੋਲ ਪੁੱਛੂੰਗਾ ਹਾਂ ਪਰ ਭਾਈ ਵੇਟਿੰਗ ਹੋਏਗੀ ਹੂੰ ਉਹਨੇ ਕਿਹਾ ਨਹੀਂ ਭਾਈ ਤੂੰ ਦਵਾ ਦਿਓ ਹੂੰ ਤੁੰ ਤੁਹਾਨੂੰ ਪੱਕਾ ਪਤਾ ਨਹੀਂ ਮੈਂ ਕਿ ਮੈਂ ਬਈ ਆਪ ਤੇ ਨ ਲੈ ਆ। ਸੋ ਕਿਹੜੀ ਗਰੰਟੀ ਹੈ ਕਿ ਮੈਂ ਉਹ ਘਰ ਖਰੀਦੇ ਆ। ਠੀਕ ਹੈ ਨਾ? ਦੱਸੋ ਇਹਨੂੰ ਪਤਾ ਕੀ ਕਹਿੰਦੇ ਆ? ਮਾਰਕੀਟਿੰਗ। ਹੂੰ ਇਹ ਜਿਦੋਂ ਤੁਸੀਂ ਕੋਈ ਚੀਜ਼ ਸੁਣ ਰਹੇ ਹੋ ਫਾਰ ਇਗਜ਼ਾਮਪਲ ਅੱਜ ਕੱਲ ਤੁਹਾਡੇ ਦਿਮਾਗ ਦੇ ਵਿੱਚ ਪਾਈ ਜਾ ਰਹੀ ਹੈ, ਯੂਨਿਟਸ ਪਾਈ ਜਾ ਰਹੀ ਹੈ, ਤੁਹਾਡੇ ਦਿਮਾਗ 'ਚ ਪਾਇਆ ਜਾ ਰਿਹਾ ਹੈ ਵਿਕਟੋਰੀਆ ਮਾੜਾ, ਤੁਹਾਡੇ ਦਿਮਾਗ 'ਚ ਪਾਇਆ ਜਾ ਰਿਹਾ ਹੈ ਵਾ ਪਰਥ ਚੰਗਾ। ਹੂੰ ਤੁਹਾਡੇ ਕੋਈ ਇਨਫਰਮੇਸ਼ਨ ਕਿਉਂ ਪਹੁੰਚ ਰਹੀ ਹੈ ਜੇ ਚੰਗਾ ਹੈ ਤੇ ਜੇ ਚੰਗੇ ਲਈ ਹੈਗਾ ਤਾਂ ਲੋਕ ਆਪ ਕਿਉਂ ਨਹੀਂ ਕਰਦੇ ਪਏ ਤੁਹਾਡ ਨੂੰ ਕਿਉਂ ਤੁਸੀਂ ਮਤਲਬ ਸੋਚੋ ਕਿ ਇਹ ਇਨਫਰਮੇਸ਼ਨ ਤੁਹਾਡੇ ਕੋ ਕਿਉਂ ਆ ਰਹੀ ਹੈ ਇਹ ਮੀਡੀਆ ਚ ਸਰਕੂਲੇਟ ਕਿਉਂ ਹੋ ਰਹੀ ਹੈ ਕਿਉਂਕਿ ਇਹਦੇ ਪਿੱਛੇ ਪ੍ਰਮੋਟ ਕਰਨ ਤੇ ਉੱਤੇ ਪੈਸਾ ਲੱਗਾ ਹੋਇਆ ਹੈ ਨਿਊਜ਼ ਜਾ ਰਿਹਾ ਉਹ ਚਾਹੁੰਦੀ ਹੈ ਕਿ ਤੁਸੀਂ ਇਹੀ ਦੇਖੋ ਉਹਨਾਂ ਨੇ ਇੱਕ ਸਿਸਟਮੈਟਿਕਲੀ ਬਣਾਇਆ ਹੋਇਆ ਕਿ ਅਸੀਂ ਪਹਿਲਾਂ ਇਸ ਚੀਜ਼ ਨੂੰ ਪ੍ਰਮੋਟ ਕਰਨਾ ਫਿਰ ਅਸੀਂ ਇਸ ਚੀਜ਼ ਨੂੰ ਕਰਨਾ ਫਿਰ ਅਸੀਂ ਇਸ ਨੂੰ ਕਰਨਾ ਡਿਵੈਲਪਰਾਂ ਨੇ ਪੈਸੇ ਬਣਾਉਣਾ ਨਹੀਂ ਹਟਣਾ ਹੂੰ ਤੁਹਾਡਾ ਆਪਣਾ ਦਿਮਾਗ ਕੰਮ ਕਰਨਾ ਚਾਹੀਦਾ ਹੈ ਕਿ ਤੁਸੀਂ ਕਿੰਨਾ ਕਮਾ ਰਹੇ ਹੋ ਕਿੰਨਾ ਤੁਹਾਨੂੰ ਰੈਂਟ ਆਉਂਦਾ ਪਿਆ ਹੈ ਕਿੰਨੇ ਉੱਤੇ ਓਵਰਹੈਡਸ ਖਰਚੇ ਆ ਭਾਜੀ ਮੈਂ ਲੋਕਾਂ ਨਾਲ ਗੱਲ ਕਰਦਾ ਉਹ ਕਹਿੰਦੇ ਭਾਜੀ ਸਾਨੂੰ ਤੇ ਹੁਣ ਆਪਣੀ ਜੇਬ ਦੇ ਵਿੱਚੋਂ 15 ਤੋਂ 16000 ਪਰ ਪ੍ਰਾਪਰਟੀ ਜਾ ਰਿਹਾ ਦੋ ਦੋ ਪ੍ਰਾਪਰਟੀਆਂ ਰੱਖਿਆ ਬਈ 30000 ਸਾਡੀ ਜੇਬ ਚ ਜਾ ਰਿਹਾ ਅਸੀਂ ਰੱਖੀਏ ਕਿ ਸੈਲ ਕਰਦੀਏ ਹੂੰ ਠੀਕ ਹੈ ਹੁਣ ਦੇਖੋ ਸੈਲ ਕਰਨਾ ਇਸ ਟਾਈਮ ਦੇ ਉੱਤੇ ਤਾਂ ਸਭ ਤੋਂ ਵੱਡੀ ਬੇਵਕੂਫੀ ਹੋਏਗੀ ਉਹ ਬੇਵਕੂਫੀ ਦੇ ਉੱਤੇ ਬੇਵਕੂਫੀ ਹੋਏਗੀ ਨਹੀਂ ਬਿਲਕੁਲ ਮੈਂ ਹੁਣ ਇਹ ਇਹਦੇ ਵਾਲੀ ਹੁਣ ਜਾਣਾਂ ਕਿਉਂਕਿ ਆਪਾਂ ਅੱਜ ਦਾ ਪੋਡਕਾਸਟ ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਫਿਊਚਰ ਜਿਹੇ ਐਪੀਸੋਡ ਕਰੀਏ ਹਾਂਜੀ ਹਾਂਜੀ ਕਿਉਂਕਿ ਅੱਜ ਦਾ ਮੈਂ ਚਾਹੁੰਦਾ ਕਿ ਜੋ ਕਰੰਟ ਸਿਨੈਰੀਓ ਜੋ ਚੱਲ ਰਿਹਾ ਆ ਕਿਉਂਕਿ ਮੈਂ ਤੁਹਾਡੀ ਗੱਲ ਕੰਟੀ ਕਿ ਆਪਾਂ ਇਹਦੇ ਆਲੇ ਦੁਆਲੇ ਰੱਖੀਏ ਜੋ ਕਰੰਟ ਸਿਨੈਰੀਓ ਚੱਲ ਰਿਹਾ ਹੈ ਰੇਟ ਆਫ ਇੰਟਰਸਟ ਦਾ ਕਿ ਵੀ ਆਪਾਂ ਡਾਟੇ ਦੇ ਬੇਸ ਤੇ ਜਿੱਦਾਂ ਆਪਾਂ ਗੱਲ ਕਰਦੇ ਕਿ ਆ ਵਧੀਆ ਰੀਟਰਨ ਇੰਟਰਸਟ ਹਾਂਜੀ ਸੇਮ ਚੀਜ਼ ਜਿਹੜੀ ਤੁਸੀਂ ਗੱਲ ਕਹੀ ਕਿ ਇਹ ਹੋ ਰਹੀ ਆ ਕਿਉਂਕਿ ਅਸੀਂ ਚਲੋ ਪ੍ਰੋਪਰਟੀ ਮੈਨੇਜਮੈਂਟ ਵੀ ਕਰਦੇ ਆ ਅਸੀਂ ਦੇਖ ਰਹੇ ਹਾਂ ਕਿ ਇਸ ਸਮੇਂ ਬੰਦੇ ਆਂਦੇ ਇਹ ਬਹੁਤ ਜ਼ਿਆਦੀ ਪ੍ਰੋਬਲਮਸ ਆਈਆਂ ਹੋਈਆਂ ਨੇ ਖਾਸ ਤੌਰ ਤੇ ਜਿਨ੍ਹਾਂ ਨੇ ਘਰ ਇਨਵੈਸਟ ਕੀਤਾ ਆ ਜਿਹਦੇ ਕੋਲ ਤਾਂ ਇੱਕ ਅੱਧਾ ਆ ਉਹ ਤਾਂ ਹੋਲਡ ਕਰ ਰਿਆ ਹੂੰ ਕਿਉਂਕਿ ਪਿਛਲੇ ਸਾਲ ਜੇ ਘਰ ਦੀ ਕਿਸ਼ਤ ਇਹ ਤਕਰੀਬਨ ਸਗੀ ਮੰਨ ਲਓ 2800 2800 ਜਾਂ 3000 ਸਗੀ ਅੱਜ ਉਹ 15-1600 ਉਹ ਉੱਪ ਹੋ ਚੁੱਕੀ ਆ ਸੋ ਬਟ ਰੇਟ ਜਿਹੜਾ ਆਪਣਾ ਰੈਂਟ ਸੀਗਾ ਕਰਤਾ ਉਹ ਵਧਿਆ 100 200 ਵੱਜੂਗਾ ਮੰਥ ਦਾ ਠੀਕ ਹੈ ਨਾ 300 ਵੱਜੂਗਾ ਮੰਥ ਦਾ ਪਰ ਜਿਹੜੀ ਕਿਸ਼ਤ ਆ ਉਹ ਤਾਂ 1500 ਵੱਧ ਗਈ ਸਟਿਲ ਬੰਦੇ ਨੂੰ 1000 ਡਾਲਰ ਆਪਣੀ ਜੇਬ ਚ ਪਾਉਣਾ ਪੈ ਰਿਹਾ ਹਰ ਮਹੀਨੇ ਸੋ ਸ਼ਾਰਟ ਟਰਮ ਲਈ ਤਾਂ ਬੰਦਾ ਪਾ ਲੈਂਦਾ ਜਾਂ ਜਦ ਕੋਈ ਇੱਕ ਪ੍ਰਾਪਰਟੀ ਆ ਉਹ ਤਾਂ ਪਾ ਲੈਂਦਾ ਹੁਣ ਆਪਣੇ ਬੰਦਿਆਂ ਨੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਨਾਂ ਸਾਰੀਆਂ ਚੀਜ਼ਾਂ ਕਰਕੇ ਕੋਵਿਡ ਦੇ ਦੌਰਾਨ ਜੋ ਕੁਝ ਹੋਇਆ ਪ੍ਰਾਪਰਟੀ ਮਾਰਕੀਟ ਚੱਲ ਗਈ ਆਪਾਂ ਫਿਰ ਲਾਸਟ ਗੱਲ ਉੱਤੇ ਕਰਾਂਗੇ ਕਿ ਕਿੱਦਾਂ ਆਪਣੇ ਲੋਕ ਸੋਚਦੇ ਆ ਪ੍ਰਾਪਰਟੀ ਵਿੱਚ ਇਨਵੈਸਟਮੈਂਟ ਕਰਨ ਲੱਗੇ ਕਿਹੜੀ ਚ ਤੇ ਬਟ ਉਦੋਂ ਉਹਨਾਂ ਨੇ ਲੈ ਲਈਆਂ ਦੋ ਦੋ ਤਿੰਨ ਤਿੰਨ ਪ੍ਰਾਪਰਟੀਆਂ ਹੁਣ ਜੇ ਕਿਸੇ ਦੇ ਘਰ ਦੀ ਇੱਕ ਦੀ ਇੱਕ ਦੇ ਵਿੱਚ ਉਹਨੂੰ 11200 ਪਾਉਣਾ ਪੈ ਰਿਹਾ ਜੇ ਦੋ ਘਰ ਆ ਤਿੰਨ ਘਰ ਆ ਉਹ ਬੰਦਾ ਉਹਨੂੰ 3000 4000 ਡਾਲਰ ਕਿੱਥੋਂ ਲੈ ਕੇ ਆਵੇ ਸੇਮ ਚੀਜ਼ ਜਿਹੜੀ ਤੁਹਾਡੇ ਵਾਲੀ ਹੈ ਕਿ ਵੀ ਅੱਜ ਦੀ ਡੇਢ ਜਗਰ ਉਹਨੂੰ ਸਾਲ ਦਾ ਕੈਲਕੂਲੇਟ ਕੀਤਾ ਜਾਵੇ ਤਾਂ 15 16000 ਡਾਲਰ ਉਹਨੂੰ ਐਕਸਟਰਾ ਪਾਉਣਾ ਪੈ ਰਿਹਾ ਘਰ ਦੇ ਵਿੱਚ ਪੈ ਰਿਆ ਤਾਂ ਹੁਣ ਇਹਦੇ ਉੱਤੇ ਕਰਦੇ ਕਿ ਇਹਦਾ ਕੀ ਇਹਦਾ ਇਹਦੇ ਵਿੱਚ ਕੀ ਕਰਨਾ ਚਾਹੀਦਾ ਬੰਦਿਆਂ ਨੂੰ ਦੇਖੋ ਇਸ ਟਾਈਮ ਦੇ ਉੱਤੇ ਸਭ ਤੋਂ ਪਹਿਲੀ ਗਲਤੀ ਤੁਸੀਂ ਕੀਤੀ ਹੈ ਕਿ ਤੁਸੀਂ ਆਪਣਾ ਫਿਊਚਰ ਨਹੀਂ ਪਲਾਨ ਕੀਤਾ ਜਿਹ ਉਹ ਆਲਵੇਸ ਪਲਾਨਡ ਹੋਣੀ ਚਾਹੀਦੀ ਹੈ। ਪਲਾਨ ਇਹ ਨਹੀਂ ਕੀਤਾ ਕਿ ਤੁਸੀਂ ਫਿਰ ਹੀ ਸੋਚਿਆ ਕਿ ਅੱਜ ਰੇਟ 2.5% ਹੈ ਤਾਂ ਕੱਲ ਨੂੰ ਵੱਧ ਵੀ ਸਕਦਾ। ਹਾਂਜੀ ਠੀਕ ਹੈ। ਔਰ ਤੁਸੀਂ ਇਹ ਦੇਖੋ ਕਿ ਜਦੋਂ ਬੈਂਕ ਨੇ ਤੁਹਾਨੂੰ ਲੋਨ ਦਿੱਤਾ ਸੀ ਨਾ ਹਮ ਬੈਂਕ ਨੇ ਕੈਲਕੂਲੇਟ ਕੀਤਾ ਸੀਗਾ। ਬਿਲਕੁਲ ਨਹੀਂ ਕਰਨਾ। ਬੈਂਕ ਨੇ ਇਹ ਕੈਲਕੂਲੇਟ ਕੀਤਾ ਸੀਗਾ ਕਿ ਜੇ ਰੇਟ 6% ਹੋ ਗਏ ਤੁਸੀਂ ਅਫੋਰਡ ਕਰ ਸਕਦੇ ਕਿ ਨਹੀਂ ਕਰ ਸਕਦੇ। ਹਮ ਠੀਕ ਹੈ। ਹੁਣ ਅੱਜ ਬੈਂਕ ਕੈਲਕੂਲੇਟ ਕਰ ਰਿਹਾ ਜੇ ਰੇਟ 9% ਹੋ ਗਏ ਤੁਸੀਂ ਕਰ ਸਕਦੇ ਨਹੀਂ ਕਰ ਸਕਦੇ। ਹਮ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਬੈਂਕ ਬੇਵਕੂਫ ਹੈ ਤੁਸੀਂ ਹੀ ਸਿਆਣੇ ਹੋ ਹੂੰ ਤੁਹਾਡੇ ਸਾਹਮਣੇ ਹੈ ਹੂੰ ਜੇ ਬੈਂਕ ਕੈਲਕੂਲੇਟ ਕਰ ਰਿਹਾ ਸੀਗਾ ਉਸ ਚੀਜ਼ ਨੂੰ ਅਸੀਂ ਕਿੱਦਾਂ ਮਿਸ ਕਰ ਗਏ ਹੂੰ ਬਟ ਹੁਣ ਜੇ ਉਹ ਚੀਜ਼ ਮਿਸ ਹੋ ਗਈ ਹੈ ਹੂੰ ਪਹਿਲਾਂ ਤੇ ਅਸੀਂ ਖਰੀਦ ਕੇ ਗਲਤੀ ਕੀਤੀ ਹੂੰ ਹੁਣ ਅਸੀਂ ਵੇਚ ਕੇ ਗਲਤੀ ਕਰਾਂਗੇ ਹੂੰ ਪ੍ਰਾਪਰਟੀ ਮਾਰਕੀਟ ਪਿਛਲੇ 4 ਸਾਲਾਂ ਦੇ ਵਿੱਚ ਬਣ ਚੁੱਕੀ ਸੀ ਕਿ ਗੈਂਬਲਿੰਗ ਹੂੰ ਠੀਕ ਹੈ ਹਰ ਸਾਲ 80000 ਸਾਲ ਵੱਧ ਜਾਣੀ ਇਹ ਉਹ ਦਿਸ ਇਜ਼ ਨਾਟ ਦ ਪ੍ਰੋਪਰਟੀ ਅਨオーਰਗੈਨਿਕ ਹੈ ਪੁਰਾਣਾ ਹਾਂ ਸੋ ਪ੍ਰੋਪਰਟੀ ਮਾਰਕੀਟ ਜਿਹਦੇ ਵਿੱਚ ਜੇ ਤੁਸੀਂ ਪ੍ਰੋਪਰਟੀ ਲੈ ਰਹੇ ਹੋ ਹਮ ਐਟ ਲੀਸਟ ਉਹਨੂੰ 10 ਸਾਲ ਲਈ ਹੋਲਡ ਕਰੋ ਬਲਕੇ ਤੁਸੀਂ ਅਗਰ ਐਵਰੇਜ ਕੋ ਜਦ ਅਸੀਂ ਆਪਾ ਅਕੋਰਡਿੰਗ ਟੂ ਸਟੈਟਸ ਕਿ ਕਿੰਨੀ ਕੇ ਇੱਕ ਸਾਲ ਚ ਇਨਕਰੀਸ ਹੋਣੀ ਚਾਹੀਦੀ ਪਰਸੈਂਟੇਜ ਵਾਈਜ਼ ਦੇਖੋ ਜਦ ਆਪ ਆ ਗਏ 80000 90000 ਹੋਣੀ ਇਹ ਤਾਂ 20% 30% ਹੋ ਗਈ ਇਨਕਰੀਸ ਹਾਂਜੀ ਹਾਂਜੀ ਦੇਖੋ ਪ੍ਰੋਪਰਟੀ ਇਨਕਰੀਸ ਤੇ ਇਨਫਲੇਸ਼ਨ ਦੇ ਨਾਲ ਹੂੰ ਜਿੰਨੀ ਇਨਫਲੇਸ਼ਨ ਹੈ ਉਨੀ ਪ੍ਰੋਪਰਟੀ ਇਨਕਰੀਸ ਹੈ ਵਿਚ ਇਜ਼ 2 ਟੂ 3 ਪਰਸੈਂਟ ਐਵਰੀ ਈਅਰ ਐਵਰੀ ਈਅਰ ਜੀ ਇਤੋਂ ਵੱਧ ਹੋ ਰਹੀ ਹੈ ਤੇ ਫਿਰ ਤੁਹਾਡੀ ਇਨਫਲੇਸ਼ਨ ਇਫੈਕਟ ਹੋ ਰਹੀ ਹੈ ਜੇ ਤੁਹਾਡੀ ਇਨਫਲੇਸ਼ਨ ਫੈਕਟ ਹੋ ਰਹੀ ਹੈ ਤਾਂ ਫਿਰ ਭਾਈ ਜੀ ਇੰਟਰਸਟ ਦੇ ਥੱਲੇ ਜਾ ਬਹੁਤ ਇੰਟਰਸਟਿੰਗ ਤੁਸੀਂ ਗੱਲ ਕਹੀ ਕਿਉਂਕਿ ਰੇਟ ਆਪਣਾ ਰੈਂਟਲ ਵੀ ਅਸੀਂ ਇੰਨੇ ਹੀ ਕਹਿੰਨੇ 2 ਟੂ 3 ਪਰਸੈਂਟ ਜਾਂ ਵੱਧ ਵੱਧ ਕੋਈ ਕਹਦੀ ਹੈ 4 4 ਪਰਸੈਂਟ ਦੇ ਦਿੰਦਾ 4 ਟੂ 5 ਪਰਸੈਂਟ ਹਾਂਜੀ 4 ਟੂ 5 ਪਰਸੈਂਟ ਦੇ ਦਿੰਦਾ ਬਟ ਆਰਗੈਨਿਕ ਇਸ 2 ਟੂ 3% ਮੈਕਸਿਮਮ ਮੇਬੀ ਆਪਾਂ ਲਾ ਲਈ ਕਿ ਚਲੋ ਹੁੱਕਾ ਫੁੱਕਾ ਲਾ ਲਈ ਕਿ 4-5% ਹੈ ਨਾ ਹਾਂਜੀ ਬਟ ਗੱਲਾਂ ਹੋ ਰਹੀਆਂ ਨੇ ਇੱਥੇ 30% 40% ਦੀਆਂ ਲੋਕ ਡਿਸੀਜਨ ਬਣਾ ਰਹੇ ਨੇ ਇਹਨੂੰ ਦੇਖ ਕੇ ਸਕਤਾ ਇਹ ਆਪਾਂ ਇਸ ਚੀਜ਼ ਨੂੰ ਅਸੀਂ ਗੈਂਬਲਿੰਗ ਲੈਂਦੇ ਆ ਭਾਜੀ ਅਸੀਂ ਜਦੋਂ ਕੋਈ ਚੀਜ਼ ਸੋਚ ਸਮਝ ਕੇ ਨਹੀਂ ਇਨਵੈਸਟ ਕਰਦੇ ਔਰ ਆਪਾਂ ਫਿਲਹਾਲ ਮੈਂ ਰੀਸਨ ਸੋਚ ਰਿਹਾ ਕਿ ਇਸ ਚੀਜ਼ ਤੇ ਵੀ ਪਾਵਾਂ ਡਾਟਾ ਆਇਆ ਜਿਹੜਾ ਬੜਾ ਕਨਸਰਨਿੰਗ ਹੈ ਜਿਹੜਾ ਮੈਂ ਸ਼ੇਅਰ ਕਰਾਂਗਾ ਕਿ ਸਾਡੇ ਯੰਗਸਟਰ ਕਿਦਾਂ ਗੈਂਬਲਿੰਗ ਚ ਪਾਏ ਜਾ ਰਹੇ ਆ ਸੋ ਹਮੇਸ਼ਾ ਜਿਹੜੀ ਇਨਵੈਸਟਮੈਂਟ ਹੈ ਉਹ ਦੋ ਤਰ੍ਹਾਂ ਹੁੰਦੀ ਹੈ ਹੂੰ ਠੀਕ ਹੈ ਪਹਿਲੀ ਆਰਗੇਨਿਕ ਗਰੋਥ ਹੂੰ ਆਰਗੇਨਿਕ ਗਰੋਥ ਨੂੰ ਭਾਜੀ ਆਪਾਂ ਲੈ ਕੇ ਚੱਲਦੇ ਹਾਂ 2 ਤੋਂ 3% ਹੂੰ hmm. 5% ਹੋ ਜਾਏਗੀ ਠੀਕ ਹੈ ਨਾ ਸੈਕੰਡ ਜ਼ੋਨਲ ਗਰੋਥ ਜ਼ੋਨਲ ਗਰੋਥ ਇਨ ਸੈਂਸ ਕਿ ਜੇ ਤੁਹਾਡੀ ਪ੍ਰਾਪਰਟੀ ਸੁਪੋਜ਼ ਕਰੋ ਅੱਜ ਫਾਰਮ ਲੈਂਡ ਸੀਗੀ ਕੱਲ ਨੂੰ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਵਿੱਚ ਤੁਹਾਡੀ ਪ੍ਰਾਪਰਟੀ ਡਿਵੈਲਪਮੈਂਟ ਚ ਆ ਗਈ ਹੈ ਤੇ ਉਹ ਤੁਹਾਡੀ ਆਟੋਮੈਟਿਕਲੀ ਵਿੰਡਿੰਗ ਵਿੰਡਿੰਗ ਜੀ ਹੋ ਗਿਆ ਉਹ ਆ ਗਈ ਕਮਰਸ਼ੀਅਲ ਚ ਆ ਗਈ ਹੈ ਜੇ ਤੁਹਾਡੀ ਪ੍ਰੋਪਰਟੀ ਕਿਸੇ ਚ ਨਹੀਂ ਉਹ ਕਮਰਸ਼ੀਅਲ ਚ ਆ ਗਈ ਹੈ ਤੇ ਤੁਹਾਡੀ ਵੈਲਿਊ ਵੱਜੇਗੀ ਸੋ ਦੈਟਸ ਅਨਦਰ ਪਲੈਨਿੰਗ ਉਹ ਪਲੈਨਿੰਗ ਵੀ ਹੁੰਦੀ ਹੈ ਭਾਜੀ ਉਹਦੇ ਵਿੱਚ ਲੱਕ ਵੀ ਹੁੰਦਾ ਮੈਂ ਦੇਖ ਰਿਹਾ ਸਾਡੇ ਲੋਕ ਬੜੇ ਸੋਚ ਕੇ ਸੱਟੇ ਲਾ ਕੇ ਲੈਂਡ ਲੈ ਕੇ ਬੈਠੇ ਆ ਕੱਲ ਨੂੰ ਡਿਵੈਲਪ ਹੋ ਜਾਏਗੀ ਠੀਕ ਹੈ ਨਹੀਂ ਪਰ ਹੁਣ ਤਾਂ ਨਵੇਂ ਰੂਲ ਵੀ ਆ ਗਏ ਉਹਦੇ ਨਾਲ ਉਹਦੇ ਨਾਲ ਮਿਲਦਾ ਉਹ ਵਿੰਡ ਫਾਲ ਟੈਕਸ ਆ ਗਿਆ ਵਿੰਡ ਫਾਲ ਟੈਕਸ ਆ ਗਿਆ ਪ੍ਰੋਪਰਟੀ ਹੋਲਡਿੰਗ ਟੈਕਸ ਆ ਗਿਆ ਉਹ ਜੇ ਜ ਮਿਲਦਾ ਹੁਣ ਕਾਫੀ ਪ੍ਰੋਬਲਮ ਆ ਗਈ ਮੈਂ 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 ਕਹਿੰਦੇ ਨਾ ਮੈਂ 15 15000 ਦੇ ਲੈਂਡ ਟੈਕਸ ਦੇਖਿਆ ਇੱਕ ਪ੍ਰੋਪਰਟੀ ਤੇ ਬਿਕੋਜ਼ ਉਹਨਾਂ ਨੇ ਉਸ ਟਾਈਮ ਦੇ ਉੱਤੇ ਉਹ ਲੈਂਡ ਲੈ ਲਈ ਹੈ ਔਰ ਉਹ ਹੁਣ ਫਾਰਮ ਲੈਂਡ ਜਾਂ ਆ ਰਹੀ ਹੈ ਤੇ ਉਹ ਟੈਕਸ ਦੇਣਾ ਪੈ ਰਿਹਾ ਭਾਜੀ ਹੂੰ ਸੋ ਇਹ ਚੀਜ਼ਾਂ ਜਦੋਂ ਕੋਈ ਵੀ ਤੁਹਾਨੂੰ ਚੀਜ਼ ਸੈਲ ਕਰਦਾ ਹੈ ਉਹ ਦੱਸਦੇ ਨਹੀਂ ਹੈ ਹੂੰ ਕਈ ਲੋਕਾਂ ਨੂੰ ਤਾਂ ਸ਼ੌਕ ਲੱਗ ਰਿਹਾ ਕਿ ਲੈਂਟੈਕ ਹੁੰਦਾ ਕੀ ਹੈ ਦੇ ਨੇਵਰ ਹੈਵ ਸੀਨ ਦ ਲੈਂਟੈਕਸ ਬਿਕਾਜ਼ ਰੀਸਨਲੀ ਜਿਹੜੀ 250 ਕੇ ਵਿਕਟੋਰੀਆ ਨੇ ਘਟਾਈ ਹੈ ਆਪਣੀ ਸਲੇਬ ਉਹ 50000 ਕਰਦੇ ਹੁਣ 50000 ਦੀ ਕਿਹੜੀ ਲੈਂਡ ਮਿਲੇਗੀ ਭਾਈ 50000 ਦਾ ਤਾਂ ਇੱਕ ਬਾਥਰੂਮ ਨਾ ਮਿਲੇ ਕੁਝ ਵੀ ਨਹੀਂ ਮਿਲਦਾ ਹੁਣ ਤਾਂ ਹੁਣ ਤਾਂ ਕੁਝ ਵੀ ਨਹੀਂ ਮਿਲਦਾ ਉਹ ਤਾਂ ਚਪੇੜ ਵਾਲੀ ਗੱਲ ਮੂੰਹ ਤੇ ਮਾਰਕਿੰਗ ਵਾਲੀ ਗੱਲ ਹੈ ਹਨਾ ਤੇ ਉਹ ਚੀਜ਼ ਜਿਹੜੀ ਸਾਹਮਣੇ ਆ ਰਹੀ ਹੈ ਲੋਕਾਂ ਦੇ ਤੇ ਉਹਨਾਂ ਨੂੰ ਰਿਅਲਾਈਜੇਸ਼ਨ ਹੋ ਰਿਹਾ ਉਹ ਹੈਂਗ ਨੋ ਟੇਕ ਯਾਰ 11200 ਐਕਸਟਰਾ ਵੱਧ ਗਿਆ ਮੇਰਾ ਫਿਰ ਰੇਟਸ ਵੱਧ ਗਏ ਹੂੰ ਤੁਸੀਂ ਦੇਖੋ ਤੁਹਾਡੇ ਪ੍ਰਾਪਰਟੀ ਦੇ ਪ੍ਰਾਈਸ ਘਟ ਗਏ ਆ ਹੂੰ ਪਰ ਕਾਉਂਸਲ ਵਾਲੇ ਨੇ ਤੁਹਾਡੀ ਵੈਲਿਊਏਸ਼ਨ ਵਾਧੀ ਪਾਈ ਆ ਹੂੰ ਇਹ ਸਾਡੇ ਕੋਲੇ ਆਉਂਦੇ ਭਾਜੀ ਸਾਡੇ ਨੂੰ ਇਹ ਪ੍ਰੋਬਲਮ ਹੁੰਦੀ ਹੈ ਜੈ ਰੀਅਲ ਸਟੇਟ ਹਾਂ ਕਿ ਜਦੋਂ ਤੁਸੀਂ ਪ੍ਰੋਪਰਟੀ ਦੀ ਵੈਲਿਊਏਸ਼ਨ ਪਾਈਦੀ ਹੈ ਜਾਂ ਜਦੋਂ ਉਹਨਾਂ ਦਾ ਅਪ੍ਰੈਜ਼ਲ ਕਰੀਦਾ ਤਾਂ ਲੋਕ ਸਾਡੇ ਕੋਲ ਕਾਉਂਸਲ ਰੇਟ ਲੈ ਕੇ ਆਉਂਦੇ ਨੇ ਹਾਂ ਸਾਨੂੰ ਕਹਿੰਦੇ ਵੀ ਕਾਉਂਸਲ ਨੇ ਤਾਂ ਤੁਸੀਂ ਪਾ ਰਹੇ ਹੋ ਇੰਨੀ ਵੈਲਿਊ ਕਾਉਂਸਲ ਤਾਂ ਇੰਨੀ ਵੈਲਿਊ ਪਾ ਰਹੀ ਆ கரੈਕਟ ਠੀਕ ਹੈ ਨਾ ਉਹ ਉਹ ਹੁਣ ਵਿੱਚ ਫਰਕ ਉੱਥੇ ਪਤਾ ਲੱਗ ਜਾਂਦਾ ਨਾ ਕਿਉਂਕਿ ਅਗਲੇ ਨੇ ਆਪਣੀ ਫੀਸ ਦੇ ਹਿਸਾਬ ਨਾਲ ਵੈਲਿਊਏਸ਼ਨ ਪਾਈ ਆ ਹੁਣ ਗੱਲ ਇਹ ਹੈ ਭਾਜੀ ਜਦੋਂ ਮੈਂ ਕਾਉਂਸਲ ਨਾਲ ਗੱਲ ਕੀਤੀ ਮੈਂ ਮੈਂ ਆਪਣੀ ਜਿਹੜੀ ਪੋਰਟਫੋਲੀ ਰਿਜ਼ਲਟ ਹੂੰ ਹੁਣ ਪਾਸਟ ਰਿਜ਼ਲਟਸ ਭਾਈ 2023 ਦੇ ਵਿੱਚ ਅੱਗ ਲੱਗੀ ਸੀਗੀ ਲਾਲਾ ਲਾਲਾ ਹੋਈ ਪਈ ਸੀ ਮੈਨੂੰ ਤਾਂ ਲੱਗਦਾ ਕਿ ਲੋਕਾਂ ਨੇ ਤਾਂ ਚੰਨ ਤੇ ਲੈ ਗਏ ਰਿਹਾ ਰਾਕਟ ਲੈ ਕੇ ਸਾਰੇ ਮੂਨ ਮੂਨ ਕਰਦੇ ਫਿਰਦੇ ਸੀਗੇ ਠੀਕ ਹੈ ਹੁਣ ਉਸ ਦੇਖ ਰਿਹਾ ਪ੍ਰੀਵਿਅਸ ਡਾਟਾ ਉਸ ਦੇ ਹਿਸਾਬ ਤੇ ਉਹਨਾਂ ਨੇ ਤੁਹਾਡੀ ਵੈਲਿਊਏਸ਼ਨ ਪਾਈ ਹੈ ਕਿ ਭਾਈ 2023 ਦੇ ਵਿੱਚ ਆਹ ਪ੍ਰੋਪਰਟੀ 7 ਲੱਖ ਦੀ ਵਿਕੀ ਸੀਗੀ ਹੁਣ ਤੇਰੀ ਛੇਰੀ ਹੈ ਸਾਨੂੰ ਕੋਈ ਫਰਕ ਨਹੀਂ ਪੈਂਦਾ 7 ਦਾ ਸਾਡੇ ਕੋਲ ਪ੍ਰੂਫ ਹੈਗਾ ਹੁਣ ਤੁਸੀਂ ਲੌਕ ਆਫ ਕੋਰਟ ਦੇ ਵਿੱਚ ਜਾ ਕੇ ਇਹ ਵੀ ਪ੍ਰੂਵ ਨਹੀਂ ਕਰ ਸਕਦੇ ਅੰਟਿਲ ਐਸ ਵੀ ਰੀਸੈਂਟਲੀ ਸ਼ੋ ਕਰੋ ਜਿਹੜੀ 6 ਦੀ ਵਿਕੀ ਆ ਹੁਣ 6 ਦੀ ਕੋਈ ਵਿਕ ਨਹੀਂ ਰਹੀ ਉਹ 6.5 ਮਤਲਬ ਐਸਮੇ ਰੈਜ਼ਿਸਟੈਂਸ ਹੈ ਮਾਰਕੀਟ ਦੇ ਵਿੱਚ ਰੈਜ਼ਿਸਟੈਂਸ ਹੈ ਤੇ ਮੈਂ ਉਹਨੂੰ ਕਹਿੰਦਾ ਹੈ ਪੀਪਲ ਸਿਟਿੰਗ ਔਨ ਅ ਬਾਉਂਡਰੀ ਜੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਹਾਂਜੀ ਇੱਕ ਘਰ ਹੈ ਅਸੀਂ ਵੇਚਿਆ ਸੀਗਾ ਹਾਂ 2021 ਚ ਹਾਂਜੀ 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 5 ਲੱਖ 15000 ਦਾ ਛੋਟਾ ਘਰ ਸੀਗਾ 3 ਬੈਡਰੂਮ ਸਿੰਗਲ ਗੈਰਾਜ ਠੀਕ ਹੈ ਜੀ ਉਹਦੇ ਨਾਲ ਦਾ ਘਰ ਸਾਡੇ ਕੋਲ ਸੇਲ ਲਈ ਆ ਗਿਆ ਸਾਲ ਬਾਅਦ ਹੀ ਦੋ ਸਾਲ ਬਾਅਦ ਆਇਆ ਹਨਾ ਸੇਲ ਲਈ ਆ ਤਾਂ ਉਹ ਬੰਦਾ ਮੰਗੇ ਜੀ ਵੀ ਹੁਣ 2 ਸਾਲ ਹੋ ਗਏ ਆ ਤੁਸੀਂ 5.5 ਦਾ ਮਤਲਬ ਕਿਸੇ ਹੋਰ ਕੋਲ ਨੇ ਲਾਇਆ ਸੀਗਾ ਤਾਂ ਉਹਨੇ ਦੇਖਿਆ ਕਿ ਇਹਨਾਂ ਨੇ ਵੀ ਲਾਇਆ ਸੀਗੇ ਨੇ ਇਹਨਾਂ ਦੇ ਵਿੱਚ ਆ ਸੀਗਾ ਚਲੋ ਉਹਨੇ ਟਰਾਈ ਕੀਤਾ ਤਾਂ ਚਲੋ ਟੈਂਪਰੇਰੀ ਅਸੀਂ ਨਹੀਂ ਜਿੰਨਾ ਪ੍ਰਾਈਸ ਪਾ ਰਹੇ ਸੀ 5.5 ਦਾ ਨਹੀਂ ਵਿਗਿਆ ਤੁਹਾਨੂੰ ਮੈਂ ਰੀਸੈਂਟਲੀ ਚੈੱਕ ਕੀਤਾ ਥੋੜੇ ਦਿਨ ਪਹਿਲਾਂ ਘਰ ਵਿਕਿਆ ਹੋ ਜੀ 5 16 ਦਾ ਦੇਖੋ ਮਤਲਬ ਆਈਡੈਂਟੀਕਲ ਪ੍ਰੋਪਰਟੀਆਂ ਨੇ ਹਾਂਜੀ ਹਾਂਜੀ ਬਿਲਕੁਲ ਆਈਡੈਂਟੀਕਲ ਪ੍ਰੋਪਰਟੀਆਂ ਨੇ ਨੰਬਰ ਵੀ ਸੇਮ ਹੈ ਮੈਂ ਹੁਣ ਚੱਲੋ ਐਗਜ਼ੈਕਟਲੀ ਲਾ ਦਾਂਗਾ ਕਿ ਜੇ ਉਹਦਾ 11 ਨੰਬਰ ਦੂਜੇ ਦਾ 13 ਨੰਬਰ ਜਿਹੜੀ ਨੈਕਸਟ ਟੂ ਈਚ ਅਦਰ ਆ ਬਿਲਕੁਲ ਆਟੈਂਟਿਕਲ ਪ੍ਰੋਪਰਟੀਜ਼ ਰਹਿ 2021 ਚੋਂ 5 15 ਦਾ ਵਿਕਿਆ ਤਾਂ ਦੂਜਾ ਘਰ 2024 ਚੋਂ 5 16 ਦਾ ਵਿਕ ਰਿਹਾ ਹਾਂਜੀ ਤਾਂ ਮਤਲਬ ਤੁਸੀਂ ਲਾ ਲਓ ਚਾਰ ਸਾਲ ਦੇ ਵਿੱਚ ਹੁਣ ਆਪਾਂ ਕਿੱਥੇ ਗੱਲ ਕਰ ਰਹੇ ਹਾਂ ਸੋ ਕੈਪੀਟਲ ਗੇਨ ਉਸ 2000 ਜਿਹੜਾ 5 20 ਵਾਲੇ ਦਾ ਨਾ ਹਮ ਨੈਗੇਟਿਵ ਚ ਚੱਲ ਗਿਆ ਚਾਰ ਸਾਲਾਂ ਅਜ ਬਿਲਕੁਲ ਚੱਲਾ ਗਿਆ ਚੱਲਾ ਗਿਆ ਜੇ ਉਹੀ ਘਰ ਉਹ 2022 ਚ ਵੇਚਦਾ ਇਹ ਚਾਈਦਾ ਦਾ 5 5.5 ਦਾ ਵਿੱਚ 5.5 ਦਾ ਵੇਖ ਜਾਣਾ ਸੀ ਜਿਉ ਤੁਸੀਂ ਕਹਿ ਰਹੇ ਹੋ ਨਾ ਕਿ ਸकाई ਰੌਕਿੰਗ ਜਾ ਰਿਹਾ ਸੀ ਕੰਮ ਐਂਡ ਆਫ ਦਾ 2022 ਉਹ ਤਾਂ 5.5 ਦਾ ਵਿਕ ਜਾਣਾ ਸੀ ਹੁਣ ਭਾਜੀ ਗੱਲ ਇਹ ਆ ਜਾਂਦੀ ਹੈ ਕਿ ਇਹ ਬਹੁਤ ਹੀ ਆਈਓਪਨਰ ਹੈ ਤੁਹਾਡੇ ਲਈ ਜਿਹੜੇ ਲੋਕ ਉਸ ਟਾਈਮ ਤੇ ਕਹਿ ਰਹੇ ਸੀਗੇ ਰੀਅਲ ਏਸਟੇਟ ਇੰਡਸਟਰੀ ਕਦੀ ਥੱਲੇ ਨਹੀਂ ਜਾਂਦੀ ਹਮ ਸੁਜੀ ਤੁਸੀਂ ਹੱਲੇ ਵੀ ਤੁਹਾਡੇ ਦਿਮਾਗ 'ਚ ਹੈਗਾ ਕਿ ਇਹ ਟੈਂਪਰੇਰੀ ਹੈ ਇਟ ਇਸ ਟੈਂਪਰੇਰੀ ਬਟ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਇਸ ਲੋਨ ਨੂੰ ਸਰਵਿਸ ਕਰ ਰਹੇ ਆ ਹੂੰ ਠੀਕ ਹੈ ਉਹ ਇਸ ਟਾਈਮ ਦੇ ਉੱਤੇ ਆਪਣੀ ਪ੍ਰਾਪਰਟੀ ਦੇ ਉੱਤੇ ਰੀਫਾਈਨਾਂਸ ਕਰਵਾ ਕੇ ਆਪਣਾ ਮੈਡੀਕਲ ਨਹੀਂ ਕਰਵਾ ਸਕਦੇ ਇਹ ਕਾਨੂੰਨ ਕੋਈ ਦਿੱਕਤ ਆ ਜੀ ਨਾ ਉਹਨਾਂ ਨੂੰ ਹੂੰ ਬੈਂਕ ਨੇ ਇੱਕ ਥੇਲੀ ਨਹੀਂ ਦੇਣੀ ਹੂੰ ਔਰ 80% ਤੇ ਲੋਨ ਹੈ ਉਹਨਾਂ ਦੇ ਹੂੰ ਜਦੋਂ 80% ਤੇ ਲੋਨ ਹੈ ਤੇ ਤੁਸੀਂ ਐਕਸਪੈਕਟ ਕਰ ਸਕਦੇ ਹੋ ਕਿ ਉਹਨਾਂ ਦੀ ਆਪਣੀ ਮਨੀ ਵਿੱਚ ਕਿੰਨੀ ਪਈ ਹੋਈ ਹੈ ਹੂੰ ਕਾਨੂੰਨ ਜੇ ਉਹ ਡੀਫਰਾਡ ਕਰਦੇ ਨਾ ਬੈਂਕ ਡੋਨਟ ਗਿਵ ਅ ਡੈਮ ਬੈਂਕ ਨੇ ਸਾਢੇ 4 ਲੱਖ ਦੀ ਵੇਚ ਕੇ ਨਾ 20% ਤੁਹਾਡਾ ਰੱਖ ਲੈਣਾ ਤੇ ਤੁਹਾਨੂੰ ਛਣਗਣਾ ਫੜਾ ਦੇਣਾ ਹਮ ਕਰ ਲੋ ਡੀ ਫਰਾਡ ਬਿਲਕੁਲ ਚਲ ਹੁਣ ਆਪਾਂ ਨਾ ਐਂਡ ਵੱਲ ਨੂੰ ਚੱਲਦੇ ਆਂ ਹਾਂਜੀ ਹਾਂਜੀ ਕਿ ਇੱਕ ਜਿਹੜਿਆ ਡਿਸੀਜਨ ਆਪਾਂ ਕਰ ਰਹੇ ਜਿਹੜੇ ਹੋਏ ਕਿ ਜੋ ਅਸੀਂ ਦੇਖਦੇ ਆਂ ਮਾਰਕੀਟ ਦੇ ਵਿੱਚ ਲੋਕਾਂ ਲੋਕ ਸਾਡੇ ਡਿਸੀਜਨ ਕਿੱਦਾਂ ਲੈਂਦੇ ਨੇ ਸਾਡੇ ਲੋਕ ਡਿਸੀਜਨ ਲੈਂਦੇ ਨੇ ਜਿਹੜੀ ਆਪਾਂ ਗੱਲ ਕਰ ਚੁੱਕੇ ਮੀਡੀਆ ਇਨਫਲੂਐਂਸ ਦੇ ਵਿੱਚ ਆ ਕੇ ਕਿ ਵਟ ਵੀ ਵਟ ਵੀ ਟਾਕ ਇਨ ਆਵਰ ਲਿਵਿੰਗ ਰੂਮ ਆਵਰ ਡਾਈਨਿੰਗ ਰੂਮ ਜਿਹੜਾ ਜੋ ਤੁਸੀਂ ਵੀਕਐਂਡ 'ਚ ਬੈਠਦੇ ਆ ਕਿ ਭਈ ਪ੍ਰਾਪਰਟੀ ਮਾਰਕੀਟ ਜਿੱਦਾਂ 2022-23 ਦੀ ਤੁਸੀਂ ਗੱਲ ਕੀਤੀ ਹੈ ਐਂਡ ਬਾਈ ਐਂਡ ਤਾਂ 23 ਦੀ ਸਟਾਰਟ ਦੀ ਕਿ ਪ੍ਰਾਪਰਟੀ ਮਾਰਕੀਟ ਚਾਰੇ ਸਹੀ ਉੱਪਰ 70 ਹਜ਼ਾਰ 80 ਹਜ਼ਾਰ ਘਰਾਂ ਤੇ ਰੇਟ ਵਧ ਰਿਹਾ ਮੀਡੀਆ 'ਚ ਕੀ ਆ ਰਿਹਾ ਸੀਗਾ ਪ੍ਰਾਈਸ ਵਧ ਗਿਆ ਕੰਪਨੀਆਂ ਕੀ ਕਰਨੀ ਸੀਗੀਆਂ ਰੀਅਲ ਏਸਟੇਟ ਵਰਗੀਆਂ ਹੋਰ ਜਿਹੜੀ ਕੰਪਨੀਆਂ ਠਾਠਾ ਆਕਸ਼ਨ ਡਾਟਾ ਦੇ ਰਹੀਆਂ ਸੀਗੀਆਂ ਇੰਨੀਆਂ ਪ੍ਰਾਪਰਟੀਆਂ ਵਿਕ ਗਈਆਂ ਮੀਡੀਆ ਵਿੱਚ ਰਿਪੋਰਟਾਂ ਆ ਰਹੀਆਂ ਸੀਗੀਆਂ ਕਿਉਂਕਿ ਫੰਡ ਹੋ ਰਿਹਾ ਸੀਗਾ ਵੱਡੇ ਵੱਡੀ ਕੰਪਨੀਆਂ ਤੋਂ ਤੁਹਾਡੇ ਸੋਸ਼ ਫੀਡਿੰਗ ਹੋ ਰਹੀ ਹੁੰਦੀਆਂ ਨੇ ਏਜੰਟ ਦੀ ਇੱਕ ਪ੍ਰਾਪਰਟੀ ਵੇਚ ਰਹੀ ਹੈ ਵਧੀਆ ਉਹ ਵੀ ਆਪਣੇ ਵੀਡੀਓ ਪਾ ਪਾ ਕੇ ਵਧੀਆ ਪਾਰ ਰਿਹਾ ਹੈ ਕਿ ਦੇਖੋ ਜੀ ਲੱਗੀ ਅਸੀਂ ਲਾਈ ਸੀ 7 ਦੀ ਵੇਖ ਗਈ 18 ਦੀ ਠੀਕ ਹੈ ਜੀ ਮਤਲਬ ਔਰ ਜਦੋਂ ਅਸੀਂ ਬੈਠੇ ਆ ਉਹਦੇ ਵਿੱਚ ਵੀ ਗੱਲ ਹੋ ਗਈ ਕਿ ਵੀ ਜਸਸ ਸਾਹਿਬ ਨੇ ਪ੍ਰਾਪਰਟੀ ਬਈ ਵੇਚੀ 8.5 ਦੀ ਪ੍ਰਾਪਰਟੀ ਵੇਚੀ ਅੱਜ ਤੋਂ ਸਾਲ ਪਹਿਲਾਂ ਇਹਨਾਂ ਨੇ 7.5 ਦੀ ਲਈ ਸੀਗੀ ਲੱਖ ਡਾਲਰ ਕਮਾ ਲਿਆ ਸਾਲ ਦੇ ਵਿੱਚ ਠੀਕ ਹੈ ਨਾ ਨਾਲ ਦੂਜਾ ਬੰਦਾ ਬੈਠਾ ਤੇ ਨਾਲ ਕੋਈ ਹੋਰ ਬੰਦਾ ਐਸਾ ਬੈਠਾ ਹੋਊਗਾ ਜਿਹੜਾ ਪ੍ਰਾਪਰਟੀ ਮਾਰਕੀਟ 'ਚ ਐਂਟਰ ਹੋਣ ਦੀ ਸੋਚ ਰਿਹਾ ਹੋਊਗਾ ਉਹ ਅਗਰ ਉਹਦਾ ਬਜਟ 6.5 ਦਾ ਹੋਊਗਾ ਉਹਨੇ ਨਾਲ ਹੀ ਵਧਾ ਦੇਣਾ ਕਿ ਪ੍ਰਾਪਰਟੀ ਤਾਂ ਮੈਨੂੰ ਮਿਲਣੀ ਈ ਨਹੀਂ ਉਹਨੇ 7 ਲੱਖ ਦੀ ਕਿਉਂਕਿ ਡਿਸੀਜਨ ਸਾਡੇ ਇਦਾਂ ਹੋ ਰਹੇ ਆ ਕਿਉਂਕਿ ਜੋ ਸਾਡੇ ਆਲੇ-ਦੁਆਲੇ ਚੱਲ ਰਿਹਾ ਸੋਸ਼ਲ ਮੀਡੀਆ ਮੀਡੀਆ 'ਚ ਗੱਲਾਂਬਾਤਾਂ ਜੋ ਚੱਲ ਰਹੀਆਂ ਨੇ ਸੇਮ ਚੀਜ਼ ਤੁਸੀਂ ਲੈ ਲਓ ਵਾਈਜ਼ ਵਰਸਾ ਕਿ ਜਦੋਂ ਪ੍ਰਾਪਰਟੀ ਮਾਰਕੀਟ ਡਾਊ ਕੀ ਲੋਕ ਹਰ ਜਗ੍ਹਾ ਉਹ ਕਹਦੀ ਕਿ ਸੈਡਨੈਸ ਹੈਗੀ ਆ ਵੀ ਇੱਕ ਤਰ੍ਹਾਂ ਦਾ ਠੰਡੇ ਆ ਮਾਰਕੀਟ ਕਿੱਥੇ ਨਹੀਂ ਕਰ ਵੇ ਕਰਿਆ ਜੀ ਕਰ ਮਾਰਕੀਟ ਡਾਊਨ ਜਾ ਰਹੀ ਹੈ ਮੀਡੀਆ ਚ ਵੀ ਸੇਮ ਖਬਰਾਂ ਆ ਰਹੀ ਕਿਉਂਕਿ ਇੱਕ ਪੈਟਰਨ ਆ ਜਦੋਂ ਤੁਹਾਨੂੰ ਇੱਕ ਹਾਈ ਦੀ ਖਬਰ ਮਿਲਦੀ ਆ ਜਾਂ ਲੋਹ ਦੀ ਮਿਲਦੀ ਆ ਤੁਹਾਨੂੰ মিডিਆ ਤੋਂ ਲੈ ਕੇ ਤੁਹਾਡੇ ਘਰਾਂ ਦੀ ਗੱਲ ਤੋਂ ਲੈ ਕੇ ਤੁਹਾਡੀ ਜਿਹੜੀਆਂ ਵੀਕੈਂਡ ਪਾਰਟੀਆਂ ਹੋ ਗਈਆਂ ਤੁਸੀਂ ਜਿੱਥੇ ਬੈਠਦੇ ਹੋ ਤਾਂ ਦੀ ਹਰ ਪਾਸੇ ਆਹੀ ਗੱਲਾਂ ਹੋਣਗੀਆਂ ਕਿ ਡਾਊਨ ਹੋ ਗਿਆ ਔਰ ਉਹ ਤੁਹਾਡੇ ਦਿਮਾਗ ਤੇ ਪ੍ਰਭਾਵ ਪਾਉਂਦਾ ਜੇ ਬੰਦਾ ਕੋਈ ਪ੍ਰਾਪਰਟੀ ਲੈਣ ਦੇ ਬਾਰੇ ਸੋਚ ਰਿਹਾ ਹੋਊਗਾ ਕਿ ਮਾਰਕੀਟ ਡਾਊਨ ਜਾ ਰਹੀ ਔਰ ਨਹੀਂ ਲੈਂਦਾ கரੈਕਟ ਔਰ ਜਦੋਂ ਮਾਰਕੀਟ ਅੱਪ ਜਾ ਰਹੀ ਆ ਤਾਂ ਜੇ ਕੋਈ ਨਹੀਂ ਵੀ ਸੋਚ ਰਿਹਾ ਉਹ ਕਹਿੰਦਾ ਵੀ ਲੈ ਵੀ ਹਮ ਲੈਫਟ ਆਊਟ ਨੋ 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 ਫੀਅਰ ਆਫ ਮਿਸਿੰਗ ਆਊਟ ਫੀਅਰ ਆਫ ਮਿਸਿੰਗ ਆਊਟ ਅਲਜੀਰੀ ਟਰਮ ਹੈ ਕਿ ਉਹਨੂੰ ਲੱਗਦਾ ਕਿ ਜੇ ਮੈਂ ਅੱਜ ਨਹੀਂ ਲਈ ਤਾਂ ਮੁੜ ਕੇ ਪਈ ਆਸਟ੍ਰੇਲੀਆ ਚ ਮੈਨੂੰ ਸ਼ਾਇਦ ਮੁੜ ਕੇ ਘਰ ਹੀ ਨਾ ਮਿਲੇ ਭਾਜੀ ਇਨ ਕਨਕਲੂਜਨ ਮੈਂ ਤੁਹਾਨੂੰ ਪਾਰਟੀ ਦੀ ਵੀ ਗੱਲ ਦੱਸਦਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਕਿ ਪਰਮੀਟ ਕਾ ਕੇ ਆ ਕੇ ਤੁਹਾਨੂੰ ਕਹਦੇ ਮੈਂ ਤਿੰਨ ਬਲੌਕ ਕਰਾਏ ਆ ਮੈਂ ਤੁਹਾਨੂੰ ਰਿਐਲਿਟੀ ਚ ਕਿਸੇ ਦਾ ਨਾਮ ਨਾ ਲੈਂਦੇ ਕਿਉਂਕਿ ਖਾਸ ਬੇਲੀ ਹੈ ਮੈਂ ਉਮੀਦ ਕਰਦਾ ਕਿ ਇਹ ਪੋਡਕਾਸਟ ਉਹਦੇ ਕੋਲ ਨਹੀਂ ਪਹੁੰਚੇਗਾ ਗਾਲਾਂ ਕੱਢੇਗਾ ਮੈਨੂੰ ਨਹੀਂ ਪਹੁੰਚਦਾ ਵੀਡੀਓ ਤੁਹਾਡੇ ਨਾਲ ਅਸੀਂ ਬੈਠੇ ਆ ਜੀ ਪਾਰਟੀ ਦੇ ਵਿੱਚ ਤੇ ਮੇਰਾ ਬੜਾ ਖਾਸ ਹੈ ਤੇ ਉਹ ਇੱਕ ਬੰਦਾ ਸੀਗਾ ਜਿਹੜਾ ਇਨਵੈਸਟ ਕਰਨਾ ਚਾਹੁੰਦਾ ਬਾਰ ਬਾਰ ਕੁਐਸਚਨ ਪੁੱਛੀ ਜਾ ਰਿਹਾ ਸੀਗਾ ਤੇ ਉਸ ਬੰਦੇ ਨੇ ਫਿਰ ਕਹਿੰਦਾ ਮੈਂ ਬਹੁਤ ਇਨਵੈਸਟ ਕੀਤਾ ਮੈਂ ਇਦਾਂ ਕੀਤਾ ਮੈਂ ਉਦਾਂ ਕੀਤਾ ਮੇਰੇ ਇੰਨੇ ਬਣ ਗਏ 10 ਮਿਲੀਅਨ ਤੇ ਮੇਰੇ ਕੋਲ ਇਦਾਂ ਹੀ ਪਿਆ ਹੋਣਾ ਵਾ ਜਿਹੜਾ ਮੇਰਾ ਇਕਵਿਟੀ ਚ ਪਿਆ ਵਾ ਇਹ ਉਹ ਮੈਂ ਉਹਦੇ ਮੂੰਹਲ ਵੇਖੀ ਜਾਵਾਂ ਯਾਰ ਤੇਰੇ ਕੋਲ 10 ਮਿਲੀਅਨ ਕਿੱਥੋਂ ਆ ਗਿਆ ਤੇ ਚਲੋ ਮੇਰਾ ਮਿੱਤਰ ਸੀਗਾ ਮੈਂ ਗੱਲ ਉਸ ਟਾਈਮ ਤੇ ਕੀਤੀ ਜਦੋਂ ਫਿਰ ਉਹ ਜਿਹੜਾ ਇਨਵੈਸਟ ਕਰਨਾ ਚਾਹੁੰਦਾ ਸੀਗਾ ਉਹਦਾ ਮੂੰਹ ਦੇਖਣ ਆਲਾ ਸੀਗਾ ਮਤਲਬ ਇੰਨੇ ਮੂੰਹ ਦੇ ਉੱਤੇ ਉਡੀ ਸੀਗੀ ਕਿ ਮੈਂ ਵੀ ਕਰ ਲੈਣਾ ਹੁਣ ਭਾਜੀ ਤੁਸੀਂ ਮੈਨੂੰ ਆਪਣਾ ਨੰਬਰ ਦੋ ਭਾਜੀ ਮੈਂ ਤੁਹਾਡੇ ਨਾਲ ਬਹਿ ਕੇ ਗੱਲ ਕਰਨੀ ਆ ਭਾਜੀ ਤੁਹਾਡੇ ਕੋਲ ਮੈਂ ਸਿੱਖਣਾ ਵਾ ਭਾਜੀ ਤੁਸੀਂ ਗ੍ਰੇਟ ਹੋ ਨਹੀਂ ਤਾਂ ਮੈਂ ਰਹਿ ਗਿਆ ਪਿੱਛੇ ਜੀ ਤਾਂ ਮੈਂ ਰਹਿ ਗਿਆ ਪਿੱਛੇ ਮੈਂ ਮੈਂ ਉਸ ਚੀਜ਼ ਨੂੰ ਬੜੀ ਅਬਜ਼ਰਵ ਕਰਦਾ ਰਿਹਾ ਮੈਂ ਉਹਨੂੰ ਕਿਹਾ ਮੈਂ ਜਦੋਂ ਸਾਰੀ ਗੱਲ ਹੋਈ ਪਾਰ ਗਏ ਮੈਂ ਕਿਹਾ ਯਾਰ ਹੁਣ ਮੈਨੂੰ ਦੱਸ ਤੂੰ ਇਹ ਜੋ ਕੀਤਾ ਕੀਤਾ ਕਿਉਂ ਆ ਹੂੰ ਉਰਦਨੀ ਜੀ ਜੋ ਜਵਾਬ ਦਿੱਤਾ ਮੇਰਾ ਹਾਸਾ ਨਾ ਬੰਦ ਹੋਵੇ। ਭਾਜੀ ਉਹਦੇ ਖੁਰਕ ਹੁੰਦੀ ਪਈ ਸੀਗੀ ਤਾਂ ਆਪਾਂ ਖੁਰਕਤਾ। ਠੀਕ ਹੈ ਕਿਉਂਕਿ ਉਹਨੂੰ ਕੀ ਪਤਾ ਮੈਨੂੰ ਕੀ ਹੈਗਾ। ਠੀਕ ਹੈ ਉਹ ਬਾਰ ਬਾਰ ਉਹੀ ਸਵਾਲ ਅਹੀ ਕੀ ਕਰਦੇ ਸਵਾਲ ਤੇ ਹੋਰ ਲੈ ਕੇ ਜਾਈ ਉਹ ਫਿਰ ਪ੍ਰੋਪਰਟੀ ਜਾ ਫਿਰ ਉਹਨੂੰ ਫਿਰ ਦੱਸਦਾ ਕਿ ਸਾਡੇ ਕੋਲ ਬਹੁਤ ਖੁਸ਼ ਹੈ ਹੁਣ ਹੁਣ ਦੇਖਿਆ ਜਾਵੇ ਤੇ ਬੇਵਕੂਫ ਕੌਣ ਹੈ? ਬੇਵਕੂਫ ਉਹੀ ਹੈ ਜਿਹੜਾ ਖਰੀਦੇਗਾ। ਉਹਨੇ ਇਹ ਨਹੀਂ ਦੇਖਿਆ ਕਿ ਉਹਦੇ ਪੱਲ ਕਰਵਾ ਰਹੇ। ਠੀਕ ਹੈ ਮੈਂ ਕਹਿੰਦਾ ਯਾਰ ਇੱਦਾਂ ਝੂਠ ਨਹੀਂ ਕਿੰਨਾ ਕਿਤੇ ਕੋਈ ਮੈਚ ਡਿਸੀਜਨ ਤੋਂ ਤਾਂ ਆਪਣਾ ਹਾਂ ਠੀਕ ਹੈ ਨਾ ਤੁਸੀਂ ਦੇਖੋ ਨਾ ਕਿ ਜਦੋਂ ਮੈਂ ਉਹਨੂੰ ਕਿਹਾ ਕਿ ਮੇਰੇ ਕੋ ਭਾਜੀ ਇੰਨਾ ਕੁਝ ਹੈਗਾ ਉਹ ਕਿੰਨਾ ਜੈਲਸ ਹੈਗਾ ਮੇਰੇ ਤੋਂ ਹਾਂ ਔਰ ਇਹ ਸਾਡੀ ਕਮਿਊਨਿਟੀ ਤਾਂ ਬੜਾ ਹੀ ਕੌੜਾ ਸੱਚ ਹੈ ਅਸੀਂ ਇੱਕ ਦੂਜੇ ਦੇ ਮੂੰਹ ਲਾਲ ਵੇ ਕੇ ਆਪਣਾ ਮੂੰਹ ਚਪੇੜਾ ਮਾਰ ਮਾਰ ਲਾਲ ਕਰ ਲੈਂਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਉਹਦੇ ਕੋ ਕਿੰਨਾ ਪੈਸਾ ਅਸੀਂ ਸ਼ੂ ਆਫ ਤੇ ਇੰਨਾ ਯਕੀਨ ਕਰਦੇ ਹਾਂ ਨਾ ਬੜਾ ਹੀ ਅਨਫੋਰਚੂਨੇਟ ਹੈ ਭਾਜੀ ਬਿਲਕੁਲ ਠੀਕ ਹੈ ਇਹ ਡੈਫੀਨਟਲੀ ਜਿਹੜੀਆਂ ਹੁਣ ਅੱਜਕੱਲ ਸਟੋਰੀਜ਼ ਸਾਡੇ ਬੰਦਿਆਂ ਦੀ ਚੱਲਦੀਆਂ ਨੇ ਸਾਡੇ ਰੀਅਲ ਏਸਟੇਟ ਵਾਲਾ ਤਾਂ ਜ਼ਿਆਦਾ ਬਦਨਾਮ ਕੀਤਾ ਹੈਗਾ ਕਿ ਵੱਡੀਆਂ ਵੱਡੀਆਂ ਗੱਡੀਆਂ ਠੀਕ ਹੈ ਨਾ ਤੇ ਵੱਡੇ ਵੱਡੇ ਸ਼ੋਅ ਵੀਡੀਓਜ਼ ਅੱਜਕੱਲ ਤਾਂ ਚਲੋ بڑے بڑے ਕੁਝ ਬਣ ਲਾ ਪਿਆ ਹੈ ਹਨਾ ਤੇ ਆ ਇਹ ਚੀਜ਼ ਬੜੀ ਮਿਲਦਾ ਚੱਕਾ ਚੌਨ ਕਰਦੀ ਹੈ ਯਾਰ ਇਹ ਸੋਚ ਕੇ ਕਾਫੀ ਲੋਕ ਆਏ ਵੀ ਸੀਗੇ ਇਸ profession ਦੇ ਵਿੱਚ ਬਟ ਜਿਹੜੇ ਬਹੁਤ ਜਲਦੀ ਚਲੇ ਵੀ ਗਏ ਓਨੈਸਟਲੀ ਜੇ ਤੁਸੀਂ ਆਪਣੇ ਲਾਈਫ ਦੇ ਵਿੱਚ ਈਜ਼ੀ ਵੇ ਨਾਲ ਰਿਟਾਇਰ ਹੋਣਾ ਚਾਹੁੰਦੇ ਹੋ ਹੂੰ ਤੇ ਰੀਅਲ ਏਸਟੇਟ ਇਜ਼ ਦ ਵਨ ਆਫ ਦ ਈਜ਼ੀਸਟ ਐਂਡ ਦ ਸੇਫੇਸਟ ਇਨਵੈਸਟਮੈਂਟ ਇਫ ਡਨ ਇਟ ਰਾਈਟ ਡਨ ਇਟ ਰਾਈਟ ਵੇ ਇਫ ਡਨ ਇਟ ਰਾਈਟ ਪਰ ਜੇ ਤੁਸੀਂ ਰੀਅਲ ਏਸਟੇਟ ਦੇ ਵਿੱਚ ਇੱਕ ਟਾਈਮ ਦੇ ਉੱਤੇ ਸ਼ੁਰੂਆਤ ਦੇ ਵਿੱਚ ਹੂੰ ਗਲਤੀ ਕਰਤੀ ਇਟ ਵਿਲ ਪੁੱਟ ਯੂ ਬੈਕ 15 ਇਅਰਸ ਮੈਨੂੰ ਲੱਗਦਾ ਇੱਥੇ ਹੀ ਇਟਸ ਨਾਟ ਲਾਈਕ ਇਟਸ ਨਾਟ ਲਾਈਕ ਸ਼ੇਅਰ ਮਾਰਕੀਟ ਤੇ ਤੁਸੀਂ 25000 30000 ਜੂਏ ਚ ਲਾਤਾ ਤੇ ਤੁਸੀਂ ਗਵਾਚ ਗਏ ਨੋ this decision will put you back so much ਤੁਸੀਂ ਆਪਣੀ ਲਾਈਫ ਦੇ ਵਿੱਚ ਵਾਪਸ ਨਹੀਂ ਆ ਸਕਦੇ ਫਾਈਨੈਂਸ਼ਲੀ ਹਮ ਸੋ ਜਦੋਂ ਵੀ ਤੁਸੀਂ ਰੀਅਲ ਅਸਟੇਟ ਦਾ ਡਿਸੀਜਨ ਲੈਣਾ ਹੈ ਇਨਵੈਸਟ ਕਰਨ ਦਾ ਅਸੀਂ ਲੋਕ ਸਮਝਦੇ ਅਸੀਂ ਬਹੁਤ ਸਿਆਣੇ ਆ ਮੈਂ ਮੰਨਦਾ ਤੁਸੀਂ ਸਿਆਣੇ ਹੋ ਹਮ ਠੀਕ ਹੈ ਬਟ ਕਈ ਲੋਕਾਂ ਨੇ ਵਾਲ ਤੋਂ ਪੁੱਛ ਨਹੀਂ ਚਿੱਟੇ ਕੀਤੇ ਹੁੰਦੇ ਹਮ ਠੀਕ ਹੈ ਜਦੋਂ ਅਸੀਂ ਸਟੱਡੀ ਕਰਦੇ ਆਂ ਡਾਟਾ ਨੂੰ ਐਨਾਲਾਈਜ਼ ਕਰਦੇ ਆਂ ਭਾਜੀ ਮੈਂ ਕੁਝ ਲੋਕ ਜਿਹੜੇ ਮੈਂ ਕੋਹੋਂ ਦੇ ਮੈਂ ਕੋਈ ਸੀਰੀਅਲ ਦੇ ਵਿੱਚ ਪ੍ਰੋਪਰਟੀਆਂ ਵੀ ਹੁੰਦੀਆਂ ਹੂੰ ਮੈਂ ਮੰਨ ਕਰ ਦਿੰਦਾ ਭੂਮੀ ਮਾਈ ਰੈਪਿਊਟੇਸ਼ਨ ਇਜ਼ ਮੋਰ ਇੰਪੋਰਟੈਂਟ ਦੈਨ ਫਿਊ ਡਾਲਰਸ ਹੂੰ ਨਾਟ ਐਵਰੀਬਾਡੀ ਡਸ ਇਟ ਠੀਕ ਹੈ ਪਰਮਾਤਮਾ ਨੇ ਬੜਾ ਕੁਝ ਦਿੱਤਾ ਜੇ ਗਰੀਡ ਤੇ ਕਦੀ ਖਤਮ ਨਹੀਂ ਹੋਣੀ ਬਿਲਕੁਲ ਕੋਈ ਅੰਤ ਨਹੀਂ ਠੀਕ ਹੈ ਨਾ ਗਰੀਡ ਤੇ ਗਰੀਡ ਤੇ ਇੱਕ ਭਾਜੀ ਵੈਸ਼ਿਆ ਦੀ ਨਹੀਂ ਖਤਮ ਹੋਈ ਹੂੰ ਤੇ ਤੁਸੀਂ ਉਹਨੂੰ ਆਪਣੇ ਨਾਲ ਕੰਪੇਅਰ ਕਰਨਾ ਹੈ ਤੇ ਕਰ ਲਓ ਹਮ ਪਰ ਜੇ ਤੁਸੀਂ ਆਪਣੀ ਜੇ ਤੁਸੀਂ ਚਾਹੁੰਦੇ ਹੋ ਕਿ ਪਬਲੀਕਲੀ ਤੁਸੀਂ ਵਿਚਰੋ ਹਮ ਲੋਕਾਂ ਨਾਲ ਮਿਲੋ ਲੋਕ ਤੁਹਾਡੇ ਰਿਸਪੈਕਟ ਕਰਨ ਹਮ ਠੀਕ ਹੈ ਦੈਨ ਯੂ ਹੈਵ ਟੂ ਮੇਕ ਦਾ ਰਾਈਟ ਡਿਸੀਜਨ ਔਰ ਰੀਅਲ ਏਸਟੇਟ ਇਦਾਂ ਦੀ ਚੀਜ਼ ਹੈ ਜਿਹੜੀ ਕਿ ਤੁਸੀਂ ਕੋਈ ਵੀ ਜੌਬ ਕਰਦੇ ਪਿਓ ਨਾ ਕੋਈ ਵੀ ਜੌਬ ਕਰਦੇ ਪਿਓ ਤੁਹਾਨੂੰ ਰਿਟਾਇਰ ਹੋਣ ਦੇ ਵਿੱਚ ਬਹੁਤ ਹੈਲਪ ਕਰੇਗੀ ਬਟ ਡਨ ਇਟ ਰਾਈਟ ਬਿਲਕੁਲ ਡਨ ਇਟ ਰਾਈਟ देखो ਸਾਡਾ ਨਾ ਇਹ ਪੋਡਕਾਸਟ ਕਰਨ ਦਾ ਮੋਟਿਵ ਇਹ ਹੈ ਕਿ ਤੁਹਾਨੂੰ ਸ਼ਾਇਦ ਲੱਗਾ ਹੋਵੇਗਾ ਬਹੁਤ ਅਸੀਂ ਐਜ ਕਿ ਐਕਸਪੀਰੀਅੰਸ ਜਿਹੜੇ ਬਿਟਰ ਐਕਸਪੀਰੀਅੰਸ ਸ਼ੇਅਰ ਕੀਤੇ ਆ ਪਰ ਮੈਨੂੰ ਲੱਗਦਾ ਕਿ ਜਿਹੜੀ ਪੋਜ਼ਿਟਿਵਿਟੀ ਹੈ ਨਾ ਉਹ ਬਿਟਰਨੈਸ ਤੋਂ ਨਿਕਲਦੀ ਆ ਜਦੋਂ ਅਸੀਂ ਆਪਣੀਆਂ ਗਲਤੀਆਂ ਨੂੰ ਰੀਅਲਾਈਜ਼ ਕਰਦੇ ਆ ਜਿਹੜੀ ਗੁੱਡ ਇਨਵੈਸਟਮੈਂਟ ਹੈ ਡੈਫੀਨਿਟਲੀ ਉਹਨਾਂ ਨੇ ਕੰਸਲਟ ਕਰਕੇ ਕੀਤੀ ਹੋਊਗੀ ਪਰ ਅਸੀਂ ਜਿਹੜੀਆਂ ਗੱਲਾਂ ਤੁਹਾਡੇ ਨਾਲ ਕਰ ਰਹੇ ਆ ਕਿਉਂਕਿ ਅਸੀਂ ਦੋਨੋਂ ਇਸ ਪ੍ਰੋਫੈਸ਼ਨ ਦੇ ਨਾਲ ਜੁੜੇ ਹੋਏ ਆ ਹਵਾ 'ਚ ਗੱਲਾਂ ਨਹੀਂ ਕਰ ਰਹੇ ਠੀਕ ਹੈ ਜੀ ਰੋਜ਼ ਦੇ ਸਾਡੇ ਐਕਸਪੀਰੀਅੰਸ ਨੇ ਕਿ ਜਿਹੜ ਤਾ ਅਗਰ ਅਸੀਂ ਉਹ ਗੱਲ ਕਰ ਰਹੇ ਹਾਂ ਕਿਸੇ ਨਾ ਕਿਸੇ ਉਹਨਾਂ ਕੋਈ ਉਹਦਾ ਬੇਸ ਆ ਤਾਂ ਸਾਡਾ ਜਿਹੜਾ ਮੋਟਿਵ ਹੈ ਨਾ ਇੱਥੇ ਗੱਲ ਕਰਨ ਦਾ ਸਾਨੂੰ ਕੋਈ ਪੈਸਾ ਨਹੀਂ ਮਿਲ ਰਿਹਾ ਬਟ ਸਾਡਾ ਮੇਨ ਮੋਟਿਵ ਇਹੀ ਹੈ ਕਿ ਅਸੀਂ ਘੱਟੋ ਘੱਟ ਜੋ ਆਪਣੀ ਕਮਿਊਨਿਟੀ ਚ ਦੇਖਿਆ ਸੀ ਸਾਰਿਆਂ ਨੂੰ ਐਜੂਕੇਟ ਕਰੀਏ ਤੁਸੀਂ ਸਾਨੂੰ ਬਾਹਰ ਕਿਤੇ ਕਮਿਊਨਿਟੀ ਚ ਕਿਤੇ ਵੀ ਮਿਲਦੇ ਹੋ ਨਾ ਤਾਂ ਸਾਡੇ ਨਾਲ ਜੇ ਤੁਸੀਂ ਗੱਲ ਕਰੋਗੇ ਤੁਹਾਨੂੰ ਸੇਮ ਗੱਲਾਂ ਹੀ ਸਾਡੇ ਤੋਂ ਮਿਲਣਗੀਆਂ ਇਹ ਨਹੀਂ ਕਿ ਇੱਥੇ ਕੋਈ ਵੱਖਰੀਆਂ ਗੱਲਾਂ ਕਰ ਰਹੇ ਆਂ ਤਾਂ ਉੱਥੇ ਤੁਹਾਡੇ ਨਾਲ ਵੱਖਰੀਆਂ ਕਰਾਂਗੇ ਮੇਰਾ ਮੋਟਿਵ ਵੀ ਸਾਡਾ ਹੈਗਾ ਕਿ ਐਜੂਕੇਟ ਕਰਨਾ ਕਿ ਵੀ ਜੋ ਸਾਡੇ ਲੋਕ ਕਿਉਂਕਿ ਅੱਜਕੱਲ ਡਰਾ ਵੀ ਬਹੁਤ ਰਹੇ ਨੇ ਜਿੱਦਾਂ ਅਸੀਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਤੁਹਾਨੂੰ 1000 1200 ਡਾਲਰ ਪ੍ਰਾਪਰਟੀਜ਼ ਵਿੱਚ ਇਸ ਟਾਈਮ ਪੈ ਰਿਹਾ ਤੁਹਾਨੂੰ ਐਕਸਟਰਾ ਪਾਉਣਾ ਪੈ ਰਿਹਾ ਤਾਂ ਜੇ ਤੁਸੀਂ ਉਹਦੀ ਕੈਲਕੂਲੇਸ਼ਨ ਅਸੀਂ ਚਲੋ ਕਰਾਂਗੇ ਤਾਂ ਤੁਹਾਨੂੰ ਕਿਤੇ ਨਾ ਕਿਤੇ ਉਹਦਾ ਨੁਕਸਾਨ ਵੀ ਆ ਬਟ ਅਗੇਨ ਪ੍ਰੋਪਰਟੀ ਇਨਵੈਸਟਮੈਂਟ ਇਨ ਆਸਟ੍ਰੇਲੀਆ ਇਜ਼ ਵਨ ਆਫ ਦਾ ਸੇਫਟ ਇਨਵੈਸਟਮੈਂਟ ਜਦੋਂ ਤੁਸੀਂ ਪਹਿਲਾਂ ਵੀ ਕਿਹਾ ਕਿ ਬਟ ਇਫ ਇਟਸ ਡਨ ਰਾਈਟ ਕੈਲਕੂਲੇਟਿਵ ਕੈਲਕੂਲੇਟਿਵ ਜੇ ਤੁਸੀਂ ਸਹੀ ਕੈਲਕੂਲੇਸ਼ਨ ਆ ਕਰਕੇ ਉਹਨੂੰ ਤੁਸੀਂ ਸਹੀ ਤਰੀਕੇ ਦੇ ਨਾਲ ਕਿੱਥੇ ਇਨਵੈਸਟ ਕਰਨਾ ਕਿੱਦਾਂ ਕਰਨਾ ਕਿਹੜੇ ਟਾਈਮ ਤੇ ਕਰਨਾ ਕੀ ਕਿਦਾਂ ਦੀ ਪ੍ਰੋਪਰਟੀ ਤੇ ਤੁਸੀਂ ਕਰਨਾ ਤਾਂ ਤਾਂ ਹੀ ਤੁਹਾਨੂੰ ਉਹਦਾ ਬੈਨੀਫਿਟ ਮਿਲੂਗਾ ਸੋ ਆਸਟ੍ਰੇਲੀਆ ਵਿੱਚ ਮੈਨੂੰ ਲੱਗਦਾ ਨਹੀਂ ਕਿ ਪ੍ਰੋਪਰਟੀ ਵਿੱਚ ਬਹੁਤ ਜ਼ਿਆਦਾ ਕਿਸੇ ਨੂੰ ਨੁਕਸਾਨ ਹੋਇਆ ਜਾਂ ਕਿਸੇ ਨੇ ਸਹੀ ਕੀਤਾ ਇਹ ਨਹੀਂ ਕਿ ਅਮਰੀਕਾ ਵਿੱਚ ਜਦੋਂ 2008 ਵਿੱਚ ਰੈਸੈਸ਼ਨ ਆਈ ਸੀ ਪ੍ਰੋਪਰਟੀ ਦੇ ਪ੍ਰਾਈਸ ਅੱਧੇ ਤੋਂ ਥੱਲੇ ਰਹਿ ਗਏ ਸੀ ਲੋਕੀ ਕਿੰਨਾ ਜ਼ਿਆਦਾ ਡੈਬਟ 'ਚ ਚੱਲੇ ਗਏ ਸੀ ਤਾਂ ਬਟ ਆਸਟ੍ਰੇਲੀਆ 'ਚ ਕਦੀ ਇਦਾਂ ਦੀ ਸਿਚੁਏਸ਼ਨ ਆਈ ਨਹੀਂ ਹੈਗੀ ਆ ਪੋਲੀਟਿਕਲੀ ਹਲੇ ਆਈ ਨਹੀਂ ਹੈ ਬਟ ਸਾਨੂੰ ਬੜਾ ਕੇਅਰਫੁਲ ਰਹਿਣਾ ਪਏਗਾ ਬਟ ਸਾਡਾ ਆਪਣੀ ਕਮਿਊਨਿਟੀ ਨੇ ਇਸ ਕਰਕੇ ਕਿਉਂਕਿ ਜਿੱਦਾਂ ਅਸੀਂ ਕਿਹਾ ਕਿ ਸਾਡੀ ਕਮਿਊਨਿਟੀ ਜਿੱਦਾਂ ਡਿਸੀਜਨ ਲੈਂਦੀ ਹੈ ਨਾ ਅਸੀਂ ਐਗਜ਼ਾਮਪਲ ਜਿਹੜੇ ਸ਼ੇਅਰ ਕੀਤੇ ਉਹਦਾ ਇਹ ਹੈ ਕਿ ਅਸੀਂ ਇਦਾਂ ਲੈਨੇ ਆ ਡਿਸੀਜਨ ਤਾਂ ਹੁਣ ਬਹੁਤ ਸਾਰੇ ਹੁਣ ਮੈਂ ਦੇਖਦਾ ਸਾਡੇ ਜਿਹੜੇ ਕਈ ਹੋਰ ਕਲਾਇੰਟਸ ਨੇ ਬਾਇਰਸ ਏਜੰਟ ਦੇ ਤੌਰ ਤੇ ਜਦੋਂ ਅਸੀਂ ਕੰਮ ਕਰੀਦਾ ਕਿ ਪੰਜਾਬੀ ਨਹੀਂ ਯੂਜ਼ ਕਰਦੇ ਦੂਜੇ ਬੰਦੇ ਜਿਹੜੇ ਬਹੁਤ ਯੂਜ਼ ਕਰਦੇ ਆ ਦੂਜੀ ਕਮਿਊਨਿਟੀ ਜਿਹੜੀਆਂ ਬਹੁਤ ਯੂਜ਼ ਕਰਦੀਆਂ ਨੇ ਕਿਉਂਕਿ ਉਹ ਉਹਨਾਂ ਨੂੰ ਪਤਾ ਹੈ ਕਿ ਅਸੀਂ ਰਾਈਟ ਕਿੱਦਾਂ ਡੀਲ ਕਰਨਾ ਹੈ ਕਿ ਕਿੱਥੇ ਅਸੀਂ ਲਈਏ ਉਸ ਚੀਜ਼ ਦੇ ਨਾਲ ਵੀ ਉਹ ਜਿਹੜੇ ਪ੍ਰੋਫੈਸ਼ਨਲਸ ਨੇ ਉਹ ਯੂਜ਼ ਕਰਦੇ ਆ ਸੋ ਇਹ ਸਾਡਾ ਮੋਟਿਵ ਹੈ ਤਾਂ ਆਉਣ ਵਾਲੇ ਵੀ ਜਿਹੜੇ ਅੱਗੇ ਪੋਡਕਾਸਟ ਹੋਣਗੇ ਜਿਹੜੇ ਤੁਸੀਂ ਅੱਗੇ ਵੀ ਸੁਣੋਗੇ ਅਸੀਂ ਵੇਰੀਅਸ ਟਾਪਿਕਸ ਜਿਹੜੇ ਨੇ ਇਸੇ ਤੇ ਲੈ ਕੇ ਆਵਾਂਗੇ ਇਹ ਨਹੀਂ ਕਿ ਅਸੀਂ ਅੱਜ ਜਿਹੜਾ ਆ ਜਿਹੜਾ ਟਾਪਿਕ ਹੈ ਤੁਸੀਂ ਕਹੋਗੇ ਇਹਨੂੰ ਅਸੀਂ ਫਿਨਿਸ਼ ਕਰਾਂਗੇ ਬਟ ਡੈਫੀਨਿਟਲੀ ਇਹਨੂੰ ਅਸੀਂ ਕੰਟੀਨਿਊ ਕਰਾਂਗੇ ਤਾਂ ਕੋਈ ਕੁਐਸਚਨ ਹੈ ਜੇ ਤੁਹਾਡਾ ਕੋਈ ਵੀ ਕੁਐਸਚਨ ਰਿਗਾਰਡਿੰਗ ਇਸ ਪੋਡਕਾਸਟ ਜਿਹੜਾ ਸੇ ਨਹੀਂ ਕਵਰ ਕਰ ਸਕਿਆ ਤੁਸੀਂ ਕਮੈਂਟਸ 'ਚ ਪਾਓ ਅਸੀਂ ਉਹ ਤਾਂ ਆਨਸਰ ਦਵਾਂਗੇ ਜੇ ਨਹੀਂ ਆਨਸਰ ਪਤਾ ਹੋਏਗਾ ਪਤਾ ਕਰਕੇ ਦਵਾਂਗੇ ਪਤਾ ਕਰਕੇ ਦਵਾਂਗੇ ਪਰ ਮੇਨ ਚੀਜ਼ ਤੁਹਾਨੂੰ ਇਹੀ ਕਹਿੰਨੇ ਆ ਕਿ ਜਦੋਂ ਅਸੀਂ ਘਰ ਘੰਟਾ ਇੱਕ ਗਾਣੇ ਲਾ ਕੇ ਸੁਣ ਲੈਨੇ ਆ ਹੂੰ ਉਸ ਘੰਟੇ ਦੇ ਵਿੱਚ ਕੁਝ ਨੋਲੇਜ ਦੀਆਂ ਵੀ ਚੀਜ਼ਾਂ ਸੁਣੋ ਸਪੈਕੂਲੇਸ਼ਨ ਤੋਂ ਬਚੋ ਸਪੈਕੂਲੇਸ਼ਨ ਠੀਕ ਹੈ ਨਾ ਤੁਸੀਂ ਜੇ ਤੁਸੀਂ ਅ ਤਿੰਨ ਸਾਲਾਂ 'ਚ ਮਿਲੀਅਨ ਡਾਲਰ ਬਣਾਉਣਾ ਨਾ ਮੈਨੂੰ ਬੜੇ ਬੰਦੇ ਜਾਣਦੇ ਆ ਮੈਂ ਉਹਨਾਂ ਨਾਲ ਮਿਲਵਾ ਸਕਦਾ ਆ ਤੁਹਾਨੂੰ ਤੁਸੀਂ ਆਓ ਤੁਹਾਡੀ ਚੰਗੀ ਤਰ੍ਹਾਂ ਛਿਲ ਲਾਉਣਗੇ ਤੁਹਾਡੀ ਖੁਰਕ ਹੁੰਦੀ ਆ ਖੁਰਕ ਕਰਨਗੇ ਇਹ ਕੱਢਣਗੇ ਚੰਗੀ ਤਰ੍ਹਾਂ ਬਟਕ ਜੀ ਤੁਸੀਂ ਜੈਨੂਨ ਆਪਣੀ ਲਾਈਫ ਦੇ ਵਿੱਚ ਇਨਵੈਸਟ ਕਰਨਾ ਠੀਕ ਹੈ ਉਹ ਤੇ ਫਿਰ ਸਮਝ ਦੇ ਨਾਲ ਹੀ ਹੋਏਗਾ ਬਿਲਕੁਲ ਸੱਟੇ ਦੇ ਨਾਲ ਹੀ ਬਿਲਕੁਲ ਭਾਜੀ ਮੈਂ ਐਂਡ ਤੇ ਇਹੀ ਕਹੂੰਗਾ ਜਿੱਥੇ ਪਹਿਲਾਂ ਵੀ ਤੁਸੀਂ ਸਵਾਲ ਕੀਤਾ ਸੀ ਕਿ ਅੱਜ ਲੋਕ ਕੀ ਕਰਨ ਜਿਨ੍ਹਾਂ ਦੇ ਐਕਸਟਰਾ ਪੈਸੇ ਉਹਨਾਂ ਨੂੰ ਰੈਂਟ ਤੇ ਜਾ ਰਹੇ 네ਗੇਟਿਵ ਗੀਅਰਿੰਗ ਦੇ ਵਿੱਚ ਉਹ ਜਾ ਰਹੇ ਨੇ ਸਬਰ ਕਰ ਰਹੇ ਨੇ ਕਰੰਟਲੀ ਅਗਰ ਉਹਨਾਂ ਡਿਸੀਜਨ ਲੈਣਾ ਹੋਵੇ ਹਾਂਜੀ ਕਿਉਂਕਿ ਫਿਲਹਾਲ ਰੀਟਾਇਰਮੈਂਟਸ ਹੋਲਡ ਤੇ ਰੱਖਿਆ ਹੋਇਆ ਆ ਆਰਬੀਏ ਨੇ ਕਈ ਮਹੀਨਿਆਂ ਤੋਂ ਸੋ ਫਿਊਚਰ ਪਤਾ ਨਹੀਂ ਸਾਨੂੰ ਕੀ ਕਰਨਾ ਉਹਨਾਂ ਨੇ ਬਟ ਐਸ ਆ ਦਾ ਟਾਈਮ ਉਹ ਕੀ ਕਰਨ ਜਿੱਦਾਂ ਤੁਸੀਂ ਇੱਕ ਛੋਟਾ ਜਿਹਾ ਕਿਹਾ ਸੀ ਕਿ ਵੀ ਹਾਂ ਵੀ ਵੇਚਣਾ ਕਿ ਵੇਚਣ ਦਾ ਕਿਉਂਕਿ ਐਸ ਸਮੇਂ ਉਹਨਾਂ ਜਿਆਦਾ ਫਾਇਦਾ ਨਹੀਂ ਹੋ ਸਕਦਾ ਬਟ ਜੇ ਉਹ ਹੋਲਡ ਨਹੀਂ ਕਰ ਪਾਰੇ ਸੋ ਕੀ ਬੈਸਟ ਹੋਊਗਾ ਕਿਉਂਕਿ ਅਗੇ ਆਪ ਵੀ ਕਹਾਂਗੇ ਹਰ ਇੱਕ ਦੀ ਸਿਚੁਏਸ਼ਨ ਵੱਖਰੀ ਆ ਕਿਉਂਕਿ ਬਹੁਤ ਸਾਰੇ ਘਰ ਸਾਡੇ ਕੋਲ ਵੀ ਆ ਰਹੇ ਆ ਇਸ ਸਮੇਂ ਰੈਂਟਲ ਪ੍ਰੋਪਰਟੀਆਂ ਬਹੁਤ ਸੇਲ ਤੇ ਆ ਰਹੀਆਂ ਨੇ ਬਿਕੋਜ਼ ਦੇ ਕਾਂਟ ਕੋਪ ਅਪ ਹਾਂਜੀ ਸੋ ਉੱਥੇ ਫਿਰ ਅਸੀਂ ਉਹਨੂੰ ਸਲਾਮ ਨਹੀਂ ਦਵਾਂਗੇ ਨਹੀਂ ਵੀ ਤੂੰ ਨਾ ਰੱਖ ਕਿਉਂਕਿ ਹਰ ਇੱਕ ਦੀ ਹਰ ਇੱਕ ਦੀ ਇੰਡੀਵਿਜੂਅਲ ਅਸੀਂ ਜਦਾਂ ਅਗਰ ਕਿਸੇ ਨਾਲ ਡੀਲ ਕਰਦੇ ਹਾਂ ਅਸੀਂ ਉਹਨੂੰ ਉਹਦੇ ਪੂਰਾ ਸਮਝ ਕੇ ਕਿਹ ਸਿਨੈਰੀਓ ਇਹ ਨਹੀਂ ਕਿ ਕਿਸੇ ਦਾ ਧੱਕੇ ਨਾ ਵਿਗਵਾਤਾ ਜਾਂ ਕਿਸੇ ਦਾ ਧੱਕੇ ਨਾ ਰੋਕ ਲਿਆ ਉਹਦੀ ਪਰਸਨਲ ਸਿਚੁਏਸ਼ਨ ਨੂੰ ਉਹਦੀ ਫਾਈਨੈਂਸ਼ੀਅਲ ਕੀ ਉਹ ਕੀ ਹੈ ਆ ਕਿੱਥੇ ਖੜਾ ਆ ਤਾਂ ਤਾਂ ਹੀ ਅਸੀਂ ਉਹਨੂੰ ਫਿਰ ਗਾਈਡ ਕਰਦੇ ਹ ਇੱਕ ਜਨਰਿਕ ਅਗਰ ਆਪਾਂ ਕਹੀਏ ਕਿ ਇਸ ਸਮੇਂ ਕੇਸਰੀ ਕੇ ਨਾਂ ਲੋਕਾਂ ਨੂੰ ਸੋਚਣਾ ਚਾਹੀਦਾ ਡੈਫੀਨਿਟਲੀ ਭਾਜੀ ਦੇਖੋ ਸਭ ਤੋਂ ਪਹਿਲਾਂ ਅਸੀਂ ਕੋਈ ਇਥੇ ਫਾਈਨੈਂਸ਼ੀਅਲ ਐਡਵਾਈਸ ਨਹੀਂ ਤੁਹਾਨੂੰ ਦੇ ਦੇ ਹਮ ਠੀਕ ਹੈ ਮੈਂ ਜਦੋਂ ਵੀ ਕੋਈ ਐਡਵਾਈਸ ਦਿੰਨਾ ਨਾ ਮੈਂ ਦਿੰਨਾ ਕਿ ਜੀ ਇਸ ਬੰਦੇ ਦੀ ਜਗ੍ਹਾ ਤੇ ਮੈਂ ਹੁੰਦਾ ਮੈਂ ਕੀ ਕਰਦਾ ਹਮ ਅਸੀਂ ਮੈਂ ਆਪਣੀ ਉਸ ਜਿਹੜੀ ਨੋਲੇਜ ਹੈ ਜਾਂ ਉਸ ਜਿਹੜੀ ਸਮਝ ਹੈ ਉਹਨੂੰ ਕਿਸ ਤਰ੍ਹਾਂ ਯੂਜ਼ ਕਰਦਾ ਹੁਣ ਤੁਹਾਡਾ ਜਿਹੜਾ ਕੁਐਸਚਨ ਹੈ ਕਿ ਜਿਹੜੇ ਲੋਕ ਸਫਰ ਕਰ ਰਹੇ ਸਭ ਤੋਂ ਪਹਿਲਾਂ ਦੇ ਭਾਜੀ ਮੈਂ ਜੇ ਉਹਨਾਂ ਦੀ ਜਗ੍ਹਾ ਤੇ ਹੁੰਦਾ ਮੈ ਲੈ ਲੰਦਾ ਕਾਪੀ ਤੇ ਪੈਨ ਹੂੰ ਇੱਕ ਇੱਕ ਚੀਜ਼ ਜੇ 1 ਸਾਲ ਹੋ ਗਿਆ ਮੈਨੂੰ ਪ੍ਰਾਪਰਟੀ ਰੱਖੀ ਨੂੰ ਕਿੰਨਾ ਕਮਾਇਆ ਹੂੰ ਕਿੰਨਾ ਮੇਰੀ ਜੇਬ ਚ ਗਿਆ ਹੂੰ ਅਨਫੋਰਚੂਨੇਟਲੀ ਸਾਡੇ ਲੋਕਾਂ ਨੂੰ ਐਸਟੀਮੇਟ ਹੀ ਨਹੀਂ ਪਤਾ ਜੇਬ ਚ ਜਾ ਕਿੰਨਾ ਰਿਹਾ ਉਹ ਇੰਟਰਸਟ ਰੇਟ ਦਾ ਦੱਸ ਰਿਹਾ ਉਹ ਇਹ ਨਹੀਂ ਕੈਲਕੂਲੇਟ ਕਰ ਰਿਹਾ ਕਿ ਰੇਟਸ ਵੀ ਗਏ ਐ ਪਲੱਸ ਆਪਣੀ ਰਿਪੇਅਰ ਡਿਪ੍ਰੀਸੀਏਸ਼ਨ ਡਿਪ੍ਰੀਸੀਏਸ਼ਨ ਉਸ ਤੋਂ ਬਾਅਦ ਭਾਈ ਜਿਹੜੇ ਤੁਹਾਡੇ ਟੈਕਸ ਤੋਂ ਤੁਹਾਨੂੰ ਬੇਨਫਿਟ ਮਿਲਦੇ ਆ ਉਹਨੂੰ ਵੀ ਇਨਕਲੂਡ ਕਰੋ ਡਰਨ ਦੀ ਲੋੜ ਨਹੀਂ ਹੁੰਦੀ ਸਮ ਟਾਈਮ ਨੰਬਰਸ ਸਕੇਅਰਸ ਯੂ ਬਟ ਇਨ ਫੈਕਟ ਦਾ ਐਕਚੁਅਲ ਨੰਬਰਸ ਆ ਡਿਫਰੈਂਟ ਪਰ ਦੇ ਰਿਐਲਿਟੀ ਇਸ ਕਲੈਰਿਟੀ ਦੇ ਕਲੀਅਰ ਦਾ ਫਾਰਮ ਸੋ ਕਾਪੀ ਪੈਨ ਲਾਓ ਜੇ ਤੁਹਾਡੇ ਕੋ ਤੁਹਾਨੂੰ ਪਤਾ ਨਹੀਂ ਕਿੱਥੋਂ ਸ਼ੁਰੂਆਤ ਕਰਨੀ ਹੈ ਮੇਰੀ ਵੈਬਸਾਈਟ ਤੇ ਜਾ ਕੇ ਫ੍ਰੀ ਇੱਕ ਐਕਸਲ ਸ਼ੀਟ ਹੈ ਉਹਨੂੰ ਡਾਊਨਲੋਡ ਕਰੋ ਠੀਕ ਹੈ ਉਹਦੇ ਵਿੱਚ ਲੋਨ ਐਸਟੀਮੇਸ਼ਨ ਕੈਲਕੂਲੇਸ਼ਨ ਤੁਸੀਂ ਨਿਊ ਹੋਮ ਗਾਈਡ ਤੇ ਜਾ ਕੇ ਉਹ ਡਾਊਨਲੋਡ ਕਰ ਸਕਦੇ ਹੋ ਮੈਂ ਚਾਰਜ ਨਹੀਂ ਕਰਾਂਗਾ ਠੀਕ ਹੈ ਫ੍ਰੀ ਹੈ ਠੀਕ ਹੈ ਉਹਨੂੰ ਜਾਓ ਕਾਪੀ ਪੈਨ ਲੈ ਕੇ ਸਾਰੇ ਖਰਚੇ ਲਿਖੋ ਇਨਕਲੂਡਿੰਗ ਤੁਹਾਡੀ ਜਿਹੜੀ ਏਜੰਟ ਫੀਸ ਹੈ ਹੂੰ ਫਿਰ ਤੁਸੀਂ ਦੇਖੋ ਕਿ ਨੈਟ ਤੁਹਾਡਾ ਕਿੰਨਾ ਹੋ ਰਿਹਾ ਉਸ ਨੈਟ ਨੂੰ ਲੈ ਕੇ ਚਲੋ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਡਿਸਕਸ ਕਰੋ ਕਿ ਤੁਸੀਂ ਕਿੰਨੀ ਦੇਰ ਤੱਕ ਹੋਲਡ ਕਰ ਸਕਦੇ ਹੋ ਹੂੰ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜੇ ਤੁਹਾਡੇ ਕੋਲ 40000 ਬੈਂਕ ਚ ਪਿਆ ਨਾ ਤੇ ਤੁਹਾਡੇ 10000 ਪਰ ਸਾਲ ਜਾਂਦਾ ਤੁਸੀਂ ਲਾ ਕੇ ਚਲੋ ਕਿ ਤੁਸੀਂ ਉਹਨੂੰ 4 ਸਾਲ ਹੋਲਡ ਕਰ ਸਕਦੇ ਹੋ ਕਿਉਂਕਿ ਤੁਸੀਂ ਗਾਹ ਵੀ ਕਮਾ ਰਹੇ ਹੋ ਹਾਂ ਅੰਟਿਲ ਅਨਲੈਸਟ ਤੁਹਾਡੀ ਜੌਬ ਚੱਲ ਗਈ ਹੈ ਤੁਹਾਡੀ ਫਾਈਨੈਂਸ਼ੀਅਲ ਸਿਚੁਏਸ਼ਨ ਚੇਂਜ ਹੋ ਗਈ ਹੈ ਡਿਫਰੈਂਟ ਹੈਪੀ ਟੂ ਡਿਸਕਸ ਆਲਦੋ ਸਿਨੈਰੀਓਜ਼ ਪਰਸਨਲੀ ਬਿਕੋਜ਼ ਏਵਰੀ ਪਰਸਨ ਇਜ਼ ਡਿਫਰੈਂਟ ਬਟ ਜੇ ਹਾਈਪੋਥੈਟਿਕਲੀ ਆਕੇ ਜਲੀਏ ਦ ਗ੍ਰਾਸ ਇਜ਼ ਗ੍ਰੀਨ ਦ ਸਕਾਈਜ਼ ਬਲੂ ਉਹਦੇ ਵਿੱਚ ਤੁਸੀਂ ਦੇਖੋ ਕਿ 4 ਸਾਲ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ ਫਿਰ ਜੇ 4 ਸਾਲ ਤੁਸੀਂ ਉਹਨੂੰ ਹੋਲਡ ਕਰ ਸਕਦੇ ਹੋ ਤੇ ਬੀਪੀ ਦੀ ਗੋਲੀ ਖਾਣ ਦਾ ਕੀ ਫਾਇਦਾ 3 ਜੋ ਵੇਚਣ ਦਾ ਕੀ ਫਾਇਦਾ ਤੁਸੀਂ ਸਟ੍ਰੈਸ ਲੈਣ ਦਾ ਕੀ ਫਾਇਦਾ ਹਮ ਅਸੀਂ ਇੱਥੇ ਬੈਠੇ ਆਂ ਤੁਹਾਡੇ ਨਾਲ ਗੱਲ ਕਰਨ ਲਈ ਤੁਹਾਡਾ ਸਟ੍ਰੈਸ ਹੋ ਜੇ ਕਿ ਤੁਸੀਂ ਮੈਂ ਦੇ ਕੇ ਦੱਸ ਦੇਣਾ ਕਿ ਬਾਈ ਹੋਲਡ ਕਰ ਤੇਰੇ ਕੋਲ ਪੈਸੇ ਹੈਗੇ ਆ ਟੈਨਸ਼ਨ ਲੈਣ ਦੀ ਲੋੜ ਨਹੀਂ ਹਾਂ ਜੀ ਤੇਰੀ ਜੌਬ ਚੱਲ ਜਾਂਦੀ ਹੈ देन ਵੀ ਵਿਲ ਬੀ ਟਾਕ ਅਬਾਊਟ ਇਟ ਨਾ ਡੈਫੀਨਿਟਲੀ ਇਟਸ ਅ ਡਿਫਰੈਂਸ ਹੋ ਸਕਦਾ ਹੋ ਸਕਦਾ ਜਿਹੜੀ ਉਹ ਕੈਲਕੂਲੇਸ਼ਨ ਕਰ ਰਹੇ ਆ ਉਹਦੇ ਵਿੱਚ ਇਹ ਵੀ ਨਿਕਲ ਆਵੇ ਕਿ ਨਹੀਂ ਯਾਰ ਮੈਨੂੰ ਨਹੀਂ ਰੱਖਣ ਦਾ ਫਾਇਦਾ ਮੈਂ ਕੱਢਾਂ ਤਾਂ ਜੋ ਕੱਢਣ ਦੀ ਵੀ ਉਹਨੂੰ ਇੱਕ ਕੈਲਕੂਲੇਸ਼ਨ ਕਰਨੀ ਚਾਹੀਦੀ ਹੈ ਮਤਲਬ ਦੋਨਾਂ ਦਾ ਬੈਨੀਫਿਟ ਦੇਖ ਕੇ ਬਟ ਉਹ ਕਲੀਅਰ ਕਰਕੇ ਏ ਨਹੀਂ ਕਿ ਕਿਸੇ ਦੀ ਗੱਲਾਂ 'ਚ ਆ ਕੇ ਕਿ ਭਾਈ ਵੀ ਚੱਕ ਦੇ ਕਰ ਦੇ ਪਰ ਬਾਟਮ ਲਾਈਨ ਇਹ ਆ 4 ਸਾਲ ਹੂੰ ਜੇ ਤੁਹਾਨੂੰ ਲੱਗਦਾ ਹੈ ਕਿ 2% ਸੇ ਸੀਗਾ ਆਉਣ ਵਾਲੇ ਟਾਈਮ 'ਚ 2% ਤੇ ਹੋ ਜਾਏਗਾ ਨਹੀਂ ਹੋਣਾ ਨਹੀਂ ਹੋਣਾ ਸੌਰੀ ਮੈਂ ਜੇ ਤੁਹਾਡੇ ਖੁਸ਼ੀ ਨੂੰ ਨੁਕਸਾਨ ਪਹੁੰਚਾਇਆ ਹੋਵੇ ਜਾਂ ਅਨਲੈਸ ਕੋਈ 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 ਇਹਦਾ ਕੋਵਿਡ-19 ਦਾ ਕੋਈ ਚਾਂਸ ਹੋ ਜੂਵੇ ਹ ਹੁਣਾ ਨਹੀਂ ਹੁਣਾ ਨਹੀਂ ਓਕੇ ਠੀਕ ਹੈ ਇਟਸ 1 ਆਫ ਦਾ ਹਾਂ World War 3 ਲੱਗ ਸਕਦੀ ਹੈ ਮੈਨੂੰ ਦੱਸੇ ਕੋਈ ਨਾ ਕੋਈ ਇਦਾਂ ਦਾ ਬਟਾ ਹੋ ਜਾਏ 트럼ਪ ਆ ਗਿਆ ਕੋਈ ਨਾ ਵੀ ਸਭ ਕੱਢੇਗਾ ਜਿਹੜਾ ਜਿਹੜੀ ਦੁਨੀਆ ਰੋਕ ਦੇ ਜਿੱਦਾਂ ਕੋਵਿਡ ਨੇ ਦੁਨੀਆ ਰੋਕਤੀ ਸੀ ਖੜੀ ਕਰਤੀ ਇਦਾਂ ਦਾ ਕੁਝ ਹੋ ਜਾਏਗਾ ਦੇਖੋ ਆਈ ਥਿੰਕ ਉਹ ਵੀ ਉਸ ਟਾਈਮ ਦੇ ਉੱਤੇ ਆਰਬੀ ਨੇ ਅਸੈਪਟ ਕੀਤਾ ਹੈ ਕਿ ਅਸੀਂ ਜਿਹੜੇ ਡਿਸੀਜਨ ਲਏ ਸੀਗੇ ਗਲਤ ਲਏ ਸੀਗੇ ਹੂੰ ਇੰਟਰਸਟ ਰੇਟ ਸਾਨੂੰ ਘਟਾਉਣੇ ਨਹੀਂ ਚਾਹੀਦੇ ਸੀਗੇ ਹੂੰ ਹੁਣ ਆਰਬੀ ਖੁਦ ਅਸੈਪਟ ਕਰ ਰਿਹਾ ਹੈ ਤੇ ਤੁਸੀਂ ਕਿੱਦਾਂ ਮੰਨ ਲੋਗੇ ਕਿ ਆਉਣ ਵਾਲੇ ਪੈਂਡੈਮਿਕ ਦੇ ਵਿੱਚ ਆਰਬੀ ਫੇਰ ਇੰਟਰਸਟ ਰੇਟ ਘਟਾ ਦੇਗਾ ਸੋ ਫਿਰ ਗੱਲ ਕਿੱਥੇ ਆ ਗਈ ਸਪੈਕੂਲੇਸ਼ਨ ਤੇ ਸਪੈਕੂਲੇਸ਼ਨ ਤੇ ਠੀਕ ਹੈ ਨਾ ਹੁਣ ਇਹ ਨਾ ਨਾ ਕੋਈ ਰੇਟ ਘਟਾਉਣ ਲਈ ਤੁਸੀਂ ਨਵਾਂ ਪੈਂਡੈਮਿਕ ਲਾ ਦਿਓ ਬੰਦੇ ਮਾਰ ਦੇ ਸ਼ੁਰੂ ਕਰ ਲੋ ਸੋ ਲੌਜੀਕਲੀ ਲੌਜੀਕਲੀ ਹੈ ਕਿ 4 ਸਾਲ ਤੁਸੀਂ ਦੇਖੋਗੇ ਇਹ ਪ੍ਰਾਪਰਟੀ ਨੂੰ ਜੋ ਵੀ ਹੈ ਤੁਹਾਡੇ ਕੋਲ ਪੋਰਟਫੋਲੀਓ ਹੈ ਮੈਂ ਇਸ ਪ੍ਰਾਪਰਟੀ ਨੂੰ 4 ਸਾਲ ਹੋਲਡ ਕਰ ਸਕਦਾ ਕਿ ਨਹੀਂ ਕਰ ਸਕਦਾ ਜੇ ਨਹੀਂ ਕਰ ਸਕਦਾ ਦੈਨ ਯੂ ਮੇਕ ਐਗਜ਼ਿਟ ਪਲਾਨ ਹੁਣ ਤੁਸੀਂ ਕੋਈ ਐਗਜ਼ਿਟ ਪਲਾਨ ਕੀ ਹੈ ਉਹ ਤੁਸੀਂ ਕਿਸੇ ਸਿਆਣੇ ਬੰਦੇ ਨਾਲ ਬੈਠੋ ਉਹ ਤੁਹਾਨੂੰ ਦੱਸੇਗਾ ਕਿ ਕਿਦਾਂ ਕੀਤਾ ਜਾਵੇ ਕਿਵੇਂ ਕੀਤਾ ਜਾਵੇ ਐਗਜ਼ਿਟ ਪਲਾਨ ਹੋਣ ਬਾਅਦ ਵੀ ਕਿ ਐਗਜ਼ਿਟ ਪਲਾਨ ਵੀ ਤੁਹਾਡਾ ਡਿਪੈਂਡ ਕਰਦਾ ਹੈ ਤੁਹਾਡੀ ਲੋਕੇਸ਼ਨ ਕੀ ਹੈ ਲੋਕੇਸ਼ਨ ਕੀ ਹੈ ਹਾਂ ਸਪੋਜ਼ ਕਰੋ ਤੁਸੀਂ ਕੈਲਕੂਲੇਸ਼ਨ ਸੇ ਹੋ ਗਿਆ ਸਾਰਾ ਹਾਂ ਇੱਕ ਲੋਕੇਸ਼ਨ ਹੈ ਭਾਜੀ ਐਗਜ਼ਿਟ ਪਲਾਨ ਮੇਰਾ ਇਹ ਹੈ ਕਿ ਅਗਲੇ ਸਾਲ ਉਸ ਜਗ੍ਹਾ ਦੇ ਸਾਹਮਣੇ ਸ਼ਾਪਿੰਗ ਮਾਲ ਬਣ ਰਿਹਾ ਹ ਹੁਣ ਨਹੀਂ ਬਣਿਆ ਹਮ ਠੀਕ ਹੈ ਮੈਂ ਐਜ਼ ਅ ਏਜੰਟ ਮੈਨੂੰ ਪਤਾ ਹੈ ਕਿ ਉਹ ਸ਼ਾਪਿੰਗ ਸੈਂਟਰ ਆਉਣਾ ਹੈ ਉਹਨੇ ਵੇਚਣ ਵਾਲ ਨੂੰ ਜਾ ਕੇ ਨਹੀਂ ਇਹ ਕਹਿਣਾ ਕਿ ਸ਼ਾਪਿੰਗ ਸੈਂਟਰ ਆਉਣਾ ਹੈ ਪਰ ਜਦੋਂ ਬਣ ਜਾਂਦਾ ਨਾ ਉਸ ਘਰ ਦੀ ਆਟੋਮੈਟਿਕਲੀ ਅਪਰੀਸ਼ੀਏਸ਼ਨ ਹੋ ਜਾਂਦੀ ਹੈ ਕੋਈ ਵੀ ਚੀਜ਼ ਜਿਹਦਾ ਐਡ ਆਨ ਹੁੰਦੀ ਹੈ ਫਿਊਚਰ ਪਲਾਨਸ ਹੈ ਸਕੂਲ ਆਉਂਦੇ ਨੇ ਕੋਈ ਫਰੀਵੇ ਆ ਰਿਹਾ ਉਹਦਾ ਐਗਜ਼ਿਟ ਆ ਰਿਹਾ ਫਰੀਵੇ ਆ ਰਿਹਾ ਕੋਈ ਵੀ ਚੀਜ਼ ਆ ਰਹੀ ਪਰ ਉਹ ਸਪੈਕੂਲੇਸ਼ਨ ਤੇ ਨਹੀਂ ਹਾਂ ਜਦੋਂ ਸਾਹਮਣੇ ਹੁੰਦਾ ਨਾ ਸਾਹਮਣੇ ਹੁੰਦਾ ਤੁਸੀਂ ਕਹਿੰਦੇ ਆ ਬਾਈ ਆ ਸਾਹਮਣੇ ਸ਼ਾਪਿੰਗ ਸੈਂਟਰ ਹੈ ਇਹ ਅਸੀਂ ਸੈਲ ਕਰ ਰਹੇ ਆ ਲੈਣਾ ਕਿ ਨਹੀਂ ਲੈਣਾ ਕੱਲ ਕਰ ਤੂੰ ਠੀਕ ਹੈ ਨਾ ਸੋ ਐਗਜ਼ਿਟ ਤੁਹਾਨੂੰ ਹੁਣ ਸੈਲ ਕਰਨਾ ਚਾਹੀਦਾ 6 ਮਹੀਨੇ ਪਹਿਲਾਂ ਵੇਟ ਕਰਨੀ ਚਾਹੀਦੀ ਹੈ ਕਿਦਾਂ ਡਿਵੈਲਪਰ ਤੁਹਾਨੂੰ ਕਰ ਰਿਹਾ ਹੈ ਕਿ ਹੁਣ ਦੇਖੋ ਸਪੋਜ਼ ਕਰੋ ਡਿਵੈਲਪਰ ਹੀ 50000 ਡਾਲਰ ਰਿਪੇਟ ਦੇ ਰਿਹਾ ਹਮ ਤੁਹਾਡਾ ਐਗਜ਼ਿਟ ਪਲਾਨ ਕੀ ਕੰਮ ਕਰ ਜਾਏਗਾ ਠੀਕ ਹੈ ਨਾ ਉਹ 50000 ਆਪਣੀ ਲੈਂਡ ਤੇ ਰਿਪੇਟ ਦੇ ਰਿਹਾ ਹੈ ਬਿਲਡਰ ਤੁਹਾਨੂੰ ਸਸਤਾ ਬਣਾ ਕੇ ਦੇ ਰਿਹਾ ਤੁਹਾਡਾ ਤਾਂ ਲੱਖ ਡਾਲਰ ਪਹਿਲਾਂ ਹੀ ਘਰ ਮਹਿੰਗਾ ਹਮ why would a new home jeda nawa ghar lain wala tode ko bahe karega hm so then you need to have exit plan ki tu si target kinu kar re ho hm kedi market nu target kar re ho theek hai tode ghar di situation ki hai hun ghar to si basic banaya hoye to tu si first home buyer nu attract paisa kharche da first home buyer hm jinne vi builder hai na they don't even want to entertain investor hm ਸੱਚ ਦੱਸ ਰਿਹਾ ਜਿੰਨੇ ਵੀ ਆਪਣੇ ਕਸਟਮਰ ਕਿਉਂਕਿ ਉਹ ਇੱਕ ਵਾਰ ਡੀਲ ਕਰਕੇ ਦੇਖ ਚੁੱਕੇ ਹਨ ਹਾਂ ਉਹ ਉਹ ਨਹੀਂ ਨਹੀਂ ਇਨਵੈਸਟਰ ਇਨਵੈਸਟਰੀਜ਼ ਉਹ ਦੇ ਉਹਨਾਂ ਨੇ ਬੇਸਿਕ ਬਣਾ ਦੇਣਾ ਹਾਂ ਬੇਸਿਕ ਵੇਜ਼ ਦਾ ਪ੍ਰੋਫਿਟ ਵਾਹ ਬੇ ਪ੍ਰੋਫਿਟ ਲਈ ਨਾਲੇ ਉਹ ਇੱਕ ਵਾਰ ਡੀਲ ਕਰ ਚੁੱਕੇ ਹਨ ਉਹਨਾਂ ਨੂੰ ਇਨਸ ਐਂਡ ਆਊਟ ਦਾ ਪਤਾ ਹੈ ਜੀ ਜ਼ਿਆਦਾ ਪਤਾ ਹੁਣ ਜਿਹੜੇ ਨਾ ਨਿਊ ਹੋਮ ਬਾਏਰ ਹੈ ਮੈਂ ਕਿਸੇ ਨੂੰ ਘਰ ਬੁਲਾ ਲਿਆ ਉਹਨੇ ਘਰ ਨਹੀਂ ਲਿਆ ਉਹਨੇ ਮੇਰਾ ਘਰ ਦੇਖਣਾ ਯਾਰ ਪਾਜੀ ਨੇ ਪੱਥਰ ਦੇਖ ਲਾਇਆ ਪਾਜੀ ਨੇ ਟਾਈਲਾਂ ਦੇਖ ਲਈਆਂ ਉਹ ਪਾਜੀ ਨੇ ਕੰਮ ਕਿੰਨਾ ਕੀਤਾ ਹਮ ਪਾਜੀ ਨੇ ਮਿਹਨਤ ਕਿੰਨੀ ਕੀਤੀ ਹੈ ਪਾਜੀ ਨੂੰ ਕਿੰਨੀ ਧੀਰ ਹੋ ਗਈ ਹੈ ਕੰਮ ਕਰਦੇ ਆ ਪੱਥਰ ਉਹੀ ਚਾਹੀਦਾ ਪੱਥਰ ਉਹੀ ਚਾਹੀਦਾ ਤਾਂ ਜਦੋਂ ਪੱਥਰ ਮਹਿੰਗਾ ਲੱਗਾ ਫੇ ਸਾਰੀ ਉਮਰ ਕਿਸ਼ਤਾ ਲਾਉਣੀ ਆ ਹਮ ਠੀਕ ਹੈ ਆਪਾਂ ਇੱਕ ਦੂਜੇ ਨੂੰ ਕੰਪੇਅਰ ਨਾ ਕਰੀਏ ਕੰਪੈਰੀਸ਼ਨ ਆਪਾਂ ਛੱਡ ਦਈਏ ਬਿਲਕੁਲ ਆ ਦੇਖੋ ਆਹੀ ਹੈ ਕਿ ਜਿਹੜਾ ਵੀ ਤੁਸੀਂ ਐਂਡ 'ਚ ਆਪਾਂ ਕਵਾਂਗੇ ਕਿ ਜਿਹੜਾ ਤੁਸੀਂ ਫਿਊਚਰ ਡਿਸੀਜਨ ਲੈਣਾ ਜੋ ਵੀ ਆਪਣਾ ਫਿਹਾ ਫਿਲਹਾਲ ਇਸ ਸਮੇਂ ਤੱਕ ਤਾਂ ਤੁਸੀਂ ਆਪਣਾ ਕੈਲਕੂਲੇਸ਼ਨ ਕਰੋ ਜਿਵੇਂ ਭਾਜ ਨੇ ਕਿਹਾ ਕਿ ਇੱਕ ਪੇਪਰ ਤੇ ਲੈ ਕੇ ਆਪਣੀਆਂ ਸਾਰਾ ਕੁਝ ਲਿਖੋ ਖਰਚੇ ਹਾਂਜੀ ਕਿ ਵੀ ਹਾਂ ਜਦੋਂ ਆਪਾਂ ਕਹਿੰਦੇ ਹਾਂ ਘਰ ਦਾ ਵੀ ਖਰਚਾ ਉਹਨਾਂ ਤਾਂ ਮੈਨੂੰ ਪਤਾ ਨਹੀਂ ਬਣਾਉਂਦੇ ਕਿ ਬਣਾਉਂਦੇ ਪਹਿਲਾਂ ਬਣਾਉਂਦੇ ਹੁੰਦੇ ਸੀ ਬਜ਼ੁਰਗ ਪਿੰਡਾਂ ਜਿਵੇਂ ਹਾਂ ਵੀ ਘਰ ਦੀ ਇੰਨੀ ਕਮਾਈ ਹੋਈ ਤਾਂ ਉਸ ਤੋਂ ਬਾਅਦ ਜਿੰਨਾ ਸਾਡਾ ਸੌਦਾ ਲਿਆ ਖਰਚਾ ਹੋਇਆ ਤਾਂ ਇੰਨਾ ਸੀ ਬਚਾਇਆ ਤਾਂ ਸਾਰਾ ਜਦ ਤੱਕ ਅਸੀਂ ਆਪਣੇ ਪੇਪਰ ਤੇ ਲਿਖਾਂਗੇ ਨਹੀਂ ਪਾਰਟਿਕੂਲਰ ਪ੍ਰੋਪਰਟੀ ਨੂੰ ਲੈ ਕੇ ਤਾਂ ਸਾਨੂੰ ਕਲੈਰਿਟੀ ਨਹੀਂ ਹੋਊਗੀ ਤਾਂ ਫਿਰ ਸਾਡਾ ਜਿਹੜਾ ਫਿਊਚਰ ਪਲਾਨ ਹੈ ਅਸੀਂ ਉਹ ਸਭ ਨਾ ਬਣਾਵਾਂਗੇ ਬਾਕੀ ਆਪਾਂ ਜਿਹੜੇ ਅਗਲੇ ਹੋਰ ਪੌਡਕਾਸਟ ਨੇ ਤਾਂ ਰਿਲੇਟਡ ਜਿਹੜੇ ਨੇ ਤੁਹਾਡੇ ਨਾਲ ਲੈ ਕੇ ਆਵਾਂਗੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵੈਲਿਊ ਇਸ ਪੋਡਕਾਸਟ ਤੋਂ ਮਿਲੀ ਹੈ ਤਾਂ ਤੁਸੀਂ ਆਪਣੇ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਉਹਨਾਂ ਵੀ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਇਹਦਾ ਜਿਹੜਾ ਫਾਇਦਾ ਮਿਲੇ ਤਾਂ ਉਹ ਵੀ ਕਹਦੀ ਕਿ ਇੱਕ ਕੈਲਕੂਲੇਟਿਵ ਤੇ ਇਨਫਾਰਮੇਟਿਵ ਜਿਹੜੀ ਹੈ ਇਨਵੈਸਟਮੈਂਟ ਜਾਂ ਪ੍ਰਾਪਰਟੀ ਦੇ ਬਾਰੇ ਅਬਸੋਲੂਟਲੀ ਅਸੀਂ ਕਿਸੇ ਦੇ ਵੀ ਸੈਂਟੀਮੈਂਟਸ ਨੂੰ ਹਰਟ ਨਹੀਂ ਕਰਨਾ ਚਾਹੁੰਦੇ ਔਰ ਅਸੀਂ ਚਾਹੁੰਦੇ ਹਾਂ ਕਿ ਆਪਣੀ ਜਿਹੜੀ ਕਮਿਊਨਿਟੀ ਹੈ ਉਹ ਐਜੂਕੇਸ਼ਨ ਵੱਲ ਵੱਧ ਵੜੇ ਕਿਉਂਕਿ ਜੇ ਆਪਣੀ ਕਮਿਊਨਿਟੀ ਅੱਗੇ ਗਰੂ ਨਾ ਕੀਤੀ ਸਾਡੇ ਜਿਹੜੇ ਬੱਚੇ ਆਉਣ ਵਾਲੇ ਆ ਉਹ ਉਹ ਉਸ ਚੀਜ਼ ਨੂੰ ਇੰਜੋਏ ਨਹੀਂ ਕਰ ਪਾਉਣਗੇ ਉਸ ਚੀਜ਼ ਨੂੰ ਸਟੇਟਸ ਨੂੰ ਇੰਜੋਏ ਨਹੀਂ ਕਰ ਪਾਉਣਗੇ ਅਸੀਂ ਆਪਣੀ ਕਮਿਊਨਿਟੀ ਦੀ ਹੁਣ ਨਾ ਸਪੋਰਟ ਕੀਤੀ ਤੇ ਬਾਅਦ ਵਿੱਚ ਬਹੁਤ ਦੇਰੀ ਹੋ ਜਾਏਗੀ ਬਿਲਕੁਲ ਸਾਡਾ ਇਹ ਹੈ ਕਿ ਤੁਸੀਂ ਇਨਫਾਰਮੇਟਿਵ ਡਿਸੀਜਨਸ ਬਣਾਓ ਤੁਹਾਡੀ ਜਿਹੜੀ ਸੋਚ ਅੱਜ ਦੀ ਡੇਟ 'ਚ ਜਿੱਦਾਂ ਆਪਾਂ ਡਿਸੀਜਨ ਜ਼ਿਆਦਾਤਰ ਲੈਣੇ ਆ ਉਹ ਡਿਸੀਜਨ ਨੂੰ ਲੈਣ ਦਾ ਤਰੀਕਾ ਜਿਹੜਾ ਆ ਉਹ अफवाहਾਂ ਗੱਲਾਂ ਤੋਂ ਨਾ ਹੋਗੇ ਡਾਟਾ ਬੇਸਡ ਹੋਗੇ। ਸੋ ਸਾਡਾ ਮੋਟਿਵ ਉਹੀ ਹੈ ਕਿ ਵੀ ਤੁਸੀਂ ਆਪ ਆਪਣੇ ਡਿਸੀਜਨ ਬਣਾਓ ਕਿਸੇ ਦੇ ਇਨਫਲੂਐਂਸ ਚ ਆ ਕੇ ਡਿਸੀਜਨ ਨਾ ਬਣਾਓ। ਤਾਂ ਅਸੀਂ ਤੁਹਾਨੂੰ ਉਸ ਜਾਬ ਨਾਲ ਐਜੂਕੇਟ ਕਰਨਾ ਚਾਹੁੰਦੇ। ਸੋ ਅਸੀਂ ਆਉਣ ਵਾਲੇ ਦਿਨਾਂ ਚ ਹੋਰ ਵੀ ਬਿਜ਼ਨਸ ਪੋਡਕਾਸਟ, ਪ੍ਰਾਪਰਟੀ ਪੋਡਕਾਸਟ ਸਾਡੇ ਲਈ ਲੈ ਕੇ ਆਵਾਂਗੇ ਤਾਂ ਜਰੂਰ ਸਾਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ। ਤਾਂ ਮਿਲਦੇ ਜੀ ਫਿਰ ਅਗਲੇ ਪੋਡਕਾਸਟ ਵਿੱਚ। थैंक यू ਭਾਜੀ हैविंग मी एਜ਼ ਅ ਗੈਸਟ ਐਂਡ ਲੁਕਿੰਗ ਫੋਰਵਰਡ ਟੂ ਅਨਦਰ ਪੋਡਕਾਸਟ। थैंक यू ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ